ਡਾਇਰੈਕਟਰ ਡਾਇਰੈਕਟਰ ਕਹਿੰਦੇ ਸੀ ਮੈਨੂੰ ਨਾ ਪੁੱਠਾ ਯਾਰ ਲੈ ਕੇ ਉਹ ਡਾਇਰੈਕਟਰ ਤੂੰ ਕੰਮ ਕੁੰਮ ਕਰ ਲੈ ਕੋਈ ਹੋਰ ਤੇਰਾ ਕੁਛ ਨੀ ਬਣਦਾ ਤੇ ਤਕਰੀਬਨ ਐਸਾ ਟਾਈਮ ਵੀ ਆਇਆ ਤੇ ਮੈਂ ਇੱਕ ਮਹੀਨੇ ਦੇ 100-100 ਗਾਣਾ ਵੀ ਕੀਤਾ ਵੱਡਾ ਕੇਵੀ ਸਿੰਘ ਪਹਿਲਾਂ ਬਹੁਤ ਚੰਗਾ 뮤직 ਦੇ ਵਿੱਚ ਮਿਊਜ਼ਿਕ ਨੂੰ ਕਿੰਨਾ ਕੁ ਸਮਰਪਿਤ ਆ ਕੇਵੀ ਕਿੰਨਾ ਕੁ ਸਮਰਪਿਤ ਹੁਣ ਇਹਦੇ ਕੀ ਗਾਵੇ ਸਾਰਾ ਔਖਾ ਸਵਾਲ ਵਾਲਾ ਚੱਕਦਾ ਵੇਖਦਾ ਕਲਾਕਾਰਾਂ ਦੇ ਵਿੱਚ ਹਲੀਮੀ ਵੀ ਮਿਲਣਾ ਹੋਣੀ ਫੇਰ ਉਡਾ ਲਿਆ ਸਭ ਤੋਂ ਯਾਰ ਯਾਰ ਔਖਾ ਸ਼ਬਦ ਨਾ ਬੋਲੇ ਕਰ ਰਜਾਈ ਦੇ ਵਿੱਚ ਬੈਠ ਕੇ ਵੀ ਡਬਿੰਗਾਂ ਕਰਦੇ ਰਹੇ ਐਂ ਕਰਕੇ ਵੀ ਯਾਰ ਆਵਾਜ਼ ਨਾ ਸਾਡੀ ਬਾਹਰ ਆਵੇ ਮਤਲਬ ਬੜੇ ਲੋਕਲ ਲੈਵਲ ਤੋਂ ਯਾਰ ਸੱਚੀ ਸਟਰਗਲ ਉੱਥੋਂ ਕਰੀ ਸੀ ਸਟਾਰਟ ਉਦੋਂ ਟਰਸਟ ਵੀ ਨਹੀਂ ਕਰਦਾ ਸੀ ਵੀ ਕਰਦੇ ਨੇ ਕਿੱਥੇ ਯਾਰ ਪਿੰਡ 'ਚ ਬੈਠੇ ਹੈ ਕੀ ਕਰਨਗੇ 300-400 ਗਾਣਾ ਪਿੰਡ 'ਚ ਹੀ ਕਰਤਾ ਸੀ ਅੱਛਾ ਪਿੰਡ ਦੇ ਚਵਾਰੇ ਨੇ 300-400 ਗਾਣਾ ਹੀ ਕਰਤਾ ਹਾਂਜੀ ਸਟੱਡੀ ਵੀਰੇ ਬਸ ਜਿੰਨੀ ਕਲਾਕਾਰਾਂ ਦੀ ਹੁੰਦੀ ਆ ਉਨੀ ਕੁ ਹੈਗੀ ਆ ਜਦੋਂ ਮੇਰਾ ਰਿਜ਼ਲਟ ਆਇਆ ਪਲੱਸ ਟੂ ਦਾ ਤੇ ਮੈਨੂੰ ਆਈਡੀਆ ਜਿਹਾ ਹੋ ਗਿਆ ਸੀ ਵੀ ਅੱਗੇ ਉੱਧਰ ਹੋਰ ਕੁਛ ਹੈ ਨਹੀਂ ਵਾਲਾ ਆਪਣੇ ਲਈ ਇੱਕੋ ਹੀ ਗੱਲ ਮੈਂ ਮੰਨਦਾ ਨਾ ਦਿਲ ਛੱਡੋ ਨਾ ਪੈਰ ਛੱਡੋ ਬਸ ਕੰਮ ਕਰਦੇ ਰਹੋ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਬੰਬੇ ਗਿਆ ਸੀ ਤੇ ਬਈ ਮੈਂ ਲੁਧਿਆਣੇ ਵੀ ਨਹੀਂ ਕਦੇ ਗਿਆ ਸੀ ਜੇ ਮੇਰੀ ਲਾਈਫ 'ਚ ਕੰਵਰ ਕਰਿਆ ਵਾਲਾ ਬਾਈ ਨਾ ਹੁੰਦਾ ਤਾਂ ਸ਼ਾਇਦ ਮੈਂ ਕੇਵੀ ਸਿੰਘ ਨਾ ਹੁੰਦਾ ਅੱਜ ਸਤਿ ਸ਼੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖੁੱਲ੍ਹੀਆਂ ਗੱਲਾਂ ਇਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਬਰਨਾਲੇ ਦੇ ਵਿੱਚ ਪਹੁੰਚੇ ਹਾਂ ਅਕਸਰ ਜਦੋਂ ਮਿਊਜ਼ਿਕ ਦੀ ਗੱਲ ਹੁੰਦੀ ਆ ਤਾਂ ਅਸੀਂ ਸੋਚਦੇ ਹਾਂ ਕਿ ਚੰਡੀਗੜ੍ਹ ਵਾਲੇ ਪਾਸੇ ਜਿਹੜੇ ਆ ਮਿਊਜ਼ਿਕ ਦੇ ਮਹਾਰਥੀ ਜਿਹੜੇ ਉਹ ਬੈਠੇ ਆ ਪਰ ਬਰਨਾਲੇ ਦੇ ਵਿੱਚ ਬੈਠੇ ਹਾਂ ਮੇਰੇ ਬੜੇ ਕਰੀਬੀ ਦੋਸਤ ਨੇ ਬਾਈ ਕੇਵੀ ਸਿੰਘ ਕੇਵੀ ਸਿੰਘ ਦੇ ਕੋਲ ਪਹੁੰਚੇ ਹਾਂ ਕੇਵੀ ਦੇ ਸਟੂਡੀਓ ਦੇ ਵਿੱਚ ਪਹੁੰਚੇ ਹਾਂ ਖੁੱਲ੍ਹੀਆਂ ਗੱਲਾਂ ਕਰਾਂਗੇ ਕੋਈ ਮੁਲਾਕਾਤ ਨਹੀਂ ਹੋਣੀ ਕਿਉਂਕਿ ਮੇਰੇ ਮਿੱਤਰ ਨੇ ਤਾਂ ਸੋਚਿਆ ਗੱਲਾਂ ਬਾਤਾਂ ਕਰੀਏ ਅਤੇ ਉਹ ਗੱਲਾਂ ਬਾਤਾਂ ਕੈਮਰੇ ਦੇ ਵਿੱਚ ਰਿਕਾਰਡ ਕਰੀਏ ਬਾਈ ਦੇ ਸਟੂਡੀਓ ਦੇ ਵਿੱਚ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਬਾਈ ਦੇ ਨਾਲ ਜਿਹੜੀਆਂ ਹੈਗੀਆਂ ਉਹ ਕਰਾਂਗੇ ਇੱਕ ਘਰ ਜਿਹੜਾ ਹੈਗਾ ਉਹ ਬਾਈ ਨੇ ਕੋਠੀ ਜਿਹੜੀ ਆ ਲਈ ਹੋਈ ਆ ਪਰ ਇਸ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਜਦੋਂ ਪਹਿਲਾਂ ਆਇਆ ਸੀ ਤਾਂ ਆਹ ਚੀਜ਼ਾਂ ਨਹੀਂ ਹੁਣ ਬੜਾ ਵਧੀਆ ਜਿਹਾ ਕੋਨਸੈਪਟ ਜਿਹੜਾ ਬਣਾਇਆ ਹੋਇਆ ਸਾਈਡ 'ਤੇ ਕੰਧਾਂ ਦੇ ਉੱਤੇ ਦੀਵਾਰਾਂ ਦੇ ਉੱਪਰ ਤਸਵੀਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਕੇਵੀ ਬਾਈ ਘਰ ਹੀ ਹੋ ਕੇਵੀ ਬਾਈ ਨੂੰ ਆਵਾਜ਼ ਮਾਰਨੀ ਪੈਂਦੀ ਹੈ ਬਾਈ ਕੀ ਹਾਲ ਨੇ ਠੀਕ ਠਾਕ ਹੋ ਹੋਰ ਠੀਕ ਠਾਕ ਆ ਐਨ ਵਧੀਆ ਅੱਛਾ ਮੈਂ ਜਦੋਂ ਆਪਾਂ ਮਾਈਕ ਲੜੀ ਜਿਹਾ ਜਦੋਂ ਮੇਰੀ ਐਂਟਰੀ ਹੋਈ ਮੈਂ ਐਂਟਰ ਹੋਇਆ ਤੇ ਮੈਂ ਸੋਚਿਆ ਮੈਂ ਲਾਸਟ ਟਾਈਮ ਆਹ ਚੀਜ਼ਾਂ ਨਹੀਂ ਦੇਖੀਆਂ ਜਿਹੜੀਆਂ ਦੀਵਾਰਾਂ ਤੇ ਹੁਣ ਤੁਸੀਂ ਇਹ ਕਨਸੈਪਟ ਕਰਿਆ ਹੈਗਾ ਇਹ ਵੀਰੇ ਸਾਡੇ ਜਿੰਨੇ ਵੀ ਆਰਟਿਸਟ ਨੇ ਇਹਨਾਂ ਨੇ 뮤직 ਦੇ ਵਿੱਚ ਕਾਫੀ ਇਹਨਾਂ ਨੇ ਕੰਮ ਕੀਤਾ ਔਰ ਵਧੀਆ ਕੰਮ ਕਰ ਰਹੇ ਨੇ ਸੋ ਇਹਨਾਂ ਸਾਰੇ ਆਰਟਿਸਟਾਂ ਨੂੰ ਆਪਾਂ ਰਿਗਾਰਡ ਜਿਹੜਾ ਮੈਂ ਆਪਣੇ ਵੱਲੋਂ ਮੈਨੂੰ ਲੱਗਦਾ ਵੀ ਮੈਂ ਇਹਨਾਂ ਦਾ ਕਰਦਾ ਅੱਛਾ ਤੇ ਬਹੁਤ ਹੀ ਜ਼ਿਆਦਾ ਵਧੀਆ ਨੇ ਕਿਉਂਕਿ ਗੱਲ ਇਹ ਹੈ ਵੀ ਇਹਨਾਂ ਨੂੰ ਜਿਉਂਦੇ ਜੀ ਮੈਂ ਚਾਹੁੰਦਾ ਸੀ ਵੀ ਜਿਹੜੇ ਬੰਦਾ ਕੰਮ ਕਰ ਰਹੇ ਨੇ ਤੇ ਇਹਨਾਂ ਨੂੰ ਰਿਗਾਰਡ ਦੇਣਾ ਬਣਦਾ ਕਿਉਂਕਿ ਵੀ ਕਹਿੰਦੇ ਸੀ ਵੀ ਅਕਸਰ ਚਲੋ ਬਾਅਦ ਦੇ ਵਿੱਚ ਤਾਂ ਹਰ ਕੋਈ ਬੰਦਾ ਯਾਦ ਕਰਦਾ ਸੀ ਜਿਉਂਦੇ ਜੀ ਜਿਹੜਾ ਹੈਗਾ ਯਾਦ ਕੀਤਾ ਹੈ ਨਾ ਅੱਛਾ ਇੱਧਰ ਜਿਹੜੇ ਲੈਜੈਂਡ ਜਿਹੜੇ ਜਿੱਦਾਂ ਮਾਨਕ ਸਾਹਿਬ ਹੋ ਗਏ ਬਾਈ ਮੂਸੇ ਵਾਲਾ ਹੋ ਗਿਆ ਚਮਕੀਲਾ ਸਾਹਿਬ ਹੋ ਗਏ ਇੱਧਰ ਇਹ ਸਾਰੇ ਕੌਨਸੈਪਟ ਲਾਏ ਹੋਏ ਆ ਹਾਂਜੀ ਹਾਂਜੀ ਵੀਰੇ ਅੱਛਾ ਇਹ ਹੁਣ ਕਦੋਂ ਕੁਛ ਕਰਿਆ ਇਹ ਹੁਣੀ ਕਰਿਆ ਕਿਤੇ ਹਾਂਜੀ ਵੀਰੇ ਹੁਣੀ ਚੱਲ ਰਿਹਾ ਸੀ ਕਿਵੇਂ ਆਈਡੀਆ ਇਹ ਕਿਵੇਂ ਆਈਡੀਆ ਆਇਆ ਦਿਮਾਗ ਦੇ ਵਿੱਚ ਸੋ ਬਾਈ ਸਾਰੇ ਸੀਨੀਅਰ ਨੇ ਹਨਾ ਸਾਡੇ ਤੇ ਮੈਨੂੰ ਲੱਗਿਆ ਵੀ ਇਹਨਾਂ ਨੂੰ ਜ਼ਰੂਰ ਰਿਗਾਰਡ ਦੇਣਾ ਚਾਹੀਦਾ ਹਾਂ ਤਾਂ ਕਰਕੇ ਤੇ ਆ ਬੰਦਾ ਕਹਣਾ ਇਹ ਵੀਰੇ ਮੈਂ ਆਪਦੇ ਆਪ ਨੂੰ ਅੱਛਾ ਆਪ ਵੀ ਵਿੱਚ ਹੀ ਲਾ ਲਿਆ ਹਾਂਜੀ ਹਾਂਜੀ ਠੀਕ ਹੈ ਬਣਾਇਆ ਕਿਹਨੇ ਮੈਂ ਆਪਦੇ ਆਪ ਨੂੰ ਵੀ ਰਿਗਾਰਡ ਦੇ ਲਾ ਮੈਂ ਕਿਹਾ ਅੱਛਾ ਆਪਦੇ ਆਪ ਨੂੰ ਆਪੇ ਅੱਛਾ ਇਹ ਇਹ ਬੜੇ ਬਣਾਇਆ ਕਿਹਨੇ ਬਾਈ ਇਹ ਵੀਰੇ ਸਾਡੇ ਇਥੋਂ ਬਰਨਾਲੇ ਤੋਂ ਹੀ ਆ ਮੇਰਾ ਵੀਰ ਹਾਂ ਤੇ ਬਹੁਤ ਸੋਹਣਾ ਉਹਨੇ ਬਣਾਇਆ ਉਹਦਾ ਕਾਫੀ ਮਿਹਨਤੀ ਹੈ ਬੰਦਾ ਯਾਰ ਅੱਛਾ ਇੱਕ ਚੀਜ਼ ਹੋਰ ਆ ਹੁਣ ਕੋਈ ਮੁਲਾਕਾਤ ਨਹੀਂ ਕੋਈ ਇੰਟਰਵਿਊ ਨਹੀਂ ਗੱਲਾਂ ਬਾਤਾਂ ਨੇ ਮੈਂ ਸੋਚਿਆ ਜਿਹੜੀਆਂ ਗੱਲਾਂ ਬਾਤਾਂ ਆਪਣੇ 'ਚ ਹੋਣਗੀਆਂ ਉਹ ਰਿਕਾਰਡ ਕਰੀਏ ਰਿਕਾਰਡ ਕਰਕੇ ਸਰੋਤਿਆਂ ਦੀ ਰੂਬਰੂ ਕਰੀਏ ਸਰੋਤਿਆਂ ਦੇ ਸਾਹਮਣੇ ਕਰੀਏ ਕਿਉਂਕਿ ਕੇਵੀ ਅੱਛਾ ਇੱਕ ਗੱਲ ਹੋਰ ਦੱਸ ਦਿਓ ਅੱਜ ਤੱਕ ਚਲੋ ਆਪਾਂ ਨੇ ਤਾਂ ਮਿੱਤਰਤਾ ਤੌਰ 'ਤੇ ਗੱਲਬਾਤ ਹੁੰਦੀ ਰਹਿੰਦੀ ਕੇਵੀ ਦੀ ਅੱਜ ਤੱਕ ਇੰਟਰਵਿਊ ਕਿਉਂ ਨਹੀਂ ਆਈ ਇੰਟਰਵਿਊ ਹੈ ਵੀਰੇ ਮੈਂ ਬਹੁਤ ਘੱਟ ਦਿੰਦਾ ਤੇ ਮੈਂ ਵੈਸੇ ਹੀ ਕੈਮਰੇ ਤੋਂ ਥੋੜਾ ਬੈਕ ਤੇ ਰਹਿਣਾ ਅੱਛਾ ਮੈਂ ਆਪਦਾ ਕੰਮ ਜਿਹਾ ਕਰਕੇ ਖੁਸ਼ ਰਹਿਣਾ ਜ਼ਿਆਦਾ ਕੰਮ ਕਰਕੇ ਅੱਛਾ ਫਿਰ ਇੱਥੇ ਸਟੂਡੀਓ ਜਿਹੜਾ ਪੂਰਾ ਕੰਮ ਹਾਂਜੀ ਹਾਂਜੀ ਵੀਰੇ ਅੱਗੇ ਸਟੂਡੀਓ ਹਾਂ ਆਪਾਂ ਸਟੂਡੀਓ ਅੱਛਾ ਇੱਥੇ ਪੂਰਾ ਕਨਸੈਪਟ ਤੁਸੀਂ ਬਣਾਇਆ ਹੋਇਆ ਹਾਂਜੀ ਠੀਕ ਆ ਘਰ ਇਹ ਬਾਈ ਸ਼ੁਰੂਆਤ ਹੀ ਇੱਥੋਂ ਹੋਈ ਜਾਂ ਫਿਰ ਇਦੋਂ ਪਹਿਲਾਂ ਵੀ ਸੀ ਇਸ ਤੋਂ ਪਹਿਲਾਂ ਵੀਰੇ ਮੇਰਾ ਮੇਰੇ ਪਿੰਡ ਆਮਲਾ ਸਿੰਘ ਵਾਲਾ ਉੱਥੇ ਉੱਥੇ ਸਟੂਡੀਓ ਸੀਗਾ ਮੇਰਾ ਪ੍ਰੋਪਰਲੀ ਉੱਥੇ ਸੀਗਾ ਹਾਂ ਉਦੋਂ ਬਾਅਦ ਮੈਂ ਫਿਰ ਇੱਥੇ ਆ ਗਿਆ ਸੀ ਉਦੋਂ ਬਾਅਦ ਸ਼ੁਰੂਆਤ ਜਿਹੜੀ ਹੈਗੀ ਉਹ ਇੱਥੇ ਕਰ ਲਈ ਅੱਛਾ ਕੇਵੀ ਬਾਈ ਜਿਵੇਂ ਮੈਂ ਗੱਲ ਕਰ
ਕਰਦਾ ਸੀ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਜਦੋਂ 뮤직 ਦੀ ਗੱਲ ਹੁੰਦੀ ਆ ਤਾਂ ਕਹਿੰਦੇ ਆ ਕਿ 뮤직 ਕਰਵਾਉਣਾ ਜਾਂ 뮤직 ਦੇ ਨਾਲ ਜਿਹੜੇ ਜੁੜੇ ਲੋਕ ਆ ਉਹ ਚੰਡੀਗੜ੍ਹ ਬੈਠੇ ਆ ਵੀ ਤੁਸੀਂ 뮤직 ਕਰਵਾਉਣਾ ਤਾਂ ਚੰਡੀਗੜ੍ਹ ਤੁਸੀਂ ਇੱਕ ਅੱਧਾ ਗਾਣਾ ਕੱਢਤਾ ਉਸ ਤੋਂ ਬਾਅਦ ਫਿਰ ਫਲੈਟ ਚੰਡੀਗੜ੍ਹ ਸਭ ਕੁਝ ਚੰਡੀਗੜ੍ਹ ਹੱਬ ਆ ਪਰ ਕੇਵੀ ਜਿਹੜਾ ਹੈਗਾ ਉਹ ਬਰਨਾਲੇ ਦੇ ਵਿੱਚ ਡੇਰੇ ਲਾਈ ਬੈਠਾ ਮੈਨੂੰ ਵੀਰੇ ਬਹੁਤ ਸਾਰੇ ਸਿੰਗਰ ਮੇਰੇ ਭਰਾ ਉਹ ਵੀ ਕਹਿੰਦੇ ਬਾਈ ਤੁਸੀਂ ਚੰਡੀਗੜ੍ਹ ਆਓ ਯਾਰ ਚੰਡੀਗੜ੍ਹ ਆਓ ਤੁਸੀਂ ਅਤੇ ਇੱਥੇ ਜ਼ਿਆਦਾ ਵਧੀਆ ਹੈਗਾ ਹੈ ਨਾ ਮਾਹੌਲ ਵੀ ਇਸ ਤਰੀਕੇ ਦਾ ਹੈਗਾ ਪਰ ਬਾਈ ਮੈਂ ਨਾ ਆਪਦੇ ਏਰੀਏ ਵਾਸਤੇ ਸੀਗਾ ਮੈਨੂੰ ਕੁਛ ਇੱਥੇ ਹੀ ਕਰਨਾ ਮੈਂ ਜਿਹੜਾ ਕੁਛ ਕਰਨਾ ਬਰਨਾਲੇ 'ਚ ਹਾਂ ਪਹਿਲਾਂ ਸਾਡੇ ਬਰਨਾਲੇ 'ਚ ਨਾ ਇਸ ਤਰੀਕੇ ਦਾ ਕੋਈ 뮤직 ਦੇ ਰਿਲੇਟਿਵ ਕੋਈ ਜ਼ਿਆਦਾ ਸਕੋਪ ਨਹੀਂ ਸੀਗਾ ਅਤੇ ਬਟ ਹੁਣ ਮੈਨੂੰ ਐਂ ਸੀ ਵੀ ਕੁਛ ਨਵਾਂ ਇੱਥੇ ਮੈਂ ਲੈ ਕੇ ਆਵਾਂ ਤਾਂ ਮੈਂ ਤਾਂ ਹੀ ਬਰਨਾਲੇ 'ਚ ਰਹਿ ਕੇ ਕੰਮ ਕਰਦਾ ਅੱਛਾ ਇੱਕ ਚੀਜ਼ ਹੋਰ ਆ ਫਿਰ ਕਿਹੜੇ ਕਿਹੜੇ ਸਿੰਗਰਾਂ ਨੂੰ ਬਰਨਾਲਾ ਦਿਖਾਤਾ ਆਲਮੋਸਟ ਸਾਰੇ ਹੈ ਨਾ ਆ ਗਏ ਕਮਰ ਗਰੇਵਾਲ ਬਾਈ ਦੀ ਤਾਂ ਸ਼ੁਰੂਆਤ ਹੀ ਇੱਥੋਂ ਹੋਈ ਹੈ ਜੀ ਹਾਂਜੀ ਅਤੇ ਬਹੁਤ ਸਾਰੇ ਬਾਈ ਰਾਜਵੀਰ ਜਵੰਦਾ ਉਹ ਵੀ ਕਾਫੀ ਇੱਥੇ ਆਉਂਦੇ ਨੇ ਗਾਣੇ ਕਰਦੇ ਨੇ ਨਿੰਜਾ ਬਾਈ ਹੋ ਗਿਆ ਕਮਲ ਖਾਨ ਵੀਰ ਹੋ ਗਏ ਅਤੇ ਸਾਰੇ ਆਲਮੋਸਟ ਆਰਟਿਸਟ ਆਉਂਦੇ ਰਹਿੰਦੇ ਆ ਆਉਂਦੇ ਰਹਿੰਦੇ ਕਿੰਨਾ ਸਮਾਂ ਹੋ ਗਿਆ ਹੁਣ ਤੋਂ ਮੈਨੂੰ ਵੀਰੇ ਮੈਂ 2010 ਤੋਂ ਕਰ ਰਿਹਾ ਕੰਮ 2010 ਤੋਂ ਹਾਂਜੀ ਇੱਥੇ 2010 ਤੋਂ ਮੈਂ ਕੰਮ ਕਰ ਰਿਹਾ ਤੇ ਹਾਂਜੀ ਪਿੰਡ 2010 ਤੋਂ ਪਿੰਡ 2010 ਤੋਂ ਹਾਂਜੀ 2010 ਤੋਂ ਕਰ ਰਹੇ ਹੋ ਤੇ ਹੁਣ 12 13 ਇੱਥੇ ਵੀਰੇ ਮੈਂ 2014 ਦੇ ਵਿੱਚ ਆਇਆ 2014 ਦੇ ਵਿੱਚ ਇਹ ਮੇਰਾ ਸਟੂਡੀਓ ਇੱਥੇ 4 ਸਾਲ ਬਾਅਦ ਤੁਸੀਂ ਜਿਹੜੇ ਹੈਗੇ ਉਹ ਇੱਥੇ ਆ ਗਏ ਸੀ ਪਹਿਲਾਂ ਪ੍ਰੋਪਰਲੀ ਪਿੰਡ ਹੀ ਸੀਗਾ ਵੀਰੇ ਉੱਥੇ ਨਾ ਤੇ ਉਹ ਸਟੂਡੀਓ ਮੇਰਾ ਆਪਣਾ ਹੀ ਬਣਾਇਆ ਹੋਇਆ ਸੀ ਤੇ ਆਪਣੇ ਘਰੇ ਪਿੰਡ 'ਚ ਅੱਛਾ ਉਹ ਆਪਦਾ ਹੀ ਬਣਾਇਆ ਹੋਇਆ ਸੀ ਹਾਂਜੀ ਹਾਂਜੀ ਅੱਛਾ ਓਵਰਆਲ ਕਿਵੇਂ ਦਾ ਰਿਹਾ ਫਿਰ ਹਿਸਾਬ ਕਿਤਾਬ ਜਿਹਾ ਬਹੁਤ ਵਧੀਆ ਵੀਰੇ ਠੀਕ ਰਿਹਾ ਪਹਿਲਾਂ ਇੰਨਾ ਹੁੰਦਾ ਨਹੀਂ ਸੀ ਵੀ ਪਤਾ ਨਹੀਂ ਸੀਗਾ ਕੀ ਹੈ ਹੈ ਨਾ ਮਾਹੌਲ ਕਿੱਦਾਂ ਦਾ ਵੀ ਕੀ ਕਰਨਾ ਅਤੇ ਹੌਲੀ ਹੌਲੀ ਜਦੋਂ ਸਟੈਪ ਬਾਈ ਸਟੈਪ ਕੰਮ ਕਰਦੇ ਗਏ ਗਾਣੇ ਗਾਣੇ ਆਉਂਦੇ ਰਹੇ ਤਾਂ ਚੱਲਦਾ ਰਿਹਾ ਪਹਿਲਾਂ ਸੀਗਾ ਪਰਿਵਾਰ ਦੇ ਵਿੱਚ ਕੁਛ ਨਾ ਕੁਛ ਫਿਰ ਮਿਊਜ਼ਿਕ ਦੇ ਨਾਲ ਨਹੀਂ ਸੀਗਾ ਬਾਈ ਕੋਈ ਰਿਲੇਟਿਵ ਹੈ ਨਾ ਤਾਂ ਮੇਰੇ ਫਾਦਰ ਸਾਹਿਬ ਸੀਗੇ ਉਹ ਸਾਹਿਤ ਨਾਲ ਜੁੜੇ ਹੋਏ ਸੀ ਕਿ ਉਹਨਾਂ ਦੀਆਂ ਕਹਾਣੀਆਂ ਦੀਆਂ ਬੁੱਕਸ 'ਤੇ ਸੀਗੇ ਆਈਆਂ ਹੋਈਆਂ ਅਤੇ ਉਹ ਸਾਹਿਤਕਾਰ ਸੀਗੇ ਅਤੇ ਉਹ ਥੋੜ੍ਹਾ ਜਿਹਾ ਹੈਗਾ ਸੀ ਪਰ 뮤직 ਨਾਲ ਕੋਈ ਇਸ ਤਰੀਕੇ ਨਾਲ ਨਹੀਂ ਸੀਗਾ ਅੱਛਾ ਤੇ ਜਦੋਂ ਫਿਰ ਬੰਦੇ ਦੀ ਸ਼ੁਰੂਆਤ ਹੁੰਦੀ ਹੈ ਫਿਰ ਘਰਦਿਆਂ ਨੇ ਨਹੀਂ ਕਦੇ ਕਿਹਾ ਕੋਈ ਇਹ ਚੀਜ਼ ਘਰਦਿਆਂ ਨੇ ਤਾਂ ਬਾਈ ਬਹੁਤ ਸਪੋਰਟ ਕੀਤੀ ਹੈ ਮੇਰੀ ਹਮੇਸ਼ਾ ਹੀ ਹੈ ਨਾ ਮੇਰੀ ਮੰਮੀ ਨੇ ਮੇਰੀ ਡੈਡੀ ਨੇ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਹੈ ਮੇਰੀ ਸਟੱਡੀ ਕਿੰਨੀ ਕਾ ਸਟੱਡੀ ਵੀਰੇ ਬਸ ਜਿੰਨੀ ਕਲਾਕਾਰਾਂ ਦੀ ਹੁੰਦੀ ਹੈ ਉਨੀ ਕਹਿ ਗਿਆ ਅੱਛਾ ਇੱਕ ਚੀਜ਼ ਹਾਂਜੀ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਚਲੋ ਸਾਂਝੀ ਕਰ ਲੈਣਾ ਜੇ ਤੁਸੀਂ ਆਖਿਆ ਵੀ ਜਦੋਂ ਮੈਂ ਪੜਦਾ 뮤직 ਦੇ ਵਿੱਚ ਆ ਗਿਆ ਜਦੋਂ 4 ਪੈਸੇ ਆਉਣੇ ਸ਼ੁਰੂ ਹੋ ਗਏ ਤੇ ਆਪਾਂ ਆਖਿਆ ਵੀ ਬਸ ਭਾਈ ਹੁਣ ਤਾਂ ਚੱਕ ਲਾ ਫਿਰ ਬਾਜਾ ਢੋਲ ਕੀਤੇ ਇਧਰ ਹੀ ਕੰਮ ਇੰਟਰਸਟ ਵੀਰੇ ਜਦੋਂ ਮੈਨੂੰ ਪਲੱਸ 2 ਤੋਂ ਬਾਅਦ ਜਦੋਂ ਹੋ ਗਿਆ ਪ੍ਰੋਪਰਲੀ ਮੈਂ ਆ ਗਿਆ ਇਧਰ ਨੂੰ ਅੱਛਾ ਜਦੋਂ ਮੇਰਾ ਰਿਜ਼ਲਟ ਆਇਆ ਪਲੱਸ 2 ਦਾ ਹਾਂ ਤੇ ਮੈਨੂੰ ਆਈਡੀਆ ਜਿਹਾ ਹੋ ਗਿਆ ਸੀ ਵੀ ਅੱਗੇ ਉਧਰ ਹੋਰ ਕੁਝ ਹੈ ਨਹੀਂ ਵਾਲਾ ਆਪਣੇ ਲਈ ਤੇ ਫਿਰ ਉਦੋਂ ਹੀ ਮੇਰਾ ਜ਼ਿਆਦਾ ਫਿਰ ਮੈਂ ਇਧਰ ਨੂੰ ਹੀ ਹੋ ਗਿਆ ਸੀ 뮤직 ਵਾਲੇ ਪਾਸੇ ਉਦੋਂ ਪ੍ਰੋਪਰ ਇਧਰਲੇ ਪਾਸੇ ਉਹ ਦੂਆ ਫਿਰ ਪ੍ਰੋਪਰ ਇਹ ਕਨਸੈਪਟ ਜਿਹੜਾ ਹਾਂਜੀ ਹਾਂਜੀ ਫਿਰ ਉਹ ਕਰਦੇ ਨਹੀਂ ਕਿਹਾ ਵੀ ਕਰਦੇ ਕਹਿੰਦੇ ਜੀ ਵੀਰੇ ਮੇਰੇ ਫਾਦਰ ਸਾਹਿਬ ਰੈਵਨਿਊ ਡਿਪਾਰਟਮੈਂਟ ਸੀਗੇ ਪਟਵਾਰੀ ਸੀਗੇ ਤੇ ਉਹ ਕਹਿੰਦੇ ਸੀ ਵੀ ਯਾਰ ਨਾਲ ਦੇ ਜਿਹੜੇ ਮੇਰੇ ਪਟਵਾਰੀ ਨੇ ਉਹਨਾਂ ਦੇ ਬੱਚੇ ਇੱਦਾਂ ਤੂੰ ਵੀ ਕਰ ਕੁਛ ਵਧੀਆ ਕੋਰਸ ਕਰ ਕੋਈ ਹੋਰ ਕਰ ਪਰ ਮੇਰਾ ਇੱਧਰ ਹੀ ਸੀਗਾ ਸਟਾਰਟਿੰਗ 'ਚ ਮਿਊਜ਼ਿਕ ਦੀਆਂ ਤੋਂ ਤੁਸੀਂ ਯਕੀਨ ਮੰਨਿਓ ਵੀਰੇ ਮੈਂ ਅੱਜ ਤੱਕ ਕੋਈ ਜੌਬ ਅਪਲਾਈ ਨਹੀਂ ਕੀਤੀ ਅੱਜ ਤੱਕ ਨਹੀਂ ਜਦੋਂ ਮੈਂ ਪੜ੍ਹਦਾ ਸੀ ਜਾਂ ਉਦੋਂ ਵੀ ਕੋਈ ਕਦੇ ਵੀ ਮੇਰਾ ਇਹੀ ਟਾਰਗੇਟ ਸੀ ਅਤੇ ਇਹੀ ਏਮ ਸੀ ਅਤੇ ਮੈਂ ਇੱਧਰ ਹੀ ਆਉਣਾ ਸੀ ਅੱਛਾ ਇੱਕ ਚੀਜ਼ ਹੋਰ ਆ ਪਹਿਲਾਂ ਤਾਂ ਇੱਕ ਗੱਲ ਤੁਹਾਨੂੰ ਮੈਂ ਵੀਰੇ ਨਾ ਕਹੋ ਤੁਸੀਂ ਮੈਨੂੰ ਜਾਸੀ ਕਮਲ ਦਾ ਮੁੰਡਾ ਉਹ ਨਾ ਕੈਮਰੇ ਚੱਲਦੇ ਨੇ ਚੱਲਦੇ ਨਹੀਂ ਨਹੀਂ ਆਪ ਕਹੋ ਉਹੀ ਹੈ ਨਾ ਆਪਣਾ ਮਿੱਤਰਤਾ ਵਾਲਾ ਆਪਾਂ ਗੱਲਾਂ ਬਾਤਾਂ ਹੀ ਕਰਨੀਆਂ ਠੀਕ ਹੈ ਅੱਛਾ ਇੱਕ ਚੀਜ਼ ਹੋਰ ਆ ਸ਼ੁਰੂਆਤ ਦੇ ਵਿੱਚ ਕੋਈ ਜੌਬ ਅਪਲਾਈ ਨਹੀਂ ਕੀਤੀ ਆਪ ਦੇ ਆਪ ਤੇ ਪਹਿਲੀ ਕਹੀ ਬਈ ਇੰਨਾ ਕੋਈ ਮੈਨੂੰ ਵੀਰੇ ਹੈਗਾ ਸੀ ਵੀ ਹਾਂ ਵੀ ਕੁਛ ਨਾ ਕੁਛ ਕਰੂੰਗਾ ਮੈਂ ਬਈ ਯਾਰ ਕਿਸੇ ਨਾ ਕਿਸੇ ਬੰਨੇ ਤਾਂ ਜਿਹੜਾ ਹਾਂ ਕਰਾਂਗੇ ਕੋਈ ਕਿਸੇ ਨਾ ਕਿਸੇ ਬੰਨੇ ਲੱਗਾ ਉਦੋਂ ਹਾਲਾਂਕਿ ਮੇਰੇ ਕੋਲੇ ਕੋਈ ਜ਼ਿਆਦਾ ਸੋਰਸ ਵੀ ਨਹੀਂ ਸੀਗੇ ਮੈਂ ਪਿੰਡ ਦੇ ਵਿੱਚ ਆਪ ਹੀ ਸਟੂਡੀਓ ਬਣਾਇਆ ਸੀ ਤੇ ਮੇਰੇ ਲੋਕਲ ਲੈਵਲ ਤੋਂ ਹੀ ਮੈਂ ਸਟਾਰਟ ਕੀਤਾ ਸੀ ਉੱਥੇ ਅੱਛਾ ਇੱਕ ਚੀਜ਼ ਹੋਰ ਵੀ ਆ ਪਿੰਡ ਵੀ ਉਹ ਮੱਲਾ ਸ਼ਾਇਦ ਜਿੱਥੇ ਸਿੱਧੀ ਬੱਸ ਵੀ ਨਹੀਂ ਜਾਂਦੀ ਹਾਂਜੀ ਬੱਸ ਨਹੀਂ ਆਉਂਦੀ ਸੀ ਵੀਰੇ ਉੱਥੇ ਹਾਂ ਤੇ ਪ੍ਰੋਬਲਮ ਆਉਂਦੀ ਸੀ ਜਿਹੜੇ ਮੇਰੇ ਕੋਲੇ ਕਲਾਕਾਰ ਸੀ ਜਿੱਦਾਂ ਕਿ ਮੈਂ ਸਟਾਰਟ ਕੀਤਾ ਸੀ ਉਹ ਸਾਰੇ ਮੇਰੇ ਕੋਲ ਕਲਾਕਾਰ ਵੀ ਮੇਰੇ ਬੱਸ ਤੇ ਆਉਣ ਵਾਲੇ ਸੀ ਤੇ ਫਿਰ ਮੈਂ ਆਪ ਹੀ ਉਹਨਾਂ ਨੂੰ ਲੈ ਕੇ ਆਉਂਦਾ ਹੁੰਦਾ ਸੀ ਤੇ ਆਪ ਹੀ ਤੇ ਉੱਥੇ ਲੋਕ ਕਰਦਾ ਸੀ ਉਹਨਾਂ ਨੂੰ ਲਿਆ ਕੇ ਉਸ ਤੱਕ ਲੈ ਜਾਣਾ ਲਿਆ ਕੇ ਫਿਰ ਛੱਡ ਕੇ ਵੀ ਜਾਣਾ ਉਹਨਾਂ ਨੂੰ ਅੱਛਾ ਇੱਕ ਚੀਜ਼ ਹੋਰ ਆ ਗੀਤਾਂ ਦੇ ਵਿੱਚ ਇੱਕ ਚੀਜ਼ ਬੜਾ ਆ ਵੱਡਾ ਕੇਵੀ ਸਿੰਘ ਹਾਂਜੀ ਇਹ ਕਿਵੇਂ ਤੁਸੀਂ ਸੋਚਿਆ ਵੀ ਯਾਰ ਆਹ ਚੀਜ਼ ਜੀ ਪਾਈ ਜਾਵੇ ਇਹ ਵੀਰੇ ਅਸਲ ਮੈਂ ਮੈਡਮ ਦੀਪਕ ਢਿੱਲੋਂ ਉਹਨਾਂ ਦਾ ਸੀਗਾ ਕਨਸੈਪਟ ਤੇ ਜਦੋਂ ਗਾਣਾ ਕਰਿਆ ਉਹਨਾਂ ਨੇ ਬੋਲਤਾ ਮੈਨੂੰ ਵਧੀਆ ਲੱਗਿਆ ਤੇ ਉਹ ਇੰਨਾ ਪਸੰਦ ਕੀਤਾ ਸਾਰਿਆਂ ਨੇ ਫਿਰ ਬਹੁਤ ਗਾਣਿਆਂ ਦੇ ਵਿੱਚ ਉਸ ਤਰੀਕੇ ਦੇ ਡਾਇਲੋਗ ਆਏ ਤੇ ਹਾਂਜੀ ਉਹ ਮੈਡਮ ਨੇ ਬੋਲਿਆ ਸੀ ਹੁਣ ਤੱਕ ਗਿਣਤੀ ਮਿਣਤੀ ਹੈ ਗਿਣਤੀ ਵੀ ਵੀਰੇ ਤਕਰੀਬਨ 2000 ਗਾਣੇ ਦੇ ਕਰੀਬ ਹੋ ਗਿਆ ਜੀ 뮤직 ਹਾਂਜੀ 2000 ਗਾਣੇ ਦੇ ਕਰੀਬ ਹੁਣ ਤੱਕ ਹਾਂਜੀ ਹਾਂਜੀ ਸ਼ੁਰੂਆਤ ਸੋਚਿਆ ਸੀ ਵੀ ਯਾਰ ਨਹੀਂ ਵੀਰੇ ਉਦੋਂ ਐਂ ਸੀਗਾ ਵੀ ਹਾਂ ਕਰਾਂਗੇ ਜ਼ਰੂਰ ਪਰ ਐਂ ਨਹੀਂ ਪਤਾ ਸੀ ਮਹਾਰਾਜ ਇੰਨੀ ਕਿਰਪਾ ਕਰਨਗੇ ਨਾ ਤੇ ਬੰਬੇ ਦਾ ਗੇੜਾ
ਤੇ ਉਹ ਕਹਿੰਦਾ ਯਾਰ ਆਪਾਂ ਅਲਕਾ ਜਾਗਰਿਕ ਜੀ ਨਾਲ ਗਾਣਾ ਕਰਨਾ ਤੇ ਉਹ ਮੇਰਾ ਇੱਕ ਦੋਸਤ ਸੀ ਉਹਨੇ ਮੈਨੂੰ ਦੱਸਿਆ ਵੀ ਯਾਰ ਆਪਾਂ ਕਰਦੇ ਹਾਂ ਕੰਟੈਕਟ 'ਚ ਹੈਗੇ ਨੇ ਆਪਣੇ ਅਤੇ ਕਰਦੇ ਹਾਂ ਅਤੇ ਬਟ ਮੈਂ ਤੁਸੀਂ ਯਕੀਨ ਮੰਨਿਓ ਜਦੋਂ ਮੈਂ ਬੰਬੇ ਗਿਆ ਸੀ ਅਤੇ ਬਈ ਮੈਂ ਲੁਧਿਆਣੇ ਵੀ ਨਹੀਂ ਕਦੇ ਗਿਆ ਸੀ ਹਾਂ ਬਹੁਤ ਪਿੰਡ 'ਚ ਜਿਵੇਂ ਆਪਾਂ ਨੋਰਮਲ ਅਤੇ ਮੇਰਾ ਉਸ ਤਰੀਕੇ ਦਾ ਸੀ ਫਿਰ ਮੈਂ ਬਈ ਟ੍ਰੇਨ ਟਰੂਨ ਫੜ ਕੇ ਕਿਵੇਂ ਨਾ ਕਿਵੇਂ ਪਹੁੰਚ ਗਿਆ ਉੱਥੇ ਬੰਬੇ ਪਹੁੰਚੇ ਹਾਂ ਕਰਕੇ ਆਇਆ ਫਿਰ ਗਾਣਾ ਉੱਥੇ ਉਸ ਵੇਲੇ ਗਾਣਾ ਕੀਤਾ ਹਾਂਜੀ ਅਤੇ ਕਿਵੇਂ ਰਹਾ ਫਿਰ ਐਕਸਪੀਰੀਅੰਸ ਉੱਥੇ ਕਿਵੇਂ ਬਹੁਤ ਵਧੀਆ ਬਈ ਕੇਰਾ ਇੱਕ ਵਾਰੀ ਤਾਂ ਹੱਥ ਕੰਬਦੇ ਸੀ ਜਦੋਂ ਗਾਣੇ ਗਏ ਮੈਂ ਐਡੇ ਵੱਡੇ ਆਰਟਿਸਟ ਨੂੰ ਪਹਿਲੀ ਵਾਰੀ ਹੈ ਨਾ ਦੇਖਿਆ ਪਿੰਡ 'ਚ ਰਹਿੰਦੇ ਸੀ ਕੋਈ ਮਾਹੌਲ ਨਹੀਂ ਸੀ ਅਤੇ ਬੜਾ ਡਰ ਜਿਹਾ ਪਰ ਉਹ ਬੜੇ ਵਧੀਆ ਬੰਦੇ ਨੇ ਯਾਰ ਉੱਥੇ ਸਾਰੇ ਬੰਬੇ ਨਾ ਅਲਕਾ ਜੀ ਨੇ ਇੰਨਾ ਮੈਨੂੰ ਕੰਫਰਟ ਫੀਲ ਕਰਾਇਆ ਅਤੇ ਬਹੁਤ ਵਧੀਆ ਨੇ ਅੱਛਾ ਬਾਈ ਪਹਿਲਾਂ ਹੀ ਹੁਣ ਇਹ ਤਾਂ ਹੁੰਦਾ ਨੇ ਜਦੋਂ ਬੰਦਾ ਇੱਕ ਤਾਂ ਪਹਿਲੀ ਗੱਲ ਤਾਂ ਕਿਉਂਕਿ ਮਿਊਜ਼ਿਕ ਦੀ ਚੱਕਾਂ 'ਚ ਆਉਂਦੀਆਂ ਇੰਨੀਆਂ ਦੁਨੀਆ ਹੀ ਇਹ ਵੱਖਰੀ ਹੁੰਦੀ ਆ ਕਿ ਕਲਾਕਾਰਾਂ ਦੀ ਹੋ ਗਿਆ ਸਭ ਕੁਛ ਦੁਨੀਆ ਵੱਖਰੀ ਆ ਜਦੋਂ ਪਿੰਡ ਦੇ ਵਿੱਚ ਸਟੂਡੀਓ ਖੋਲ੍ਹਣਾ ਉਹ ਵੀ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਆਪਦਾ ਸਿੰਪਲ ਜਿਹਾ ਕਨਸੈਪਟ ਕਰਕੇ ਖੋਲ੍ਹਣਾ ਉਹ ਵੀ ਆਪਦੇ ਘਰ ਦੇ ਚਵਾਰੇ ਦੇ ਵਿੱਚ ਖੋਲ੍ਹਣਾ ਕਲਾਕਾਰਾਂ ਨੂੰ ਵੀ ਗਾਹਾਂ ਮੋਟਰਸਾਈਕਲ 'ਤੇ ਲੈ ਕੇ ਜਾਣਾ ਫਿਰ ਤਾਂ ਸ਼ਾਇਦ ਕਲਾਕਾਰਾਂ ਤੱਕ ਪਹੁੰਚ ਕਰਨੀ ਬੜੀ ਔਖੀ ਹੋਣੀ ਆ ਬਈ ਤੁਸੀਂ ਯਕੀਨ ਮੰਨਿਓ ਜਦੋਂ ਮਤਲਬ ਡਬਿੰਗ ਹੁੰਦੀ ਸੀ ਮੇਰੀ ਅਤੇ ਅਸੀਂ ਸਟਾਰਟ ਕਿਵੇਂ ਕਰਿਆ ਸਾਨੂੰ ਪਤਾ ਹੁੰਦਾ ਵੀ ਸਾਊਂਡ ਕਿੱਦਾਂ ਉਹ ਕਰਨੀ ਆ ਚਵਾਰੇ 'ਚ ਜਦੋਂ ਸਟਾਰਟ ਕੀਤਾ ਅਸੀਂ ਵੀਰੇ ਰਜਾਈ ਹੁੰਦੀ ਸੀ ਜਿਹੜੀ ਰਜਾਈ ਰਜਾਈ ਦੇ ਵਿੱਚ ਬੈਠ ਕੇ ਵੀ ਡਬਿੰਗਾਂ ਕਰਦੇ ਰਹੇ ਐਂ ਕਰਕੇ ਵੀ ਯਾਰ ਆਵਾਜ਼ ਨਾ ਸਾਡੀ ਬਾਹਰ ਆਵੇ ਮਤਲਬ ਬੜੇ ਲੋਕਲ ਲੈਵਲ ਤੋਂ ਯਾਰ ਸੱਚੀ ਸਟਰਗਲ ਤੋਂ ਉੱਥੋਂ ਕਰੀ ਸੀ ਸਟਾਰਟ ਅੱਛਾ ਅਤੇ ਫਿਰ ਜਿਵੇਂ ਕਲਾਕਾਰ ਸੌਖੇ ਪਹੁੰਚ ਜਾਂਦੇ ਸੀ ਹਾਂ ਮਤਲਬ ਆ ਜਾਂਦੇ ਸੀ ਬਈ ਕੋਈ ਜ਼ਿਆਦਾ ਉਦੋਂ ਟਰੱਸਟ ਵੀ ਨਹੀਂ ਕਰਦਾ ਸੀ ਵੀ ਕਰ ਦੇਣੇ ਕਿੱਥੇ ਯਾਰ ਪਿੰਡ 'ਚ ਬੈਠੇ ਹੈ ਕੀ ਕਰਨਗੇ ਤੋ ਯਕੀਨ ਵੀ ਨਹੀਂ ਕੋਈ ਕਰਦਾ ਸੀ ਉਦੋਂ ਵਾਲਾ ਥਰਮਾਕੋਲ ਲਾ ਕੇ ਵੀਰੇ ਤੇ ਉੱਪਰ ਬਸ ਪੇਪਰ ਪੂਪਰ ਜਿਹਾ ਲਾ ਕੇ ਨੋਰਮਲ ਹੀ ਸੀਗਾ ਚਵਾਰਾ ਖਾਲੀ ਕਰਕੇ ਉਹਨੂੰ ਬਾਹਰ ਬੈੱਡ ਬੁੱਡ ਜੇ ਕੱਢ ਕੇ ਉੱਥੇ ਮਾਹੌਲ ਜਿਹਾ ਬਣਾ ਕੇ ਉਹਦਾ ਕਰਿਆ ਰਹਿਣ ਬਸੇਰਾ ਬਾਹਰ ਕਰਤਾ ਵੀ ਸਾਰੇ ਕਲਾਕਾਰਾਂ ਨੂੰ ਫੋਨ ਕਰਦੇ ਸੀ ਵੀ ਬਾਈ ਗਾਣਾ ਕਰਾ ਲਓ ਕਈ ਯਕੀਨ ਕਰਦੇ ਨਹੀਂ ਸੀਗੇ ਹਨਾ ਤੋ ਬਹੁਤ ਕਲਾਕਾਰਾਂ ਨੂੰ ਮੈਂ ਫੋਨ ਕੀਤੇ ਵੀ ਬਾਈ ਐਂ ਕਰ ਸਕਦੇ ਆ ਆਪਾਂ ਦੇਖੋ ਜੀ ਗਾਣਾ ਕਰਾ ਕੇ ਦੇਖੋ ਕੋਈ ਨਹੀਂ ਮੰਨਦਾ ਸੀ ਉਦੋਂ ਹਾਂ ਫਿਰ ਕਦੋਂ ਥੋੜਾ ਥੋੜਾ ਨਾਮ ਕਦੋਂ ਹੋਣ ਲੱਗਿਆ ਅਮਲੇ ਸਿੰਘ ਵਾਲੇ ਜਦੋਂ ਬਾਈ ਅਸਲ ਮੈਂ ਨਾ ਕਮਰ ਬਾਈ ਮੈਨੂੰ ਮਿਲੇ ਤੇ ਯੂਨੀਵਰਸਿਟੀ ਦੇ ਵਿੱਚ ਹੁੰਦੇ ਸੀਗੇ ਬਾਈ ਰਘਵੀਰ ਬੋਲੀ ਉਹਨਾਂ ਦਾ ਨਾਲ ਸਰਕਲ ਵਧੀਆ ਸੀ ਬਾਈ ਦਾ ਕਮਰ ਬਾਈ ਦਾ ਅਤੇ ਮੈਂ ਬਾਈ ਨੂੰ ਕਿਹਾ ਮੈਂ ਬਾਈ ਯਾਰ ਮੈਂ ਬਾਈ ਦਾ ਗਾਣਾ ਕਰਨਾ ਵੀ ਐਂ ਕਰਾਓ ਕਰਿਓ ਬਾਈ ਨੇ ਕਾਲ ਕਰਕੇ ਕਮਰ ਬਾਈ ਨੂੰ ਮੈਨੂੰ ਨੰਬਰ ਦੇ ਕੇ ਬਾਈ ਨਾਲ ਮੇਰਾ ਕਰਾਇਆ ਸੀ ਟਾਈਅਪ ਅਤੇ ਫਿਰ ਅਸੀਂ ਇਕੱਠੇ ਕੰਮ ਕਰਨ ਲੱਗ ਗਏ ਮੈਂ ਅਤੇ ਬਾਈ ਫਿਰ ਮਸਤ ਬਣਾ ਦੇਣਗੇ ਬੀਬਾ ਅੱਖਾਂ ਸਾਰੇ ਗਾਣੇ ਉਹ ਜਿਹਨਾਂ ਨੂੰ ਤੂੰ ਦਿਸਦਾ ਹੋਰ ਹੀ ਅੱਖਾਂ ਨੇ ਅਤੇ ਜਿਹੜਾ ਹੁਣ ਮਸਤ ਬਣਾ ਦੇਣਗੇ ਬਾਈ ਕੋਨਸੈਪਟ ਕਿੰਨਾ ਦਾ ਸੀ ਇਹ ਬਾਈ ਦਾ ਸੀਗਾ ਜੀ ਉਹਨਾਂ ਨੇ ਲਿਰਿਕਸ ਆਪਣਾ ਵੀਰ ਨਵਦੀਪ ਸੀਗਾ ਜੀ ਪਟਿਆਲੇ ਤੋਂ ਉਹਨਾਂ ਦਾ ਲਿਖਿਆ ਹੋਇਆ ਸੀਗਾ ਗਾਣਾ ਅਤੇ ਉਸ ਤੋਂ ਉਮੀਦ ਸੀਗੀ ਉਸ ਵੇਲੇ ਇੰਨੀ ਕੋਈ ਨਹੀਂ ਵੀਰੇ ਮੈਨੂੰ ਲੱਗਦਾ ਹਲਾ ਨਹੀਂ ਦਿੱਤਾ ਸੀ ਹਾਂਜੀ ਬਾਈ ਉਦੋਂ ਬਾਈ ਨਾ ਜਦੋਂ ਮਤਲਬ ਗਾਣੇ ਉਸ ਤਰੀਕੇ ਦੇ ਚੱਲਦੇ ਸੀ ਜਦੋਂ ਬਾਈ ਦਾ ਜਿਸ ਤਰੀਕੇ ਦੀ ਬਾਈ ਦਾ ਸੀਗਾ ਅੰਦਾਜ਼ ਸੀਗਾ ਉਹ ਕਹਿੰਦੇ ਯਾਰ ਨਹੀਂ ਯਾਰ ਇਸ ਤਰੀਕੇ ਦੇ ਗਾਣੇ ਕਿੱਥੇ ਪਰ ਮੈਂ ਲੱਗਿਆ ਹੀ ਰਿਹਾ ਬਾਈ ਤੁਸੀਂ ਯਕੀਨ ਇੱਕ ਸਾਲ ਮੈਂ ਉਸ ਪ੍ਰੋਜੈਕਟ 'ਤੇ ਲੱਗਿਆ ਰਿਹਾ ਇੱਕ ਸਾਲ ਪਤਾ ਹੀ ਨਹੀਂ ਕਿੰਨੇ ਕੁ ਵਾਰੀ ਗਾਣੇ ਬਣਾਏ ਅਸਲ ਮੈਂ ਪ੍ਰੈਕਟਿਸ ਉੱਥੇ ਹੋਈ ਮੇਰੀ ਜਿਵੇਂ ਮੈਂ ਗਾਣਾ ਬਣਾ ਲੈਂਦਾ ਸੀ ਬਾਈ ਕਹਿੰਦਾ ਨਹੀਂ ਯਾਰ ਹਜੇ ਗੱਲ ਨਹੀਂ ਬਣੀ ਆਪਾਂ ਹੋਰ ਕਰਦੇ ਹਾਂ ਕੁਛ ਇਹ 'ਚ ਐਡ ਕਰਦੇ ਕਰਦੇ ਤੁਸੀਂ ਜੇ ਜੇ ਮਸਤ ਬਣਾ ਦੇਣਗੇ ਬੀਬਾ ਇੱਕ ਹਾਂ ਤਾਂ ਮੈਂ ਘੱਟੋ ਘੱਟ 15 ਵਾਰੀ ਇਹ ਗਾਣਾ ਬਣਾਇਆ ਹੋਊਗਾ ਮਸਤ ਬਣਾ ਦੇਣਗੇ ਹਾਂ ਅਤੇ ਅੱਖਾਂ ਗਾਣਾ ਹੋਰ ਕਿੰਨੇ ਵਾਰੀ ਅਸੀਂ ਕਿੰਨੇ ਕਿੰਨੇ ਗਾਣੇ ਬਣਾਏ ਉੱਥੇ ਪ੍ਰੈਕਟਿਸ ਹੋਈ ਆ ਅਸਲੀ ਮੈਨੂੰ ਬਹੁਤ ਗਾਈਡ ਕੀਤਾ ਉਸ ਤੋਂ ਬਾਅਦ ਤੁਸੀਂ ਆਪਦੇ ਫੋਨ ਤੇ ਮੇਰੇ ਨਾਲ ਇੱਕ ਵਾਰ ਗੱਲ ਕਰੀ ਸੀ ਆਪਦੇ ਬ੍ਰਦਰ ਨੂੰ ਮੈਂ ਮਿਊਜ਼ਿਕ ਜਿਹੜਾ ਲਾਈਨ ਦੇ ਵਿੱਚ ਲੈ ਆ ਚਾਹੇ ਜਿਹੜਾ ਜਿਹਨੇ ਨੂੰ ਮਿਊਜ਼ਿਕ ਦੀ ਥੋੜੀ ਬਹੁਤੀ ਜਾਣਕਾਰੀ ਵੀ ਨਹੀਂ ਸੀ ਹਾਂਜੀ ਉਹ ਕਿੱਸਾ ਸਾਂਝਾ ਜ਼ਰੂਰ ਕਰੇ ਉਹ ਮੇਰਾ ਬ੍ਰਦਰ ਸੀਗਾ ਵੀਰੇ ਮੇਰੇ ਨਾਲ ਹੀ ਕੰਮ ਕਰਦਾ ਹਾਰ ਵੀ ਸਾਰੇ ਮੈਨੂੰ ਜਾਣਦੇ ਆ ਜਿੰਨੇ ਵੀ ਹੈ ਨਾ ਅਤੇ ਉਹਦਾ ਕੋਈ ਇੰਟਰਸਟ ਨਹੀਂ ਸੀਗਾ ਅਤੇ ਮੈਨੂੰ ਲੱਗਿਆ ਵੀ ਇਹਨੂੰ ਮੈਂ ਸਿਖਾਉਣਾ ਸਟਾਰਟ ਕਰਦਾ ਅਤੇ ਬਈ ਇੰਨਾ ਮਤਲਬ ਅੱਜ ਹੌਲੀ ਥੋੜ੍ਹਾ 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 ਮੈਂ ਸਿਖਾਉਂਦਾ ਗਿਆ ਉਹਨੂੰ ਜ਼ਿਆਦਾ ਬਰਡਨ ਨਹੀਂ ਪਾਇਆ ਉਹਦੇ 'ਤੇ ਅਤੇ ਪਰ ਬਹੁਤ ਜ਼ਿਆਦਾ ਉਹ ਸੀਗਾ ਅਤੇ ਵਧੀਆ ਅੱਜ ਕੱਲ੍ਹ ਸਾਰੇ ਜਾਣਦੇ ਉਹਨੂੰ ਔਰ ਕਮਾਲ ਦਾ ਕੰਮ ਕਰਦਾ ਹੋਈ ਉਦੋਂ ਉਦੋਂ ਕੋਈ ਬਹੁਤਾ ਨਹੀਂ ਜਿਹੜਾ ਬਰਡਨ ਬੁਰਡਨ ਨਹੀਂ ਪਾਇਆ ਨਹੀਂ ਨਹੀਂ ਅੱਛਾ ਉਹ
ਮਤਲਬ ਓਵਰਆਲ ਸਾਰਾ ਐਕਸਪੀਰੀਅੰਸ ਕਿਵੇਂ ਦਾ ਹੁਣ ਤੱਕ ਦਾ ਜੇ ਐਕਸਪੀਰੀਅੰਸ ਦੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਇਹ ਗੱਲ ਉਹ ਸਵਾਦ ਵੱਧ ਉੱਥੇ ਆਉਂਦਾ ਸੀ ਕਿ ਸਵਾਦ ਵੱਧ ਇੱਥੇ ਆਉਂਦਾ ਪਿੰਡ ਵੀ ਬਹੁਤ ਸਵਾਦ ਆਉਂਦਾ ਸੀ ਯਾਰ ਬਹੁਤ ਬਹੁਤ ਜ਼ਿਆਦਾ ਸਵਾਦ ਆਉਂਦਾ ਸੀ ਉੱਥੇ ਕੰਮ ਕਰਕੇ ਇੱਕ ਹੁਣ ਤੁਸੀਂ ਮੈਨੂੰ ਹੁਣ ਹੋਰ ਵੀ ਦੱਸ ਰਹੇ ਸੀ ਕਹਿੰਦੇ ਮੈਂ ਆਪਦਾ ਮਿਊਜ਼ਿਕ ਜਿਹੜਾ ਵਾ ਆਪਦੇ ਬੈੱਡਰੂਮ 'ਚ ਥੋੜ੍ਹਾ ਸਟੂਡੀਓ ਜਿਹੜਾ ਬਣਾਇਆ ਮੈਂ ਉੱਥੇ ਹੀ ਬਣਾਉਣਾ ਇੱਕ ਉੱਥੇ ਲਾਇਆ ਹੋਇਆ ਸਟੂਡੀਓ ਕੀ ਕਰਨਾ ਉਹ ਬਾਈ ਜਦੋਂ ਥੋੜ੍ਹਾ ਜਿਹਾ ਮੂਡ ਹੁੰਦਾ ਫਿਰ ਉੱਥੇ ਕਰਦੇ ਹਾਂ ਜੀ ਕੰਮ ਡਟੀ ਰਹੀਦਾ ਆਪਾਂ ਕਦੇ ਪਤਾ ਕੀ ਹੈ ਵੀਰੇ ਮੇਰੇ ਨਾ ਇੱਕੋ ਹੀ ਗੱਲ ਮੈਂ ਮੰਨਦਾ ਨਾ ਦਿਲ ਛੱਡੋ ਨਾ ਪੈਰ ਛੱਡੋ ਬਸ ਕੰਮ ਕਰਦੇ ਰਹੋ ਤੁਸੀਂ ਬੜਾ ਇਹ ਚੀਜ਼ 'ਚ ਨਹੀਂ ਜਾਣਾ ਚਾਹੀਦਾ ਬਸ ਕੰਮ ਕਰਦੇ ਰਹੋ ਸਫਲਤਾ ਮਿਲਦੀ ਮਿਲਦੀ ਹੈ ਜਿਹੜੀ ਚੀਜ਼ ਠਾਣਦੇ ਉਹ ਤੇ ਲੱਗੇ ਬਸ ਬੈਲੈਂਸ 'ਚ ਰਹੋ ਹਾਂ ਬੈਲੈਂਸ ਵੀ ਜਿੰਨੇ ਕੁ ਹੈਗੇ ਉਨਾ ਕੁ ਹਾਂ ਉਨਾ ਕੁ ਦਿਖਾਓ ਜਿੰਨਾ ਕੁ ਆਪਾਂ ਹੈਗੇ ਹਾਂ ਜੇ ਮੰਨ ਲਓ ਅੱਜ ਮੈਂ ਆਹ ਹੰਢਾ ਰਿਹਾ ਕੱਲ੍ਹ ਇਹ ਨਾ ਰਹੇ ਤਾਂ ਵੀ ਮੈਨੂੰ ਕੋਈ ਬਾਹਲਾ ਫਰਕ ਨਾ ਪਵੇ ਸੋ ਬੈਲੈਂਸ 'ਚ ਚੱਲਦਾ ਰਹੇ ਬੰਦਾ ਜ਼ਿਆਦਾ ਵਧੀਆ ਰਹਿੰਦਾ ਅੱਛਾ ਇੱਕ ਚੀਜ਼ ਹੋਰ ਵੀ ਆ ਹੁਣ ਪਰ ਜਿਹੜੇ ਕਲਾਕਾਰੀ ਲਾਈਨ ਆ ਜਿਹੜੀ ਹਾਂਜੀ ਅਸੀਂ ਅਕਸਰ ਦੇਖਦੇ ਹਾਂ ਸ਼ਾਇਦ ਜਿਹੜੇ ਕਲਾਕਾਰ ਕੋਲ ਵੱਡੀ ਗੱਡੀ ਨਾ ਹੋਵੇ ਜਿਹੜੇ ਕਲਾਕਾਰ ਕੋਲ ਚਾਰ ਬੌਂਸਰ ਨਾ ਹੋਣ ਜਿਹੜੇ ਕਲਾਕਾਰ ਕੋਲ ਅੱਗੇ ਪਿੱਛੇ ਹੋਰ ਦੋ ਚਾਰ ਗੱਡੀਆਂ ਨਾ ਹੋਣ ਮੈਨੂੰ ਲੱਗਦਾ ਉਹਨੂੰ ਤਾਂ ਉਹ ਕਹਿੰਦਾ ਕਿ ਮੈਂ ਤਾਂ ਯਾਰ ਸ਼ਾਇਦ ਕਲਾਕਾਰ ਹੀ ਲੱਗਣਾ ਬਿਲਕੁਲ ਵੀਰੇ ਪਤਾ ਕੀ ਹੈ ਨਾ ਜਿਵੇਂ ਜੇ ਆਪਾਂ ਗੱਲ ਕਰੀਏ ਕਲਾਕਾਰਾਂ ਦੀ ਬੈਲੈਂਸ ਤਾਂ ਸਾਡੇ ਕੋਲ ਅਕਾਊਂਟ 'ਚ ਘੱਟ ਹੀ ਹੁੰਦਾ ਅੱਛਾ ਅਤੇ ਪਰ ਐਂ ਵੀ ਅਸੀਂ ਹੁੰਦਾ ਵੀ ਅੱਜ ਕੱਲ੍ਹ ਦਿਖਾਵਾ ਲੋਕ ਵੀ ਯਾਰ ਉਹੋ ਜਿਹੇ ਹੋ ਗਏ ਉਹਨਾਂ ਦਾ ਵੀ ਕਸੂਰ ਹੈ ਨਾਲ ਹੀ ਉਹ ਕਹਿੰਦੇ ਵੀ ਯਾਰ ਆਹ ਬੰਦੇ ਕੋਲ ਜ਼ਿਆਦਾ ਹੀ ਹੈ ਤਾਂ ਯਾਰ ਜਿਹੜਾ ਦੂਰ ਰੱਖਦਾ ਉਹਨਾਂ ਤੋਂ ਬੜਾ ਉਹਨੂੰ ਜ਼ਿਆਦਾ ਲਾਈਕ ਕਰਦੇ ਆ ਬਹੁਤ ਆਰਟਿਸਟ ਇਹੋ ਜਿਹੇ ਨੇ ਜਿਹੜੇ ਸਟਰਗਲ ਕਰ ਰਹੇ ਨੇ ਵਧੀਆ ਗਾ ਰਹੇ ਨੇ ਪਰ ਉਹਨਾਂ ਨੂੰ ਉਹ ਬੰਦੇ ਨਹੀਂ ਦਿਖਾ ਪਾ ਰਹੇ ਉਹ ਚੀਜ਼ਾਂ ਫਿਰ ਲੋਕ ਕਹਿੰਦੇ ਯਾਰ ਨਹੀਂ ਯਾਰ ਇਹ ਨਹੀਂ ਚੱਲ ਰਿਹਾ ਯਾਰ ਫਿਰ ਕੀ ਦਿਖਾਵੇ ਦੀ ਗੱਲ ਆਏ ਸਾਰੀ ਯਾਰ ਦਿਖਾਵੇ ਹਾਂ ਲੋਕ ਹਰ ਬੰਦਾ ਹੀ ਉਹ ਦਿਖਾਵੇ ਮਗਰ ਪੈ ਗਿਆ ਹਰ ਕਿੱਤੇ ਦੇ ਵਿੱਚ ਕੋਈ ਨਾ ਕੋਈ ਸਾਡਾ ਉਸਤਾਦ ਜ਼ਰੂਰ ਹੁੰਦਾ ਹਾਂਜੀ ਅਸੀਂ ਸਿੱਖਦੇ ਜ਼ਰੂਰ ਆ ਚਾਹੇ ਕਲਾਕਾਰੀ ਹੋ ਚਾਹੇ ਕੋਈ ਵੀ ਚੀਜ਼ ਹੋਵੇ ਹੈ ਨਾ ਅਤੇ ਇਸ ਚੀਜ਼ ਦੇ ਕਿੱਤੇ ਦੇ ਵਿੱਚ ਤੁਹਾਡੇ ਉਸਤਾਦ ਜਿਹੜੇ ਨੇ ਉਹ ਕਿਹੜੇ ਰਹੇ ਨੇ ਹਾਲਾਂਕਿ ਤੁਸੀਂ ਭਾਵੇਂ 12ਵੀਂ ਤੋਂ ਪਹਿਲਾਂ ਹੀ ਇਸ ਕੰਮ ਦੇ ਵਿੱਚ ਕਿੱਤੇ ਦੇ ਵਿੱਚ ਕੌਣ ਰਹੇ ਨੇ ਉਸਤਾਦ ਵੀਰੇ ਮੇਰੇ ਉਸਤਾਦ ਹਰਪਾਲ ਸਿੰਘ ਸਨੇਹੀ ਜੀ ਅਤੇ ਉਹ ਕਾਫੀ ਆਰਟਿਸਟ ਵੀ ਸੀ ਅੱਜ ਕੱਲ੍ਹ ਕੀਰਤਨ ਵੀ ਕਰਦੇ ਅਤੇ ਮੈਂਡੋਲੀਅਨ ਵੀ ਵਜਾਉਂਦੇ ਨੇ ਗਾਣਿਆਂ ਦੇ ਵਿੱਚ ਕੁਛ ਸਿਖਾਇਆ ਬਹੁਤ ਕੁਛ ਬਾਈ ਉਹਨਾਂ ਤੋਂ ਸਿੱਖਿਆ ਅਤੇ ਆਹ ਬੈਲੈਂਸ 'ਚ ਰਹਿਣਾ ਵੀ ਉਹਨਾਂ ਨੇ ਸਿਖਾਇਆ ਅੱਛਾ ਹਾਂਜੀ ਜਦੋਂ ਵੀ ਕੋਈ ਮੇਰੇ 'ਚ ਉਹਨਾਂ ਨੂੰ ਲੱਗਦੀ ਹੈ ਤਾਂ ਗੱਲ ਉਹ ਮੈਨੂੰ ਕਹਿ ਦਿੰਦੇ ਆ ਵੀ ਨਹੀਂ ਯਾਰ ਪੁੱਤਰਾ ਇਹ ਆਪਣਾ ਕੰਮ ਨਹੀਂ ਹੈਗਾ ਇਹ ਇੱਥੇ ਰੱਖ ਤੂੰ ਅੱਛਾ ਨਵੇਂ ਮੁੰਡੇ ਵੀ ਬਾਈ ਹੁਣ ਕਿਹੜੀ ਆਉਂਦੇ ਆ ਕੇਵੀ ਕੋਲੇ ਹਾਂਜੀ ਬਹੁਤ ਸਾਰੇ ਆਉਂਦੇ ਆ ਵੀਰੇ ਕੀ ਮੁੰਡਿਆਂ ਦੇ ਵਿੱਚ ਕੀ ਚੀਜ਼ ਦੇਖਦੇ ਨੇ ਜਿਹੜਾ ਕਈ ਮੁੰਡੇ ਬਹੁਤ ਟੈਲੈਂਟਡ ਨੇ ਬਾਈ ਹੁਣ ਆ ਰਹੇ ਨੇ ਹਾਂ ਅਤੇ ਜ਼ਿਆਦਾਤਰ ਫਿਰ ਘੱਟ ਵੀ ਆ ਰਹੇ ਨੇ ਅੱਛਾ ਕਈ ਦੋਨੇ ਪੱਖੀ ਨੇ ਬਾਈ ਅੱਛਾ ਅਤੇ ਜਿਹੜੇ ਟੈਲੈਂਟਡ ਨੇ ਅਤੇ ਉਹ ਬਹੁਤ ਹੀ ਕਮਾਲ ਦੇ ਨੇ ਪਰ ਉਹਨਾਂ ਕੋਲ ਸ਼ਾਇਦ ਪੈਸੇ ਪੁੱਛਦੇ ਹਾਂ ਉਹ ਕਈਆਂ ਮੈਂ ਤਾਂ ਬਹੁਤ ਕਾਫੀ ਗਾਣੇ ਕਰ ਦਿੰਦਾ ਬਾਈ ਕਈ ਇਹੋ ਜਿਹੇ ਮੁੰਡਿਆਂ ਦੇ ਮੈਂ ਫ੍ਰੀ 'ਚ ਵੀ ਗਾਣੇ ਕਰ ਦਿੰਦਾ ਜੇ ਮੈਨੂੰ ਵਧੀਆ ਲੱਗੇ ਅੱਛਾ ਹਾਂ ਟੈਲੈਂਟ ਰੂਮ ਮੈਂ ਪ੍ਰਮੋਟ ਕਰਦਾ ਵੀਰੇ ਨਹੀਂ ਵੀਰੇ ਇੱਕ ਚੀਜ਼ ਆ ਵੀ ਹੁਣ ਚੱਲ ਕੇ ਵੀ ਸਿਆ ਇੰਨੇ ਕੁ ਯੋਗੇ ਤਾਂ ਹੋ ਗਏ ਹਾਂ ਹੁਣ ਕਰ ਸਕਦੇ ਹਾਂ ਹਾਂ ਤਾਂ ਫਿਰ ਹੁਣ ਪਹਿਲਾਂ ਹੈ ਨਹੀਂ ਸੀਗੇ ਹੁਣ ਕਰ ਸਕਦੇ ਹਾਂ ਤਾਂ ਜਦੋਂ ਵੀ ਕੋਈ ਇੱਦਾਂ ਦੀ ਕੋਈ ਲੱਗਦਾ ਮੈਨੂੰ ਤਾਂ ਜ਼ਰੂਰ ਕਰਦਾ ਮੈਂ ਤਾਂ ਫਿਰ ਤੁਸੀਂ ਉਹਨਾਂ ਦੇ ਮੌਕੇ ਵਿੱਚ ਅੱਛਾ ਫਿਲਮਾਂ ਦੇ ਵਿੱਚ ਵੀ ਮੈਂ ਕੰਮ ਕੀਤਾ ਹਾਂਜੀ ਕਾਫੀ ਫਿਲਮਾਂ ਵੀਰੇ ਮੈਂ ਜਿਵੇਂ ਬਲੈਕੀਆ ਹੋ ਗਈ ਇੱਕ ਅਮਾਨਤ ਫਿਲਮ ਕੀਤੀ ਸੀ ਵੀਰੇ ਅਸੀਂ ਧੀਰਜ ਕੁਮਾਰ ਬਾਈ ਦੀ ਹੁਣ ਕੁਲਵਿੰਦਰ ਬਿੱਲੇ ਬਾਈ ਦੀ ਤੇ ਕਾਫੀ ਫਿਲਮਾਂ ਨੇ ਜਿਹੜੀਆਂ ਚ ਕੀਤਾ ਇੱਕ ਪਿੱਛੇ ਦੇ ਇੱਕ ਪ੍ਰੋਜੈਕਟ ਹੋਰ ਤੁਸੀਂ ਲੈ ਕੇ ਆਏ ਸੀ ਸ਼ਾਇਦ ਪੁਰਾਣੇ ਕਲਾਕਾਰਾਂ ਨੂੰ ਉਹ ਕੀ ਪ੍ਰੋਜੈਕਟ ਉਹ ਕਿਵੇਂ ਸੀ ਉਹ ਇੱਕ ਜਿੰਨੇ ਵੀ ਆਰਟਿਸਟ ਸੀਗੇ ਜਿਹੜੇ ਪੁਰਾਣੇ ਵੀਰੇ ਉਸ ਟਾਈਮ ਤੇ ਚੱਲਦੇ ਸੀ ਜਿਨ੍ਹਾਂ ਨੂੰ ਅਸੀਂ ਸੁਣਦੇ ਹੁੰਦੇ ਸੀ ਦਵਿੰਦਰ ਗੋਹੇਨੂਰ ਜੀ ਉਹ ਸਾਰਿਆਂ ਦਾ ਇੱਕ ਰਿਕਾਰਡ ਕਰਦੇ ਹੋਏ ਇੱਕ ਉਸਤਾਦ ਬੰਦੇ ਨਾਮ ਤੇ ਇੱਕ ਮੈਂ ਟੇਪ ਸਟਾਰਟ ਕੀਤੀ ਸੀ ਤੇ ਉਹ ਤੇ ਇਨਵੈਸਟਮੈਂਟ ਵੀ ਮੈਂ ਆਪ ਹੀ ਕੀਤੀ ਸੀ ਸਾਰਾ ਆਪ ਹੀ ਮੈਂ ਉਹਨਾਂ ਦੇ ਵੀਡੀਓ ਪਰ ਸਾਰਾ ਕੁਝ ਆਪ ਹੀ ਕੀਤਾ ਸੀ ਤੇ ਕਿਵੇਂ ਦਾ ਹੋਊਗਾ ਰਾਮ ਬਹੁਤ ਵਧੀਆ ਰਿਹਾ ਵੀਰੇ ਉਹ ਵੀ ਅੱਛਾ ਉਦੋਂ ਕੀ ਕਿਸ ਤਰ੍ਹਾਂ ਦੀ ਆਪਦੇ ਆਪ ਨੂੰ ਕਿੰਨੇ ਦਾ ਫੀਲ ਆ ਵੀ ਜਿੰਨਾ ਨੂੰ ਸ਼ਾਇਦ ਕਦੇ ਸੁਣਦੇ ਰਹੇ ਆ ਜਾਂ ਜਿਨ੍ਹਾਂ ਦੇ ਗੀਤ ਸੁਣ ਕੇ ਅਸੀਂ ਵੱਡੇ ਹੋਏ ਆ ਸਾਡੇ ਬਜ਼ੁਰਗ ਸੁਣਦੇ ਰਹੇ ਆ ਤੇ ਅੱਜ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮੈਨੂੰ ਬਹੁਤ ਵਧੀਆ ਲੱਗਿਆ ਵੀਰੇ ਤੇ ਮਾਲਕ ਨੇ ਇੰਨਾ ਆਪਾਂ ਤੋਂ ਕਰਵਾਇਆ ਕਿ ਆਪਾਂ ਉਹਨਾਂ ਤੇ ਇਨਵੈਸਟ ਕਰਕੇ ਸਾਰਾ ਕੁਝ ਕੀਤਾ ਇੰਨੇ ਜੋਗੇ ਕੀਤਾ ਮਾਲਕ ਨੇ ਤਾਂ ਹੀ ਆਪਾਂ ਕਰਿਆ ਅੱਛਾ ਕੇ ਵੀ ਬਾਈ ਇਹ ਤਾਂ ਉਹ ਦੁਨੀਆ ਆ ਤੁਹਾਡੀ ਜਿਹਦੇ ਵਿੱਚ ਜਦੋਂ ਤੂੰ ਕੇ ਵੀ ਅਸਟੈਬਲਿਸ਼ ਹੋਇਆ ਜਦੋਂ ਕੇ ਵੀ ਬਣ ਗਿਆ ਜਦੋਂ ਕੇ ਵੀ ਸਿੰਘ ਵੱਜਣ ਲੱਗ ਗਿਆ ਹਾਂਜੀ ਉਦੋਂ ਆਇਆ ਅੱਛਾ ਇੱਕ ਗੱਲ ਹੋਰ ਆ ਕੇ ਵੀ ਸਿੰਘ ਪੂਰਾ ਨਾਂ ਕੀ ਆ ਮੇਰਾ ਨਾਂ ਕੁਲਵਿੰਦਰਜੀਤ ਸਿੰਘ ਕੁਲਵਿੰਦਰਜੀਤ ਸਿੰਘ ਹਾਂਜੀ ਹੁਣ ਇੱਕ ਗੱਲ ਇੱਥੇ ਹੋਰ ਸਵਾਲ ਹੁੰਦਾ ਇਹ ਬਾਈ ਮਿਊਜ਼ਿਕ ਲਾਈਨ ਦੇ ਵਿੱਚ ਹੁੰਦਾ ਵੀ ਤੁਸੀਂ ਨਾਂ ਨਿੱਕਾ ਜਿਹਾ ਰੱਖਣਾਗਾ ਤਾਂ ਸ਼ਾਇਦ ਮਕਬੂਲ ਹੋਗੇ ਮਸ਼ਹੂਰ ਹੋ ਜਾਣਗੇ ਇਹ ਵੀਰੇ ਮੇਰੇ ਯਾਰ ਦੋਸਤ ਸੀ ਨਾ ਉਦੋਂ ਜੇ ਮੈਂ ਸੋਚਦਾ ਹੁਣ ਮਿਊਜ਼ਿਕ ਬਾਈ ਕੁਲਵਿੰਦਰਜੀਤ ਸਿੰਘ ਲਿਖਦਾ ਤਾਂ ਬਹੁਤ ਵੱਡਾ ਨਾਮ ਸੀਗਾ ਮੇਰਾ ਤਾਂ ਮੇਰੇ ਦੋਸਤਾਂ ਨੇ ਉਹ ਸ਼ਾਰਟ ਕਰਤਾ ਕੇ ਵੀ ਸਿੰਘ ਕਰਤਾ ਕੇ ਵੀ ਸਿੰਘ ਹਾਂਜੀ ਅੱਛਾ
गल कर रहे थे, ये वह दुनिया होगी जिते के बी मन के चलो हूँ उस तो बाद आपका तंत्र मंत्र बनाया खड़ा किया के ਇਦੋਂ ਪਹਿਲਾਂ ਦੀ ਦੁਨੀਆ ਮੈਂ ਕਹੂੰਗਾ ਉਹ ਵੀ ਆਪਾਂ ਲੋਕਾਂ ਨੂੰ ਦਿਖਾ ਦਈਏ ਵੀ ਉਹ ਚਬਾਰਾ ਕਿਹੜਾ ਸੀ ਵੀ ਜਿੱਥੇ ਕੇਬੀ ਨੇ ਆਪਦੀ ਸ਼ੁਰੂਆਤ ਕੀਤੀ ਜਿੱਥੇ ਥਰਮੋਕੋਲ ਚਪੇ ਚਪੇ ਹੀ ਵੱਡਾ ਸਾਰਾ ਬਣਾ ਸੀ ਉਹ ਚਬਾਰਾ ਕਿਹੜਾ ਸੀ ਪਿੰਡ ਦੀ ਗੇੜੀ ਮਾਰ ਲਈਏ ਫਿਰ ਹਾਂਜੀ ਵੀਰੇ ਜ਼ਰੂਰ ਅੱਡਾ ਉਹ ਵੀ ਅੱਡਾ ਦਿਖਾਵਾਂਗੇ ਜਿਹੜੇ ਅੱਡੇ ਬਹੁਤ ਸਾਰੇ ਗਾਣੇ ਵੀਰੇ ਮੇਰੇ ਉੱਥੋਂ ਪਿੰਡ 'ਚੋਂ ਹਿੱਟ ਹੋਏ ਸੀ ਮਸਤ ਬਣਾ ਦੇਣਗੇ ਬੀਬਾ ਜਿਹੜਾ ਗਾਣਾ ਸੀ ਉੱਥੇ ਪਿੰਡ 'ਚ ਹੀ ਮੈਂ ਉੱਥੋਂ ਚੱਲੇ ਨੇ ਸਾਰੇ ਉਹ ਗਾਣੇ ਅੱਛਾ ਹਾਂਜੀ ਇੱਥੇ ਆਉਣ ਤੋਂ ਪਹਿਲਾਂ ਕਿੰਨੇ ਗਾਣੇ ਕਰ ਚੁੱਕੇ ਸੀ ਇੱਥੇ ਆਉਣ ਤੋਂ ਪਹਿਲਾਂ ਵੀਰੇ ਮੈਂ 300-400 ਗਾਣਾ ਪਿੰਡ 'ਚ ਹੀ ਕਰਤਾ ਸੀ ਅੱਛਾ ਪਿੰਡ ਦੇ ਚਵਾਰੇ ਨੇ 300-400 ਗਾਣਾ ਹੀ ਕਰਤਾ ਹਾਂਜੀ ਫਿਰ ਮੈਨੂੰ ਤਾਂ ਇਹ ਲੱਗਦਾ ਉਸ ਟਾਈਮ ਫੁੱਲ ਐਲਬਮਾਂ ਦਾ ਸੀਗਾ ਦੌਰ ਹਾਂਜੀ ਤੇ ਉਹ ਪੂਰੀਆਂ ਪੂਰੀਆਂ ਐਲਬਮਾਂ ਵੀ ਚੱਲਦੀਆਂ ਸੀ ਉਸ ਟਾਈਮ ਫਿਰ ਕੇਵੀ ਨੂੰ ਹਿੱਟ ਤਾਂ ਫਿਰ ਪਿੰਡ ਨੇ ਕੀਤਾ ਹਾਂਜੀ ਵੀਰੇ ਪੂਰਾ ਸਾ ਇਹੀ ਕਰ ਰਹੇ ਫਿਰ ਕੇਵੀ ਕਹਿੰਦਾ ਹੁਣ ਪਿੰਡ ਨਹੀਂ ਛੱਡਣਾ ਹਿੱਟ ਪਿੰਡ ਨੇ ਕੀਤਾ ਤਾਂ ਹੁਣ ਪਿੰਡ ਨੂੰ ਵੀ ਕੁਛ ਨਾ ਕੁਛ ਜਿਹੜਾ ਹੈਗਾ ਹਾਂਜੀ ਜ਼ਰੂਰ ਵੀਰੇ ਹਾਂਜੀ ਤਾਂ ਫਿਰ ਪਿੰਡ ਚੱਲੀਏ ਆਪਾਂ ਜ਼ਰੂਰ ਵੀਰੇ ਅੱਛਾ ਇੱਕ ਗੱਲ ਹੋਰ ਦੱਸੋ ਫਿਰ ਹੁਣ ਮਾਪੇ ਹੁਣ ਤਾਂ ਮਾਪੇ ਖੁਸ਼ ਹੋਣਗੇ ਜਦੋਂ ਹੁਣ ਬਹੁਤ ਵੀਰੇ ਬਹੁਤ ਹੁਣ ਨਾਂ ਜਿਹੜਾ ਹੈਗਾ ਸੁਣਦੇ ਆ ਪੁੱਤ ਦਾ ਵੀ ਪੁੱਤ ਕੋਲੇ ਹੁਣ ਤਾਂ ਮੁੰਡੇ ਦੂਰੋਂ ਦੂਰੋਂ ਜਿਹੜੇ ਹੈਗੇ ਆ ਉਹ ਟੇਪਾਂ ਕਰਨ ਵੀ ਆਉਂਦੇ ਆ ਦੂਰ ਦਰਾਡੇ ਦੇ ਆਉਂਦੇ ਹੁਣ ਖੁਸ਼ ਆ ਪੂਰੇ ਮਾਪੇ ਬਹੁਤ ਬਾਈ ਹੁਣ ਮਤਲਬ ਬਾਕੀ ਕਹਿੰਦੇ ਨੇ ਜੋ ਤੂੰ ਸੋਚਿਆ ਸੀ ਉਹ ਕਰ ਦਿਖਾਇਆ ਹਾਂ ਜਿਹੜੀ ਚੀਜ਼ ਤੇ ਤੂੰ ਕਿਹਾ ਸੀ ਉਹ ਚੀਜ਼ ਜਿਹੜੀ ਹੈਗੀ ਤੂੰ ਕਰ ਦਿਖਾਈ ਆ ਅੱਛਾ ਪਿੰਡ ਇੱਥੋਂ ਕਿੰਨਾ ਰਹਿ ਜਾਂਦਾ ਬਾਈ ਇੱਥੋਂ ਵੀਰੇ ਆਪਣਾ 8 ਕਿਲੋਮੀਟਰ ਰਹਿ ਜਾਂਦਾ ਪਿੰਡ ਅੱਛਾ ਪਿੰਡ ਦੇ ਵਿੱਚ ਹੋਰ ਕੋਈ ਮਿਊਜ਼ਿਕ ਡਾਇਰੈਕਟਰ ਇਦੋਂ ਪਹਿਲਾਂ ਨਹੀਂ ਵੀਰੇ ਪੂਰੇ ਪਿੰਡ ਦੇ ਵਿੱਚ ਵੀ ਹੈ ਹਾਂਜੀ ਇਹ ਵੀ ਬਾਈ ਇੱਕ ਮੈਂ ਕਹਿੰਦਾ ਜਿਵੇਂ ਹੁੰਦੀ ਆ ਵੀ ਚੰਗੀ ਗੱਲ ਹੁੰਦੀ ਆ ਵੀ ਪੂਰੇ ਪਿੰਡ ਦੇ ਵਿੱਚ ਜਿਹੜੀ ਚੀਜ਼ ਹੈ ਨਹੀਂ ਉਹ ਇੱਕ ਪੂਰੇ ਮੁੰਡੇ ਨੇ ਜਿਹੜੀ ਹੈਗੀ ਉਹ ਕਰ ਦਿਖਾਈ ਆ ਹਾਂਜੀ ਅੱਛਾ ਇੱਕ ਗੱਲ ਹੋਰ ਦੱਸ ਦਿਓ ਚਲੋ ਹਾਲਾਂਕਿ ਸ਼ੁਰੂਆਤੀ ਸਵਾਲ ਆ ਕਿ ਇੱਕ ਕਦੇ ਸੁਣ ਕੇ ਦਿਮਾਗ ਦੇ ਵਿੱਚ ਆ ਗਈ ਸੀ ਇਹ ਗੱਲ ਕਿ ਕੇਵੀ ਆਰ ਮਿਊਜ਼ਿਕ ਵਾਲੇ ਪਾਸੇ ਵਧਣਾ ਆਇਆ ਜਾਂ ਕਿਵੇਂ ਸੁਣ ਕਦੇ ਕਿਸੇ ਤੋਂ ਸੁਣਿਆ ਸੀ ਮਿਊਜ਼ਿਕ ਬਈ ਮਿਊਜ਼ਿਕ ਨਾਮ ਦੀ ਕੋਈ ਚੀਜ਼ ਆ ਯਾਰ ਜਿਹਦੇ ਇਹ ਬਣਦਾ ਆ ਇਹ ਇਉਂ ਬਣਦਾ ਆ ਇਹ ਨਾ ਜਦੋਂ ਬਈ ਆਪਾਂ ਲਿਸ਼ਕਾਰਾਂ ਨਹੀਂ ਦੇਖਦੇ ਹੁੰਦੇ ਸੀ ਜਲੰਧਰ ਦੂਰਦਰਸ਼ਨ ਤੇ ਤਾਂ ਮੈਂ ਸੋਚੀ ਜਾਂਦਾ ਹਾਲਾਂਕਿ ਹੁਣ ਮੈਨੂੰ ਪਤਾ ਲੱਗ ਗਿਆ ਵੀ ਇਹ ਕਿੱਦਾਂ ਗਾਣੇ ਹੁੰਦੇ ਆ ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਪਰ ਮੈਂ ਸੋਚੀ ਜਾਂਦਾ ਹੁੰਦਾ ਯਾਰ ਮਿਊਜ਼ਿਕ ਕਿੱਥੋਂ ਆ ਰਿਹਾ ਇਹ ਨਹੀਂ ਪਤਾ ਸੀ ਵੀ ਇਹ ਸਿਰਫ ਲਿਪਸਿੰਗ ਹੋ ਰਹੀ ਹੈ ਮਿਊਜ਼ਿਕ ਆਲਰੇਡੀ ਪਹਿਲਾਂ ਰਿਕਾਰਡ ਵੀ ਕਿੱਥੋਂ ਕੀ ਹੈ ਇਹ ਕਿੱਦਾਂ ਸਿਸਟਮ ਆ ਸੋ ਬਾਅਦ 'ਚੋਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਅੱਛਾ ਫਿਰ ਚੱਲਿਆ ਅੱਛਾ ਫਿਰ ਆਪਾਂ ਹੁਣ ਚੱਲੀਏ ਬਾਈ ਪਿੰਡ ਵੱਲੀ ਨੂੰ ਜਿਹੜਾ ਹੈਗਾ ਉਹ ਪਿੰਡ ਵੱਲੀ ਨੂੰ ਵੱਧਦੇ ਹਾਂ ਅਮਲਾ ਸਿੰਘ ਵਾਲਾ ਕੀ ਨਾਮ ਅਮਲਾ ਸਿੰਘ ਵਾਲਾ ਅਮਲਾ ਸਿੰਘ ਵਾਲਾ ਆ ਜੀ ਇੱਥੋਂ ਫਿਰ ਪਿੰਡ ਕਿੰਨਾ ਰਹਿ ਗਿਆ ਬਾਈ ਇੱਥੋਂ ਬਾਈ 8 ਕਿਲੋਮੀਟਰ ਤੇ ਆਪਣਾ ਪਿੰਡ ਆ ਅੱਛਾ ਫਿਰ ਕਲਾਕਾਰ ਬਾਈ ਫਿਰ ਇੱਥੋਂ ਬਿਠਾ ਕੇ ਲੈ ਜਾਂਦੇ ਸੀ ਜਾਂ ਕਿੱਧਰੋਂ ਉੱਥੋਂ ਵੀਰੇ ਪਿੰਡ ਤੋਂ ਅੱਛਾ ਪਿੰਡ ਤੋਂ ਲੈ ਜਾਂਦੇ ਸੀ ਅੱਛਾ ਇਹ ਸਹੀ ਹੈ ਵੈਸੇ ਜਿਹੜੀ ਕਹਿੰਦੇ ਪਿੰਡ ਨੂੰ ਸਿੱਧੀ ਬੱਸ ਤੁਸੀਂ ਅੱਗੇ ਵੀ ਮਤਲਬ ਦੱਸਿਆ ਸੀ ਸ਼ਾਇਦ ਕਦੇ ਪਿੰਡ ਨੂੰ ਸਿੱਧੀ ਬੱਸ ਨਹੀਂ ਜਾਂਦੀ ਨਹੀਂ ਵੀਰੇ ਉੱਥੇ ਬੱਸ ਨਹੀਂ ਆਉਂਦੀ ਹੈਗੀ ਸੀ ਆਪਣੇ ਪਿੰਡ ਉੱਥੋਂ ਤੁਰ ਕੇ ਪਦਲਵੜ ਸਾਨੂੰ ਆਉਣਾ ਪੈਂਦਾ ਸੀ ਅੱਛਾ ਉਹ ਦੂਰੇ ਇੱਕ ਪਿੰਡ ਆ ਉੱਥੋਂ ਤੋਂ ਪਦਲਵੜ ਦੇ ਵਿੱਚੋਂ ਫਿਰ ਉੱਥੇ ਸਾਰੇ ਉੱਥੇ ਹੀ ਮੈਂ ਕਿਸੇ ਨੂੰ ਕੋਈ ਆਉਣਾ ਤਾਂ ਬੱਸ ਤੇ ਉੱਥੇ ਹੀ ਲੈ ਕੇ ਜਾਂਦਾ ਨਾਲ ਹੀ ਕਦੇ ਬੱਸ ਤੇ ਤਾਰ ਕੇ ਲੈ ਜਾਣਾ ਕਦੇ ਤੋਰ ਕੇ ਲੈ ਜਾਣਾ ਤੇ ਕਦੇ ਜਿਹੜਾ ਇੱਕ ਮੋਟਰ ਮੋਟਰਸਾਈਕਲ ਤੇ ਲੈ ਜਾਣਾ ਮੋਟਰਸਾਈਕਲ ਤੇ ਹਾਂਜੀ ਵੀ ਉਦੋਂ ਮਿਊਜ਼ਿਕ ਡਾਇਰੈਕਟਰ ਕੇ ਵੀ ਸਿੰਘ ਜਿਹੜਾ ਸੀ ਮੋਟਰਸਾਈਕਲਾਂ ਦੇ ਮੋਟਰਸਾਈਕਲਾਂ ਦੇ ਕਿੰਨੇ ਕੁ ਕਲਾਕਾਰ ਟੋਤੇ ਬਾਈ ਬਹੁਤ ਟੋਇਆ ਬਾਈ ਬਹੁਤ ਟੋਇਆ ਬਹੁਤ ਜ਼ਿਆਦਾ ਸਾਰੇ ਟੋਤੇ ਹੋਣਗੇ ਹਨਾ ਉਹ ਉੱਥੇ ਕਿਹੜੇ ਕਿਹੜੇ ਕਲਾਕਾਰ ਆਏ ਆ ਜੇ ਹੁਣ ਮੋਟਰਸਾਈਕਲ ਦੀ ਗੱਲ ਚੱਲੀ ਆ ਤੇ ਕਮਰ ਬਾਈ ਤੇ ਮੈਂ ਮੋਟਰਸਾਈਕਲ ਤੇ ਵੀ ਗੇੜੇ ਦਿੱਤੇ ਅਸੀਂ ਅੱਛਾ ਕਮਰ ਕਰਿਆਲ ਬਾਈ ਨਾਲ ਕਮਰ ਬਾਈ ਨਾਲ ਹਾਂਜੀ ਬਹੁਤ ਮੇਰੀ ਬਾਈ ਨਾਲ ਤਾਂ ਬਹੁਤ ਸਟਰਗਲ ਆ ਅੱਛਾ ਮੈਨੂੰ ਇੱਕ ਗੱਲ ਦੱਸੋ ਜੀ ਮੈਨੂੰ ਬਾਈ ਦੀ ਗੱਲ ਆ ਬਾਈ ਕਦੋਂ ਕਿ ਜੁੜ ਗਈ ਤੁਹਾਡੇ ਨਾਲ ਸਟਾਰਟਿੰਗ ਜੀ ਸਟਾਰਟਿੰਗ ਜੀ ਜਦੋਂ ਤੁਸੀਂ ਸ਼ੁਰੂਆਤ ਕੀਤੀ 2012 ਦੇ ਵਿੱਚ 2012 ਦੇ ਆ ਗਏ ਸੀ ਬਾਈ ਸਟਾਰਟਿੰਗ ਜੀ ਜਦੋਂ ਅਸੀਂ ਕਰ ਲੱਗੇ ਸੀ ਇਕੱਠੇ ਕੰਮ ਕਰਨ ਅੱਛਾ ਉਦੋਂ 13 ਚ ਆ ਕੇ ਤਾਂ ਓਕੇ ਹੋ ਗਿਆ ਸੀ ਕੰਮ ਜਮਾ ਜਮਾ ਓਕੇ ਹੋ ਗਿਆ ਸੀ ਹਾਂਜੀ ਹੁਣ ਵੀ ਫਿਰ ਬਾਈ ਨਾਲ ਚੱਲਦਾ ਹਾਂ ਬਹੁਤ ਬਹੁਤ ਪਿਆਰਾ ਬਾਈ ਕਲਾਕਾਰਾਂ ਦੀ ਗਿਣਤੀ ਕਰੀ ਆ ਯਾਰ ਕਈ ਵਾਰੀ ਮੈਂ ਭੁੱਲ ਜਾਂਦਾ ਬਾਈ ਆਪਦੇ ਗਾਣੇ ਗਿਣੇ ਨਹੀਂ ਜਾਂਦੇ ਤੇ ਕਈ ਹੁਣ ਜਦ ਇੰਟਰਵਿਊ ਚ ਆਪਾਂ ਨਾਮ ਲੈ ਲੱਗ ਜਾਂਦਾ ਬਹੁਤ ਰਹਿ ਜਾਂਦਾ ਫਿਰ ਗੀਤ ਕਿੰਨਾ ਦੱਸਿਆ ਸੀ ਤੁਸੀਂ 2000 ਦੇ ਕਰੀਬ ਵੀਰੇ 2000 ਹੋ ਗਿਆ 2000 ਕੰਪਲੀਟ ਜਿਹੜਾ ਹੈਗਾ ਹੋ ਗਿਆ ਹਾਂਜੀ ਅੱਛਾ ਬਈ ਕਲਾਕਾਰ ਤਾਂ ਆਪ ਕਈ ਵਾਰ ਭੁੱਲ ਜਾਂਦੇ ਵੀ ਕਿਹੜਾ ਕੋਈ ਕੋਈ ਰਿਹਾ ਹੋਣਾ ਹਾਲਾਂਕਿ ਚਲੋ ਗੱਲ ਪਹਿਲਾਂ ਕੋਈ ਕੋਈ ਰਿਹਾ ਹੋਣਾ ਆਲਮੋਸਟ ਸਾਰਿਆਂ ਨਾਲ ਹੀ ਬਾਈ ਵਧੀਆ ਕੰਮ ਕਰ ਰਿਹਾ ਬਾਈ ਅੱਛਾ ਇੱਕ ਗੱਲ ਹੋਰ ਆ ਕੇਵੀ ਸੱਚ ਆਪ ਵੀ ਕਲਾਕਾਰੀ ਲਾਈਨ ਦੇ ਵਿੱਚ ਆ ਅੱਗੇ ਪਲਾਨ ਹੈਗਾ ਥੋੜਾ ਜਿਹਾ ਪਰ ਗੀਤ ਕਿੰਨੇ ਆ ਗਏ ਹਜੇ ਸਟਾਰਟ ਕਰ ਰਿਹਾ ਬਸ ਇੱਕ ਇੱਕ ਆਇਆ ਇੱਕ ਕਰਿਆ ਸੀਗਾ ਹਾਂ ਵੀਰੇ ਇੱਕ ਕਰਿਆ ਸੀ ਕਿਵੇਂ ਦਾ ਰਿਸਪੌਂਸ ਰਿਹਾ ਵਧੀਆ ਰਿਹਾ ਵੀਰੇ ਬਹੁਤ ਵਧੀਆ ਰਿਸਪੌਂਸ ਅੱਛਾ ਇਹ ਇਹ ਇਹਦਾ ਕਾਰਨ ਕੀ ਰਹਿੰਦਾ ਹੈਗਾ ਕਿਉਂਕਿ ਜਿਹੜੇ ਗੀਤਕਾਰ ਹੁੰਦੇ ਆ ਉਹ ਵੀ ਕਹਿੰਦੇ ਵੀ ਅਸੀਂ ਵੀ ਕਲਾਕਾਰੀ ਕਰਨੀ ਆਉਣਾ ਜਿਹੜੇ ਹੁੰਦੇ ਕਲਾਕਾਰ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਫਿਲਮਾਂ ਵਾਲੇ ਪਾਸੇ ਜਾਣਾ 뮤직 ਡਾਇਰੈਕਟਰ ਵੀ ਹੁਣ ਕਲਾਕਾਰੀ ਕਰਨੀ ਸ਼ੌਂਕ ਕਿ ਬਸ ਇਦਾਂ ਥੋੜਾ ਸ਼ੌਂਕ ਸੀਗਾ ਯਾਰ ਵੀ ਤੇ ਮੈਂ ਕਿਹਾ ਚਲੋ ਕਰਕੇ ਦੇਖੀਏ ਆਪਾਂ ਵੀ ਕਰਕੇ ਦੇਖੀਏ ਟੱਚ ਕਿਹੜਾ ਪਸੰਦ ਆ
ਮਿਊਜ਼ਿਕ ਵੀਰੇ ਮੈਨੂੰ ਜ਼ਿਆਦਾ ਤਾਂ ਮੈਂ ਮਿਊਜ਼ਿਕ ਕਰਨੇ ਮੈਨੂੰ ਵਧੀਆ ਲੱਗਦਾ ਜੇ ਮੈਂ ਕਲਾਕਾਰੀ ਦੀ ਗੱਲ ਕਰਾਂ ਕਲਾਕਾਰੀ ਦੇ ਵਿੱਚ ਤੁਹਾਨੂੰ ਕਿਹੜੀ ਬੀਟ ਜ਼ਿਆਦਾ ਪਸੰਦ ਆ ਮੈਂ ਭਾਈ ਮੈਂ ਥੋੜ੍ਹੇ ਮੈਨੂੰ ਰੋਮਾਂਟਿਕ ਜੇ ਗਾਣੇ ਮੈਂ ਕਰਕੇ ਜ਼ਿਆਦਾ ਪਸੰਦ ਆ ਤਾਂ ਹੀ ਉਹ ਰੋਮਾਂਟਿਕ ਹਾਂਜੀ ਤਾਂ ਹੀ ਰੋਮਾਂਟਿਕ ਕੀਤਾ ਸੀ ਹਾਂਜੀ ਅੱਛਾ ਇੱਕ ਗੱਲ ਹੋਰ ਦੱਸਿਓ ਤਾਂ ਮੇਲੇ ਮੂਲਿਆਂ ਤੇ ਜਿਵੇਂ ਮੇਲੇ ਮੂਲੇ ਹੈਗੇ ਕਹਿੰਦੇ ਵੀ ਮਤਲਬ ਕਲਾਕਾਰਾਂ ਨੂੰ ਜੇਕਰ ਪਰਿਪੱਕਤਾ ਕਲਾਕਾਰਾਂ ਦੇ ਵਿੱਚ ਕਲਾਕਾਰੀ ਦੇ ਵਿੱਚ ਆਉਂਦੀ ਹੈ ਜਿਵੇਂ ਪਹਿਲਾਂ ਆਈ ਸੀ ਵੀ ਮੇਲੇ ਮੂਲੇ ਜ਼ਿਆਦਾ ਲਿਆਉਂਦੇ ਆ ਹਾਂਜੀ ਇਹ ਇਹ ਚੀਜ਼ ਹੈ ਬਿਲਕੁਲ ਬਾਈ ਮੇਲੇ ਤੇ ਹੁਣ ਵੀਰੇ ਉਹੀ ਆਰਟਿਸਟ ਗਾਊ ਜਿਹਦਾ ਰਿਆਜ਼ ਆ ਜਿਹਦੀ ਪ੍ਰੈਕਟਿਸ ਆ ਹੈਨਾ ਤੋ ਨਹੀਂ ਆਪਾਂ ਮਤਲਬ ਬਹੁਤ ਸਾਰੇ ਕਲਾਕਾਰ ਕਹਿੰਦੇ ਯਾਰ ਬਾਈ ਲਾਈਵ 'ਚ ਗੱਲ ਨਹੀਂ ਬਣੀ ਯਾਰ ਲਾਈਵ 'ਚ ਗੱਲ ਇਸੇ ਕਰਕੇ ਬਣੀ ਹੋਊ ਬਾਈ ਜਿਹਦੀ ਪ੍ਰੈਕਟਿਸ ਕੀਤੀ ਹੋਊ ਜਿਹਦੀ ਖੁਰਾਕ ਖਾਧੀ ਹੋਊ ਉਹੀ ਮਨ ਲੱਗਾ ਜੂ ਕਰਦਾ ਅੱਛਾ ਇੱਕ ਚੀਜ਼ ਹੋਰ ਆ ਹੁਣ ਗੱਲ ਨਹੀਂ ਬਣੀ ਵਾਲੀ ਗੱਲ ਆ ਮੈਂ ਨਾ ਇੱਕ ਬਾਈ ਕਮੈਂਟ ਕਿਤੇ ਪੜ੍ਹ ਰਿਹਾ ਸੀ ਕਹਿੰਦੇ ਯਾਰ ਬਾਈ ਗੀਤ ਕੀਤਾ ਹੁੰਦਾ ਬੰਦੇ ਨੇ 5-7 ਲੱਖ ਰੁਪਇਆ ਲਾਇਆ ਹੁੰਦਾ ਚੰਗਾ ਹਾਲਾਂਕਿ ਹੁਣ ਤਾਂ ਮਤਲਬ ਬੜਾ ਲੱਗਦਾ ਹੋ ਬਾਈ ਚੰਗੇ ਤੇ ਕਿੰਨਾ ਕੁ ਲੱਗਦਾ ਚੰਗੇ ਗੀਤ ਤੇ ਲੱਗ ਜਾਂਦਾ ਵੀਰੇ ਕਾਫੀ ਲੱਗ ਜਾਂਦਾ ਕਾਫੀ ਲੱਗ ਚਲੋ ਆਪਾਂ 7-8 ਲੱਖ ਮੰਨ ਕੇ ਚੱਲਦੇ ਕਹਿੰਦੇ ਇੱਕ ਕਲਾਕਾਰ 7-8 ਲੱਖ ਰੁਪਇਆ ਲਾਉਂਦਾਗਾ ਗੀਤ ਗੂਤ ਜਿਹੜਾ ਹੈਗਾ ਕਰਦਾਗਾ ਤਿੰਨ ਹਾਲਾਂਕਿ 3 ਕੁ ਮਿੰਟ ਦਾ ਗੀਤ ਹੁੰਦਾ ਮੇਰੇ ਵਰਗਾ ਕੋਈ ਉੱਠਦਾ ਆ ਸੁਣਦਾ ਗੀਤ ਗੀਤ ਸੁਣ ਕੇ ਥੱਲੇ ਐਂ ਕਹਿੰਦਾ ਵੀ ਬਾਈ ਅਗਲਾ ਗੀਤ ਕਦੋਂ ਆਊਗਾ ਕਹਿੰਦੇ ਉਹਨੂੰ ਪੁੱਛਣਾ ਹੋਵੇ ਵੀ ਭਰਾਵਾ 7 ਲੱਖ ਲੱਗ ਤਾਂ ਆਹ ਗੀਤਾ ਪਹਿਲਾਂ ਇਹਦੇ 'ਚ ਤਾਂ ਕੁਛ ਕਮਾਲਾ ਅਗਲਾ ਕਦੋਂ ਇਹ ਵੀ ਆਉਂਦੇ ਹੋਣਗੇ ਇਹ ਜਾਨੀ ਬਹੁਤ ਬਾਈ ਕਮੈਂਟ ਬਹੁਤ ਆਉਂਦੇ ਆ ਬਾਈ ਹਜੇ ਗਾਣਾ ਆਇਆ ਹੁੰਦਾ ਬਾਈ ਉਹਦੀ ਫੋਨ ਆ ਜਾਂਦਾ ਬਾਈ ਯਾਰ ਅਗਲੇ ਗਾਣੇ ਹੁਣ ਕਦੋਂ ਆ ਰਿਹਾ ਬਾਈ ਕਦੋਂ ਆ ਰਿਹਾ ਮੈਂ ਕਹਿੰਦਾ ਬਾਈ ਇਹਨੂੰ ਸੁਣੋ ਯਾਰ ਹਜੇ ਫਿਰ ਵਧਾ ਫਿਰ ਤਾਂ ਅੱਛਾ ਇੱਕ ਗੱਲ ਹੋਰ ਆ ਬਾਈ ਵੈਸੇ 뮤직 ਲਾਈਨ ਤਾਂ ਮਹਿੰਗੀ ਆ ਬਹੁਤ ਮਹਿੰਗੀ ਹੈ ਵੀਰੇ ਹਾਂਜੀ ਇਹ ਤਾਂ ਹੈ ਨਹੀਂਗਾ ਵੀ ਤੁਸੀਂ ਮਾੜਾ ਮੋਟਾ ਜਿਹਾ ਕਰਕੇ ਆ ਜਾਓਗੇ ਹੁਣ ਇੱਕ ਗੱਲ ਹੋਰ ਵੀ ਦੌੜ ਵੀ ਮਤਲਬ ਵਧੀ ਹੋਈ ਆ ਹਾਂ ਬਹੁਤ ਜ਼ਿਆਦਾ ਵੀਰੇ ਕਿ ਨਹੀਂ ਜੇ ਕਿਸੇ ਨੇ ਆਉਣਾ ਆ ਭਾਵੇਂ ਉਹਦੇ ਕੋਲੇ ਚੰਗਾ ਗਲਾ ਆ A-to-Z ਸਭ ਕੁਝ ਆ ਪਰ ਸ਼ਾਇਦ ਚੰਗਾ ਪੈਸਾ ਵੀ ਹੋਣਾ ਚਾਹੀਦਾ ਹੁਣ ਵੀਰੇ ਥੋੜਾ ਜਿਹਾ ਨਾ ਡੁਪਲੀਕੇਟ ਆਰਟਿਸਟ ਵੀ ਆ ਰਹੇ ਨੇ ਡੁਪਲੀਕੇਟ ਮੈਂ ਜਿਵੇਂ ਕਹਾਂ ਕਈ ਆਰਟਿਸਟ ਹੋਦੇ ਵੀ ਯਾਰ ਇਹ ਅੱਜ ਕੱਲ ਬੜਾ ਮਤਲਬ ਜਿਸ ਤਰੀਕੇ ਦਾ ਦੌਰ ਆ ਵੀ ਸਾਰੇ ਬਾਹਰ ਜਾਣ ਨੂੰ ਭੱਜ ਰਹੇ ਨੇ ਤੇ ਕਈ ਤਾਂ ਵੀਰੇ ਇਸ ਕਰਕੇ ਆਉਂਦੇ ਮੇਰੇ ਨਾਲ ਵੀ ਗੱਲ ਕਰਦੇ ਆ ਬਾਈ ਜੇ ਅਸੀਂ 5-7 ਗਾਣੇ ਕਰ ਲਾਂਗੇ ਸਾਡਾ ਕੈਨੇਡਾ ਦਾ ਵੀਜ਼ਾ ਲੱਗ ਜੂ ਯਾਰ ਅੱਛਾ ਤੇ ਇਹ ਇਸ ਤਰੀਕੇ ਥੋੜਾ ਮਾਹੌਲ ਉਸ ਤਰੀਕੇ ਦਾ ਕਈ ਤਾਂ ਵੀਜ਼ੇ ਲੈਣ ਦੇ ਲਈ ਕਹਿੰਦੇ ਵੀ ਗਾਣੇ ਕਰ ਲਈਏ ਆਰਟਿਸਟ ਬਣ ਗਏ ਬਾਈ ਸ਼ੋ ਸ਼ੋ ਲਾਵਾਂਗੇ ਉਧਰ ਐਂ ਸਰ ਉਹ ਚੱਲਦਾ ਰਹਿੰਦਾ ਉਹਨਾਂ ਦੇ ਮਾਈਂਡ 'ਚ ਅੱਛਾ ਉਹ ਵੀ ਕਨਸੈਪਟ ਚੱਲਦਾ ਗਾ ਬਈ ਹਾਂਜੀ ਵੀ ਬਹੁਤੀ ਕਲਾਕਾਰੀ ਤਾਂ ਕਲਾਕਾਰ ਤਾਂ ਇਹ ਕਹਿੰਦੇ ਵੀ ਭਾਈ ਜੇ 4 ਗਾਣੇ ਸਾਡੇ ਆ ਗਏ ਉਦੋਂ ਵੀਜ਼ਾ ਬਾਹਰ ਦਾ ਹਾਂਜੀ ਪ੍ਰਮੋਟਰ ਆ ਜੂ ਜੀ ਬਾਈ ਕੋਈ ਸਾਨੂੰ ਉਧਰ ਪ੍ਰਮੋਟ ਕਰ ਲਾਂਗੇ ਹਾਂ ਸ਼ੋਅ ਤੇ ਬੁਲਾ ਲੂ ਕੋਈ ਇਹਨੂੰ ਇਸ ਤਰੀਕੇ ਨਾਲ ਇਹ ਚੀਜ਼ ਆ ਹਾਂਜੀ ਇਹ 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 ਤੁਹਾਨੂੰ ਬਾਈ ਕਿਹੜੇ ਕਲਾਕਾਰ ਪਹਿਲਾਂ ਕਿਹੜੇ ਸੁਣਦੇ ਰਹੇ ਹੋ ਆਪ ਮੈਂ ਵੀਰੇ ਆਪ ਵੀਰੇ ਸਾਰਿਆਂ ਨੂੰ ਜਿਹੜੇ ਵਧੀਆ ਗਾਣੇ ਸੀ ਮੈਨੂੰ ਸੁਣਦਾ ਰਿਹਾ ਮੈਂ ਤਾਂ ਸੀਰਾ ਜਸਵੀਰ ਬਾਈ ਨੂੰ ਬਹੁਤ ਸੁਣਿਆ ਕਿਆ ਬਾਤ ਹੈ ਮੈਨੂੰ ਸੁਣਾ ਹੀ ਬਹੁਤ ਨੇ ਹੁਣ ਬਾਈਆਂ ਨੇ ਹਾਂ ਬਹੁਤ ਸੀਰਾ ਜਸਵੀਰ ਬਾਈ ਨੂੰ ਹਾਂਜੀ ਹੋਰ ਕਿਹੜੇ ਕਿਹੜੇ ਸੁਣੇ ਅੱਜ ਦਾ ਜੋ ਛਾ ਕਿਹੜਾ ਸਭ ਤੋਂ ਪਸੰਦ ਆ ਅੱਜ ਤੋਂ ਬਾਈ ਸਾਰੇ ਮੇਰੇ ਭਰਾ ਨੇ ਪਰ ਇੱਕ ਗੱਲ ਹੋਰ ਵੀ ਆ ਬਾਈ 뮤직 ਸਾਰਿਆਂ ਨੇ ਕਰਾਉਣਾ ਜੇ ਕਦੇ ਤਾਂ ਨੌ ਲੈ ਤਾਂ ਕਹਦੂ ਯਾਰ ਨਹੀਂ ਵੀਰੇ ਮੇਰੇ ਬਹੁਤ ਨਾ ਜਿਹੜੇ ਮੇਰੇ ਫੈਮਿਲੀ ਕਲਾਕਾਰ ਨੇ ਯਾਰ ਜਿਨ੍ਹਾਂ ਨੂੰ ਮੈਂ ਕਹਿ ਸਕਾਂ ਨਾ ਜਿਹੜੇ ਮਤਲਬ ਮੇਰੇ ਨਾਲ ਬਹੁਤ ਖੜਦੇ ਨੇ ਹਮੇਸ਼ਾ ਖੜਦੇ ਨੇ ਬਾਈ ਜਦੋਂ ਵੀ ਮੈਨੂੰ ਕੋਈ ਕਦੇ ਜ਼ਰੂਰਤ ਪਈ ਆ ਕਿਸੇ ਚੀਜ਼ ਦੀ ਮਤਲਬ ਲਾ ਕੇ ਚਾਹੇ ਮਤਲਬ ਵੋਕਲ ਨੂੰ ਲੈ ਕੇ ਲਾ ਲਓ ਕਿਸੇ ਵੀ ਤਰੀਕੇ ਨਾਲ ਬਹੁਤ ਸਾਰੇ ਆਰਟਿਸਟ ਨੇ ਜਿਵੇਂ ਮੈਂ ਕਹਾਂ ਰਾਜਵੀਰ ਜਬੰਦਾ ਬਾਈ ਕਮਰ ਗਰੇਵਾਲ ਬਾਈ ਕਮਲ ਖਾਨ ਵੀਰਾ ਨਿੰਜਾ ਵੀਰਾ ਇਹ ਸਾਰੇ ਮੇਰੇ ਨਾਲ ਬਹੁਤ ਖੜਦੇ ਆ ਬਾਈ ਹਮੇਸ਼ਾ ਸਪੋਰਟ ਕਰਦੇ ਆ ਮੈਨੂੰ ਇੱਕ ਚੀਜ਼ ਹੋਰ ਹੁੰਦੀ ਹੈ ਕਹਿੰਦੇ ਕਲਾਕਾਰੀ ਦੇ ਲਾਈਨ ਦੇ ਵਿੱਚ ਹਾਲਾਂਕਿ ਅਸੀਂ ਅਕਸਰ ਇਹ ਚੀਜ਼ਾਂ ਕਲਾਕਾਰਾਂ ਤੋਂ ਸੁਣਦੇ ਹਾਂ ਕਹਿੰਦੇ ਕਲਾਕਾਰੀ ਲਾਈਨ ਦੇ ਵਿੱਚ ਜਿਹੜਾ ਹੁੰਦਾ ਵੀ ਦੋਸਤ ਮਿੱਤਰਤਾ ਘਾਟਾ ਪੈਰ ਖਿੱਚਣ ਵਾਲੇ ਵਾਲੇ ਹੁੰਦੇ ਆ ਹਾਂਜੀ ਹੈਗੇ ਬਹੁਤ ਸਾਰੇ ਬਾਈ ਹਮੇਸ਼ਾ ਨੈਗੇਟਿਵ ਪੋਜ਼ਿਟਿਵ ਤਾਂ ਨਾਲ ਨਾਲ ਚੱਲੀ ਜਾਂਦਾ ਹਨ ਤੇ ਜਿੱਥੇ ਪੋਜ਼ਿਟਿਵ ਨੇ ਉੱਥੇ ਨੈਗੇਟਿਵਿਟੀ ਵੀ ਹੈ ਅੱਛਾ ਇੱਕ ਚੀਜ਼ ਹੋਰ ਆ ਵੀ ਪੈਰ ਖਿੱਚਣ ਵਾਲੇ ਮਤਲਬ ਕਿ ਕੋਈ ਕਿਸੇ ਨੂੰ ਚੰਗਾ ਕਰਦੇ ਨੂੰ ਦੇਖ ਕੇ ਰਾਜੀ ਨਹੀਂ ਇਹ ਹੈਗਾ ਬਾਈ ਥੋੜਾ ਜਿਹਾ ਤੇ ਕਈ ਕਲਾਕਾਰ ਕੀ ਹੁੰਦਾ ਵੀ ਯਾਰ ਆ ਯਾਰ ਨਾਲ ਦੇ ਮੈਂ ਸੁਣਦਾ ਹੁੰਦਾ ਮੈਂ ਕਿਹਾ ਯਾਰ ਮੈਂ ਕਹਿਣਾ ਰਹਿਣਾ ਹਾਲਾਂਕਿ ਚਲੋ ਇਸ ਕਰਕੇ ਬਾਈ ਯਾਰ ਇਹ ਆਪਾਂ ਨੂੰ ਕੀ ਮਿਲ ਜਾਣਾ ਯਾਰ ਬਹੁਤ ਬਾਈ ਬਹੁਤ ਸ਼ੁਰੂਆਤ ਚ ਵੀ ਹੁਣ ਵੀ ਹੁਣ ਵੀ ਹੁੰਦਾ ਮਤਲਬ ਬਾਈ ਅਕਸਰ ਮੈਨੂੰ ਬਾਈ ਤੁਸੀਂ ਆਹ ਕਰਤਾ ਯਾਰ ਤੁਸੀਂ ਗਾਣਿਆਂ 'ਚ ਹਨਾ ਤੁਹਾਡਾ ਗਾਣਾ ਆਇਆ ਇੱਦਾਂ ਦਾ ਤੇ ਮੈਂ ਕਹਿੰਦਾ ਬਾਈ ਮੈਂ ਤਾਂ ਮਿਊਜ਼ਿਕ ਕਰ ਰਿਹਾ ਹਨਾ ਮੈਂ ਕਦੇ ਵੀ ਨਾ ਆਪਦੇ ਆਪ ਨੂੰ ਮਿਊਜ਼ਿਕ ਡਾਇਰੈਕਟਰ ਮੰਨ ਕੇ ਚੱਲਿਆ ਨਹੀਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਤੰਗ ਕਿਆ ਹੁੰਦੇ ਆ ਤੰਗ ਤੇ ਵੀ ਇਹ ਗੱਲ ਸੀ ਵੀ ਮੈਂ ਆਪਦੇ ਆਪ ਨੂੰ ਇਹ ਮੰਨਦਾ ਵੀਰੇ ਮੈਂ ਤਾਂ ਇੱਕ ਲੇਬਰ ਕਰ ਰਿਹਾ ਆਪਦੇ ਮਿਊਜ਼ਿਕ 'ਚ ਤੇ ਆਪਦੀ ਮਿਹਨਤ ਕਰ ਰਿਹਾ ਮੇਰਾ ਵੀ ਇਹ ਕੰਮ ਆ ਮੈਂ ਕੰਮ ਕਰਦਾ
ਆਫਿਸ ਮੰਗਵਾਉਣਾ ਤੇ ਆਪਣਾ ਉਸ ਤਰੀਕੇ ਨਾਲ ਹੀ ਕੰਮ ਕਰਦਾ। ਸੋ ਜਿੰਨੇ ਵੀ ਬੰਦੇ ਨੇ ਕਹਿੰਦੇ ਬਾਈ ਮਿਊਜ਼ਿਕ 'ਚ ਯਾਰ ਆਹ ਗਾਣਾ ਯਾਰ ਇੱਦਾਂ ਨਹੀਂ ਹੋਇਆ ਯਾਰ ਵੀਰੇ, ਹੈ ਨਾ, ਮੈਂ ਕਹਿੰਦਾ ਬਾਈ ਯਾਰ ਮੇਰੇ ਮਿਊਜ਼ਿਕ 'ਚ ਦੱਸ ਦੇ ਕੀ ਲੈਕਚਰ ਤਾਂ ਗੀ, ਤੂੰ ਰਾਈਟਰ ਨਾਲ ਸੰਪਰਕ ਕਰ, ਤੂੰ ਸਿੰਗਰ ਨਾਲ ਕਰ, ਜੇ ਮੇਰਾ ਕੰਮ ਤਾਂ ਸਿਰਫ ਮਿਊਜ਼ਿਕ ਬਣਾਉਣਾ, ਜੋ ਵੀ ਹੈ ਉਹ ਆਪਣੇ ਆਪਣੇ ਕੰਮ ਦੇਖੋ ਤੁਸੀਂ, ਤੁਸੀਂ ਰਾਈਟਰ ਨਾਲ ਸੰਪਰਕ ਕਰੋ, ਸਿੰਗਰ ਨਾਲ ਸੰਪਰਕ ਕਰੋ। ਹਾਂ ਜੀ ਗਲਤ। ਹਾਂ ਅੱਛਾ, ਇੱਕ ਚੀਜ਼ ਹੋਰ ਵੀ ਆ, ਹੁਣ ਲੱਚਰਤਾ ਦੀ ਗੱਲ ਕਰਦੇ ਨੇ ਬੜੇ, ਪਰ ਇੱਕ ਗੱਲ ਆ ਵੀ ਜੇਕਰ ਸ਼ਾਇਦ ਜਿਹੜੀ ਚੀਜ਼ ਲੋਕ ਪਸੰਦ ਹੀ ਨਾ ਕਰਨਗੇ ਮਤਲਬ ਕਲਾਕਾਰੀ, ਤਾਂ ਉਹਨੂੰ ਪਰੋਸ ਕੇ ਵੀ ਰਾਜੀ ਨਹੀਂ ਹੈ ਬਈ ਇਹ ਚੀਜ਼। ਬਿਲਕੁਲ ਬਾਈ ਬਿਲਕੁਲ। ਹਾਂ ਜੋ ਚੀਜ਼ ਪਸੰਦ ਕਰਦੇ ਆ ਆਪਾਂ ਉਹੀ ਲੈ ਕੇ ਆਵਾਂਗੇ, ਜੇ ਲੋਕ ਹੀ ਸੁਣਨਾ ਬੰਦ ਕਰ ਦੇਣ ਹੋ ਜਾ ਤਾਂ ਫਿਰ ਕਲਾਕਾਰਾਂ ਦੀ ਆਪ ਹੀ ਮਜਬੂਰੀ ਬਣ ਜਾਊ ਵੀਰੇ, ਉਦਾਂ ਦਾ ਹੀ ਲੈ ਕੇ ਆਉਣਾ, ਜੋ ਲੋਕ ਸੁਣਨਾ ਚਾਹੁੰਦੇ ਆ ਉਹੀ ਲੈ ਕੇ ਆਉਣਗੇ, ਜੇ ਚੰਗਾ ਸੁਣਨਾ ਚਾਹੁੰਦੇ ਆ ਤਾਂ ਚੰਗਾ ਲੈ ਕੇ ਆਉਣਗੇ, ਮਾੜਾ ਸੁਣਨਾ ਚਾਹੁੰਦੇ ਆ ਤਾਂ ਮਾੜਾ। ਹੁਣ ਪਿੱਛੇ ਜੇ ਕਿਸਾਨੀ ਅੰਦੋਲਨ ਵੀ ਚੱਲਿਆ ਬਾਈ, ਤੇ ਕਿਸਾਨੀ ਅੰਦੋਲਨ ਦੇ ਵਿੱਚ ਮਤਲਬ ਗੀਤ ਮਿਲੀਅਨ ਮੁਲੀਅਨ ਕ੍ਰੋਸ ਕੀਤੇ ਆ ਬਿਨਾਂ ਕਿਸੇ ਐਡ ਤੋਂ, ਤੇ ਗੀਤ ਵੀ ਜਮਾ ਆਇਆ ਸੀ ਵੀ ਟਿਕ ਟਿਕਵੇਂ ਵਾਲੇ ਗੀਤ ਵੀ ਘੈਂਟ ਸੀ। ਹਾਂਜੀ, ਕਿਸਾਨੀ ਅੰਦੋਲਨ ਦੇ ਵਿੱਚ ਵੀਰੇ ਅਸੀਂ ਬਹੁਤ ਸਾਰੇ ਅਸੀਂ ਵੀ ਗਾਣੇ ਬਹੁਤ ਕੀਤੇ, ਪ੍ਰਾਊਡ ਟੂ ਬੀ ਫਾਰਮਰ, ਕਮਰ ਗਰਿਆਲ ਬਾਈ ਦਾ, ਆਪਣਾ ਰਾਜਵੀਰ ਜਵੰਦੇ ਬਾਈ ਦੇ, ਬਹੁਤ ਗਾਣੇ ਕੀਤੇ ਬਾਈ। ਅੱਛਾ, ਤੇ ਉਹ ਰਿਸਪੌਂਸ ਬਹੁਤ ਵਧੀਆ ਰਿਹਾ ਉਹਨਾਂ ਦਾ, ਮਤਲਬ ਕੁੱਲ ਮਿਲਾ ਕੇ ਗੱਲ ਆ ਜਿਹੜੀ ਸਾਰੀ ਆਡੀਅੰਸ ਤੇ, ਆਡੀਅੰਸ ਤੇ ਬਾਈ, ਉਦੋਂ ਦੇਖੋ ਐਕਸੈਪਟ ਕੀਤਾ ਉਹ ਗਾਣਿਆਂ ਨੂੰ, ਮਾਹੌਲ ਇਦਾਂ ਦਾ ਸੀ, ਚਾਹੀਦੇ ਸੀ ਸਾਨੂੰ ਉਹੋ ਜਿਹੇ ਗਾਣੇ। ਹਾਂ ਅੱਛਾ, ਤੁਸੀਂ ਇੱਕ ਗੱਲ ਕਹੀ ਆ ਵੀ ਮੈਂ ਆਪਦੇ ਆਪ ਨੂੰ ਮਿਊਜ਼ਿਕ ਡਾਇਰੈਕਟਰ ਨਹੀਂ ਮੰਨਦਾ, ਕਿਉਂ ਬਾਈ? ਮੈਂ ਆਪਣੇ ਆਪ ਨੂੰ, ਕਿਉਂਕਿ ਮੈਂ ਇਹ ਸ਼ੋਹਰਤ ਵਾਲੇ ਉਹ ਚੀਜ਼ 'ਚ ਪੈਣਾ ਨਹੀਂ ਚਾਹੁੰਦਾ ਕਿ ਮੈਨੂੰ ਬਾਅਦ 'ਚੋਂ ਇਹ ਜਦ ਹਮੇਸ਼ਾ, ਬਹੁਤ ਸਾਰੇ ਮੇਰੇ ਸਾਥੀ ਸੀਗੇ ਮਿਊਜ਼ਿਕ ਡਾਇਰੈਕਟਰ, ਉਸ ਟਾਈਮ 'ਤੇ ਕੰਮ ਕਰ ਰਹੇ ਸੀ, ਅੱਜ ਨਹੀਂ ਕਰ ਰਹੇ, ਹੈ ਨਾ, ਕਿਉਂ ਮੈਂ ਇਸੇ ਕਰਕੇ ਕੰਮ ਕਰ ਰਿਹਾ ਵੀਰੇ, ਕਿਉਂਕਿ ਮੈਂ ਇਸ ਚੀਜ਼ ਨੂੰ ਆਪਣੇ ਆਪ 'ਤੇ ਹਾਵੀ ਨਹੀਂ ਕਰਨਾ ਚਾਹੁੰਦਾ। ਬਸ ਅੱਛਾ, ਅੱਜ ਇੱਕ ਚੀਜ਼ ਵੀ ਲੈ ਕੇ ਚੱਲਦੇ ਹੋ ਵੀ ਜੇ ਕੇ ਵੀ ਅੱਜ ਪੀਕ ਦੇ ਉੱਤੇ ਆ, ਕੇ ਵੀ ਅੱਜ ਉੱਪਰ ਆ, ਤਾਂ ਉਹ ਵੀ ਨਹੀਂ ਪਤਾ ਵੀ ਕੇ ਵੀ ਕੱਲ ਨੂੰ ਜਾਂ ਪਰਸੋਂ ਜਾਂ ਚੌਥੇ ਥੱਲੇ ਵੀ ਆ ਸਕਦਾ, ਤੇ ਉਹ ਹਾਂ ਜਦੋਂ ਇਹ ਹੋ ਸਕਦਾ ਹੋਵੇ ਜਾਂ ਹੋ ਗਿਆ ਤਾਂ ਉਸ ਟਾਈਮ ਤੇ ਮੇਰਾ ਮਾਈਂਡ ਪ੍ਰਪੇਅਰ ਹੋਵੇ ਵੀ ਮੈਂ ਐਕਸੈਪਟ ਕਰੀ ਬੈਠਾ ਇਸ ਚੀਜ਼ ਨੂੰ, ਜੇ ਹੋ ਗਿਆ ਤਾਂ ਵੀ ਕੋਈ ਓਕੇ ਨਹੀਂ, ਮਾਲਕ ਦੇ ਰੰਗ ਨੇ, ਉਹ ਵੀ ਉਹਨੂੰ ਵੀ ਐਕਸੈਪਟ ਕਰਾਂਗੇ ਆਪਾਂ। ਵੈਸੇ ਕਲਾਕਾਰੀ ਦੇ ਵਿੱਚ ਇਹ ਚੀਜ਼ ਤਾਂ ਮੇਨ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ, ਇਹ ਨਿਊਟਰਲ ਜਿਹਾ ਹੀ ਹੋਣਾ ਚਾਹੀਦਾ ਬਾਈ ਬੰਦੇ ਨੂੰ, ਹਨਾ, ਵੀ ਕਿਉਂਕਿ ਅੱਜ ਉਤਲੀ ਹਵਾ ਦੇ ਵਿੱਚ ਆ ਤਾਂ ਬੰਦਾ ਕੱਲ ਨੂੰ ਹੇਠਲੀ ਹਵਾ ਦੇ ਵਿੱਚ ਵੀ ਆਊਗਾ, ਇਹ ਤਾਂ ਕੋਈ ਬਹੁਤੀ ਉਹ ਨਹੀਂ ਹੁੰਦੀ। ਹਾਂਜੀ। ਅੱਛਾ, ਇਹ ਰਾਹਾਂ ਦਾ ਕੋਈ ਕਿੱਸਾ ਬਾਈ ਚੇਤੇ ਹੋਵੇ? ਬਾਈ ਇੱਥੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਵਾਰੀ ਮੈਂ ਮੋਟਰਸਾਈਕਲ ਤੇ ਆਪਣੇ ਤੇ ਇੱਧਰ ਉੱਧਰ ਬਸ ਸਟਰਗਲ ਕਰਦੇ, ਹਨਾ, ਤੇ ਲੰਘਿਆ ਆਉਂਗਾ ਵੀ ਕਦੇ ਉੱਧਰ ਸਿੱਖਣ ਚਲੇ ਗਏ, ਤੇ ਇੱਥੇ ਸਾਡੇ ਬਾਈ ਵਿਨੋਦ ਜੀ ਹੁੰਦੇ ਸੀ, ਉਹਨਾਂ ਤੋਂ ਵੀ ਮੈਂ ਕਾਫੀ ਕਲਾਸਾਂ ਲਾਉਂਦਾ ਰਿਹਾ। ਕਿੱਥੇ ਹੁੰਦੇ ਸੀ? ਬਰਨਾਲੇ। ਅੱਛਾ, ਬਰਨਾਲੇ। ਸਿੱਖਿਆ ਬਰਨਾਲੇ ਤੋਂ ਆਪਰੇ? ਮੈਂ ਉਸ ਤੋਂ ਬਾਅਦ ਜਿਹੜਾ ਪ੍ਰੋਫੈਸ਼ਨਲੀ ਉਹ ਮੈਂ ਉਸਤਾਦ ਜੀ ਹਰਪਾਲ ਸਿੰਘ ਸਨੇਹੀ ਜੀ ਤੋਂ, ਹਾਂ ਉਹ ਤਾਂ ਤੁਸੀਂ ਦੱਸਿਆ ਸੀ, ਉਹ ਵੀ ਇੱਥੇ ਸਟਾਰਟਿੰਗ ਮੈਂ ਬਾਈ ਵਿਨੋਦ ਜੀ ਤੋਂ ਵੀ ਕੀਤੀ। ਅੱਛਾ, ਕੇ ਵੀ ਇੱਕ ਗੱਲ ਹੋਰ ਦੱਸਿਓ ਵੀ ਤੁਹਾਡੇ ਨਹੀਂ ਕਦੇ ਦਿਮਾਗ ਦੇ ਵਿੱਚ ਆਇਆ, ਚਲੋ ਕਦੇ ਕਦਾਈ ਆ ਇਕੱਲੇ ਬੈਠੇ ਦਿਮਾਗ ਦੇ ਵਿੱਚ ਆ ਜਾਂਦਾ ਵੀ ਯਾਰ ਹਾਂ ਯਾਰ ਮੈਂ ਵੀ ਬਰਨਾਲੇ ਦੇ ਵਿੱਚ ਬੈਠਾ, ਚੰਡੀਗੜ੍ਹ ਵਾਲੇ ਪਾਸੇ ਦੇਖਾਂ ਤਾਂ ਹੱਥ ਪੈਰ ਮਾਰ ਕੇ? ਨਹੀਂ ਬਾਈ, ਉਧਰ ਨੂੰ ਮੇਰਾ ਕਦੇ ਬਣਿਆ ਨਹੀਂ, ਮੈਂ ਗਿਆ ਵੀ ਸੀ, ਮੇਰਾ ਦਿਲ ਵੀ ਨਹੀਂ ਲੱਗਿਆ ਉੱਥੇ, ਉਹ ਫੇਕ ਜੀ ਦੁਨੀਆ 'ਚ ਮੈਂ ਰਹਿ ਨਹੀਂ ਸਕਦਾ। ਅੱਛਾ, ਮੈਂ ਆ ਗਿਆ ਬਾਈ ਵਾਪਸ ਉੱਥੇ। ਅੱਛਾ, ਗਏ ਸੀ ਤੁਸੀਂ? ਹਾਂਜੀ। ਕਿੰਨਾ ਟਾਈਮ ਲੱਗ ਗਿਆ ਫਿਰ ਉੱਥੇ? ਬਸ ਮੈਂ ਆ ਗਿਆ ਬਾਈ ਦੋ ਤਿੰਨ ਮਹੀਨੇ ਤੱਕ ਹੀ ਵਾਪਸ ਆ ਗਿਆ ਸੀ। ਵੀ ਦੋ ਤਿੰਨ ਮਹੀਨੇ ਲੱਗੋ? ਮਸਾਂ ਹੀ ਲਾਏ ਨੇ ਉਹ ਵੀ। ਅੱਛਾ। ਹਾਂਜੀ, ਉਦੋਂ ਬਾਅਦ ਦਿਲ ਜਿਹੜਾ ਹੈਗਾ ਉਹ ਨਹੀਂ ਲੱਗਿਆ? ਹਾਂਜੀ। ਇਹ ਕੀ ਕਾਰਨ ਰਿਹਾ ਕਿ ਇੰਨਾ ਕੁ ਵੀ ਮਿੱਟੀ ਦੇ ਨਾਲ ਜਿਹੜਾ ਇਦਾਂ ਹੀ ਪਿਆਰ ਮੇਰੇ ਵਿੱਚ ਇੱਥੇ? ਹਾਂ, ਬਾਕੀ ਇੱਥੇ ਦੇਖੋ ਇੱਥੇ ਕੰਮ ਕਰੀ ਜਾਂਦੇ ਆ, ਕੋਈ ਚੱਕਰ ਨਹੀਂ, ਜੇ ਤੁਹਾਡੇ ਕੋਲ ਕੁਆਲਿਟੀ ਹੋਣੀ ਚਾਹੀਦੀ ਆ, ਤੁਸੀਂ ਜਿੱਥੇ ਵੀ ਬਹਿ ਜਾਓਗੇ ਉੱਥੇ ਆਉਣਗੇ ਤੁਹਾਡੇ ਕੋਲ ਲੋਕ। ਮਤਲਬ ਉਹੀ ਗੱਲ ਆ ਵੀ ਕਹਿੰਦੇ ਜੇਕਰ ਤੁਹਾਡੇ ਕੋਲ ਕੁਆਲਿਟੀ ਆ ਸ਼ਾਇਦ ਭਾਵੇਂ ਤੁਸੀਂ ਖੂਹ ਦੇ ਵਿੱਚ ਬਹਿ ਜਾਓ ਉੱਥੇ ਵੀ ਆ ਕੇ ਤੁਹਾਨੂੰ ਲੋਕਾਂ ਨੇ ਲੱਭਣਾ। ਬਿਲਕੁਲ ਬਾਈ, ਗੱਲ ਇਹ ਸਹੀ ਹੈ ਨਾ? ਹਾਂਜੀ। ਵੀ ਹੁਣ ਜੇ ਵੱਡੇ ਵੱਡੇ, ਹੁਣ ਮੈਨੂੰ ਐਂ ਲੱਗਦਾ ਵੀ ਸ਼ਾਇਦ ਚੰਡੀਗੜ੍ਹ ਵਾਲੇ ਗੀਤ ਡਬ ਕਰਾਉਣ ਇੱਥੇ ਆਉਂਦੇ ਹੋਣਗੇ। ਹਾਂਜੀ, ਬਹੁਤ ਬਾਈ, ਚੰਡੀਗੜ੍ਹ ਤੋਂ ਸਪੈਸ਼ਲੀ। ਹਾਂ ਹਾਂਜੀ। ਅੱਛਾ, ਮਿਊਜ਼ਿਕ ਨੂੰ ਕਿੰਨਾ ਕੁ ਸਮਰਪਿਤ ਆ ਕੇ ਵੀ, ਕਿੰਨਾ ਕੁ ਸਮਰਪਿਤ? ਹੁਣ ਇਹਦੇ ਕੀ ਗਾਵੇ, ਫਸਾਰਾ ਔਖਾ ਸਵਾਲ ਵਾਲਾ ਚੱਕਦਾ ਸਿੱਖਦਾ। ਅੱਛਾ, ਆ ਬੋਰਡ ਜਿਹੜਾ ਮੈਂ ਪੜਿਆ ਹੁਣ ਆ ਪਿੱਛੇ ਲੰਘਿਆ, ਇਹ ਭੱਦਲਵੜ ਦਾ ਬੋਰਡ ਆ, ਇਹਦੇ ਨਾਲ ਤਾਂ ਮੈਨੂੰ ਲੱਗਦਾ ਵੀ ਜੇ ਕੇਵੀ ਦੀ ਮਿਊਜ਼ਿਕ ਲਾਈਫ ਤੇ ਭੱਦਲਵੜ ਦਾ ਬੋਰਡ ਬੜਾ ਜਚਾ ਕੇ ਆ ਜਮਾ ਜਚ ਕੇ ਆ ਇੱਥੋਂ ਵੀਰੇ। ਇੱਥੇ ਮੇਰੇ ਕੋਲੇ ਆਰਟਿਸਟ ਆਉਂਦੇ ਹੁੰਦੇ ਜੀ, ਦੇਖੋ ਆ ਇੱਧਰ ਤੁਸੀਂ ਮਾਰੋ ਜ਼ਰੂਰ ਕੈਮਰਾ, ਆ ਕੈਮਰਾ ਕੈਮਰਾ ਮੈਂ ਇੱਧਰ ਮਾਰਿਓ, ਇੱਥੇ ਆਪਾਂ ਆ ਕੇ ਇੱਥੋਂ ਮੈਂ ਆਰਟਿਸਟ ਨੂੰ ਆਉਂਦੇ ਗਈ, ਇੱਥੋਂ ਲੈ ਕੇ ਜਾਂਦਾ ਮੋਟਰਸਾਈਕਲ ਤੇ ਬਿਠਾ ਕੇ ਵੀ ਆ ਜਾਓ ਬਾਈ ਪਿੰਡ ਆਪਣਾ ਨਾਲ ਹੀ ਇੱਧਰ, ਹੈ ਨਾ, ਅਮਲਾ ਸਿੰਘ ਵਾਲੇ ਦੇ ਨਾਲ ਹੀ ਪਿੰਡ। ਹਾਂਜੀ। ਅੱਛਾ, ਇਹ ਮੇਨ ਆਈ ਮਤਲਬ ਇੱਧਰ ਨੂੰ ਬੱਸ ਨਹੀਂ ਆਉਂਦੀ? ਇੱਧਰ ਕੋਈ ਬੱਸ ਨਹੀਂ ਆਉਂਦੀ ਬਾਈ, ਉਦੋਂ ਤਾਂ ਨਹੀਂ ਆਉਂਦੀ ਸੀ, ਹੁਣ ਤਾਂ ਮੈਨੂੰ ਪਤਾ ਨਹੀਂ ਆਉਂਦੀ ਹੈ ਕਿ ਨਹੀਂ, ਉਦੋਂ ਤਾਂ ਕੋਈ ਵੀ ਨਹੀਂ ਆਉਂਦੀ ਸੀ। ਅੱਛਾ, ਫਿਰ ਇੱਥੋਂ ਬਿਠਾ ਕੇ ਲੈ ਕੇ ਜਾਣਾ? ਹਾਂਜੀ, ਆਪ ਹੀ ਬਾਈ, ਆਪ ਹੀ ਆਰਟਿਸਟ ਨੂੰ ਬਿਠਾ ਕੇ ਲੈ ਕੇ ਜਾਣਾ।
ਬੜਾ ਸੋਚਦੇ ਨੀ ਸੀ ਇਸ ਗੱਲ ਨੂੰ ਵੀ ਯਾਰ ਬੰਦਾ ਸਾਹਮਣੇ ਵਾਲਾ ਇਹ ਮਾਇੰਡ ਕਰੂਗਾ ਜਾਂ ਉਹਦੇ ਮਾਇੰਡ ਚ ਕੀ ਚੱਲੂਗਾ, ਪਰ ਮੈਂ ਤਾਂ ਆਪਦੇ ਵੱਲੋਂ ਸੱਚੇ ਦਿਲੋਂ ਹੀ ਬਸ ਚੱਲਦਾ ਰਿਹਾ ਵਾ। ਅੱਛਾ ਕਿੰਨਾ ਟਾਈਮ ਚੱਲਦਾ ਰਿਹਾ ਫਿਰ ਤੂੰ ਮੋਟਰਸਾਈਕਲਾਂ ਦੇ ਗੇੜੇ? ਕਿੰਨਾ ਟਾਈਮ ਇੱਥੇ? 2.5 ਸਾਲ ਤਾਂ ਹੀ ਚੱਲਿਆ। ਸਮਰਪਿਤ ਕਿੰਨਾ ਕਾ ਜੇ ਸੱਚ ਪੁੱਛੋ ਬਾਈ? ਮੇਰੇ ਨਾ ਬੈਡਰੂਮ ਦੇ ਵਿੱਚ ਵੀ ਸਟੂਡੀਓ ਬਣਾਇਆ ਹੋਇਆ ਇੱਕ ਆਪਣੇ ਲਈ ਕੰਮ ਕਰਨ ਲਈ, ਹੈਨਾ? ਤੇ ਸਟੂਡੀਓ ਮੇਰਾ ਤੁਸੀਂ ਦੇਖੋਗੇ ਉੱਥੇ ਪਿਆ ਬਿਸਤਰਾ ਹਜੇ ਸਟੂਡੀਓ ਚ। ਹਾਂ। ਅੱਛਾ ਕਿੰਨਾ? ਤੇ ਜਦੋਂ ਮੇਰਾ ਦਿਲ ਕਰਦਾ ਮੈਂ ਉੱਥੇ ਹੀ ਪੈ ਜਾਣਾ ਕੰਮ ਕਰਦੇ ਕਰਦੇ, ਉੱਥੇ ਹੀ ਸੌ ਜਾਣਾ। ਅੱਛਾ। ਹਾਂ, ਬੜਾ ਆਨੰਦ ਆਉਂਦਾ ਮੈਨੂੰ ਇਸ ਲਾਈਫ ਚ। ਘਰ ਤੋਂ ਕਿੰਨੀ ਕੁ ਦੂਰੀ ਦੇ ਉੱਪਰ ਆ? ਘਰ ਤੋਂ ਕਿੰਨੀ ਦੂਰ? ਮੰਨ ਲਓ ਘਰ ਤੋਂ 500 ਮੀਟਰ ਤੇ ਸਟੂਡੀਓ ਬਣਾਇਆ ਹੋਇਆ ਮੇਰਾ। ਹਾਂ। ਤੇ ਉੱਥੇ ਜਦੋਂ ਦਿਲ ਕਰਦਾ ਆ ਗਏ ਤੇ ਬਸ ਐਂ ਸਵਾਦ ਜੇ ਲੈਨੇ ਆ ਜ਼ਿੰਦਗੀ ਦੇ। ਅੱਛਾ, 500 ਮੀਟਰ ਦੀ ਦੂਰੀ ਤੇ ਆ, ਪਰ ਫਿਰ ਵੀ ਇਹ ਆ ਵੀ ਕੋਈ ਕੋਈ ਚੱਕਰ ਵਾਲੀ ਗੱਲ ਨਹੀਂ ਇੱਥੇ, ਇਹ ਇਹ ਸਮਰਪਣ ਆ। ਹਾਂਜੀ। ਪਰ ਜੇ ਇਹ ਚੀਜ਼ ਆ ਵੀ ਜੇ ਤੁਸੀਂ ਕਿਸੇ ਦੇ ਵਿੱਚੋਂ ਕੁਛ ਪਾਉਣਾ, ਸ਼ਾਇਦ ਜਿਵੇਂ ਤੁਸੀਂ ਪਹਿਲਾਂ ਵੀ ਮੇਰੇ ਨਾਲ ਗੱਲ ਕਰ ਰਹੇ ਸੀ ਕਿ ਤੁਹਾਨੂੰ ਪੂਰਨ ਰੂਪ ਦੇ ਵਿੱਚ ਆਪਣਾ ਆਪ ਜਿਹੜਾ ਸੌਂਪਣਾ ਪੈਂਦਾ। ਹਾਂਜੀ ਬਿਲਕੁਲ ਬਾਈ ਬਿਲਕੁਲ। ਇੱਕ ਗੱਲ ਹੋਰ ਆ, ਕਲਾਕਾਰ ਤਾਂ ਅਕਸਰ ਆਖ ਦਿੰਦੇ ਆ, ਕਲਾਕਾਰ ਨਾਲ ਗੱਲ ਹੁੰਦੀ ਆ, ਉਹ ਕਹਿੰਦੇ ਆ ਕਿ ਕਲਾਕਾਰੀ ਜਿਹੜੀ ਆ ਅਸੀਂ ਹਜੇ ਸਿੱਖੇ ਨਹੀਂ, ਅਸੀਂ ਹਜੇ ਸਿੱਖ ਰਹੇ। ਚਾਹੇ ਤੁਸੀਂ ਹੁਣ ਦੇ ਦੌਰ ਦੇ ਕਲਾਕਾਰ ਨਾਲ ਗੱਲ ਕਰ ਲਓ, ਚਾਹੇ ਹੋਰ ਦੌਰ ਦੇ ਕਲਾਕਾਰ ਨਾਲ ਗੱਲ ਕਰੋ, ਕਹਿੰਦੇ ਕਿ ਅਸੀਂ ਸਿੱਖ ਰਹੇ ਹਾਂ ਹਜੇ। ਮਿਊਜ਼ਿਕ ਦੇ ਵਿੱਚ ਕੀ ਕਨਸੈਪਟ ਆ? ਮੈਂ ਬਾਈ ਲਾਸਟ ਜਦੋਂ 31 ਦਸੰਬਰ ਦਾ ਜਿਹੜਾ ਹੁੰਦਾ ਦਿਨ, ਉਹਦੇ ਇੱਕ ਪੋਸਟ ਪਾਉਣਾ ਹੁੰਦਾ ਵੀ ਜਿੰਨਾ ਵੀ ਮੈਂ ਕੰਮ ਕੀਤਾ ਮੇਰਾ ਉਹ ਲਾਸਟ ਸਾਲ ਸੀ, ਹੁਣ ਤੋਂ ਮੈਂ ਫੇਰ ਫਰੈਸ਼ਰ ਹਾਂ, ਤੇ ਫਰੈਸ਼ਰ ਮੰਨ ਕੇ ਮੈਂ ਆਪਦੇ ਆਪ ਨੂੰ ਕੰਮ ਕਰਦਾ। ਅੱਛਾ। ਹਾਂਜੀ। ਹਰ ਸਾਲ ਦੀ ਸ਼ੁਰੂਆਤ ਦੇ ਵਿੱਚ ਤੁਹਾਡੀ ਪੋਸਟ ਹੁੰਦੀ ਹੈ? ਮੇਰੀ ਪੋਸਟ। ਇਹ ਚੀਜ਼ ਵੈਸੇ ਸਹੀ ਆ? ਹਾਂ ਬਿਲਕੁਲ, ਵੀ ਨਵਾਂ ਆਪਦੇ ਆਪ ਨੂੰ ਰੱਖਦਾ ਮੈਂ ਐਕਟੀਵੇਟ, ਵੀ ਹਾਂ ਹੁਣ ਆ ਕੀ ਚੱਲ ਰਿਹਾ, ਇਦਾਂ ਦਾ ਕੰਮ ਕਰਨਾ ਸੋਚਦਾ, ਜੋ ਚੀਜ਼ ਹੁੰਦੀ ਆ ਉਹ ਕਨਸੈਪਟ ਤੇ ਕੰਮ ਕਰਦਾ। ਉਹ ਕਨਸੈਪਟ ਤੇ ਕੰਮ ਲਗਾਤਾਰ ਮੈਂ ਆਪਣੇ ਆਪ ਨੂੰ ਮਿਊਜ਼ਿਕ 'ਚ ਅਪਡੇਟ ਕਰ ਰਿਹਾ, ਜਿਸ ਤਰੀਕੇ ਦਾ ਵੀ ਮਿਊਜ਼ਿਕ ਆਉਂਦਾ ਉਸ ਤਰੀਕੇ ਦਾ ਹੀ ਕੰਮ ਕਰ ਰਿਹਾ। ਕੰਟੀਨਿਊ। ਹਾਂਜੀ। ਅੱਛਾ, ਇਹ ਸਟੂਡੀਓ ਫਿਰ ਹੈ? ਹਾਂਜੀ, ਇਹ ਮੇਰਾ ਇੱਥੇ ਘਰ ਸੀ। ਹਾਂ। ਅੱਛਾ, ਇਹ ਪੁਰਾਣਾ ਸਟੂਡੀਓ ਫਿਰ? ਹਾਂਜੀ, ਉੱਪਰ ਮੇਰਾ ਬਣਾਇਆ ਹੋਇਆ ਸੀ ਸਟੂਡੀਓ, ਇੱਥੇ ਵੀ ਮੇਰਾ ਜਨਮ ਹੋਇਆ ਇਸ ਘਰ 'ਚ। ਹਾਂ। ਤੇ ਇੱਥੇ ਮੈਂ ਰਹਿੰਦਾ ਰਿਹਾ। ਅੱਛਾ, ਇੱਥੇ ਫਿਰ ਮਹਿਫਲਾਂ ਲੱਗਦੀਆਂ ਰਹੀਆਂ ਨੇ 2.5 ਸਾਲ, ਹੈ ਨਾ? ਹਾਂਜੀ ਹਾਂਜੀ, 2.5-3 ਸਾਲ ਮਹਿਫਲਾਂ ਜਿਹੜੀਆਂ ਕਲਾਕਾਰਾਂ ਦੀਆਂ ਉਹ ਇੱਥੇ ਲੱਗਦੀਆਂ ਰਹੀਆਂ ਨੇ। ਹਾਂਜੀ। ਇੱਥੇ ਫਿਰ ਇੱਥੇ ਮੈਂ ਸਟੱਡੀ ਪੜ੍ਹਿਆ 10ਵੀਂ ਤੱਕ ਇੱਥੇ ਪਿੰਡ 'ਚ। ਕਰਕੇ ਸਾਰਾ ਸਮਾਨ ਇੱਥੇ ਅੰਦਰ ਹੀ ਬਣਾਇਆ ਹੋਇਆ ਸੀ ਸਟੂਡੀਓ। ਮਸਤ ਬਣਾ ਦੇਣਗੇ ਬੀਬਾ, ਜਿਨ੍ਹਾਂ ਨੂੰ ਤੂੰ ਦਿਸਦਾ ਹੋਰ ਅੱਖਾਂ ਨੇ ਸਾਰੇ ਇੱਥੇ ਕਰੇ ਸੀ। ਅੱਛਾ, ਇੱਕ ਚੀਜ਼ ਹੋਰ ਮੈਨੂੰ ਅਸਲ ਮੈਂ ਸਟੂਡੀਓ ਦਾ ਪਤਾ ਹੀ ਨਹੀਂ ਹੁੰਦਾ ਸੀ ਵੀ ਕੀ ਹੁੰਦਾ, ਤਾਂ ਮੈਨੂੰ ਐਂ ਸੀ ਵੀ ਸਾਊਂਡ ਜੀ ਬੰਦ ਹੋ ਜਾਏ ਜਿੱਥੇ ਉਹ ਸਟੂਡੀਓ ਹੁੰਦਾ, ਫਿਰ ਇਸ ਕਰਕੇ ਮੈਂ ਆਪ ਹੀ ਕਰਦਾ ਰਿਹਾ ਉਹ ਚੀਜ਼ ਲਈ। ਜਿਵੇਂ ਕਹਿੰਦੇ ਹੁੰਦੇ ਵੀ ਆਪਾਂ ਪਿੰਡਾਂ ਵਾਲਿਆਂ ਥੋੜ੍ਹਾ ਦੇਸੀ ਜਿਹਾ ਜਗਾੜ ਲਾ ਲੈਂਦੇ ਹਾਂ, ਮੈਂ ਤੁਹਾਨੂੰ ਦੱਸਿਆ ਵੀ ਮੈਂ ਰਜਾਈ ਅਸੀਂ ਲੈ ਕੇ ਨਾ ਮਤਲਬ ਐਂ ਵੀ ਕਰਦਾ ਰਿਹਾ ਮੈਂ ਡਬਿੰਗ ਇੱਥੇ। ਅੱਛਾ, ਵੀ ਰਜਾਈ ਜਿਹੜੀ ਹੈਗੀ ਵੀ ਹਾਂ ਵੀ ਆਵਾਜ਼ ਬਾਹਰ ਨਾ ਆਵੇ, ਤੇ ਆਈ ਉੱਥੇ ਕਹਿੰਦੇ ਲੈ ਲਾ ਵੀ ਆ ਇਹ ਕਰਦੇ ਰਹੇ ਆਏ ਵੀ ਗਾਣੇ ਕਰਿਆ। ਇਹ ਅੱਛਾ, ਇੱਕ ਚੀਜ਼ ਹੋਰ ਦੱਸੋ, ਜਦੋਂ ਪਹਿਲਾ ਗੀਤ ਕਰਿਆ ਉਦੋਂ ਇਸ ਚੀਜ਼ ਦਾ ਪਤਾ ਸੀ ਵੀ ਇਹ ਕੰਪਨੀ ਨੂੰ ਦੇਣਾ ਆ, ਇਹ ਐਂ ਕਰਨਾ, ਇਹ ਉਵੇਂ ਕਰਨਾ, ਉਹ ਚੀਜ਼ ਦਾ ਪਤਾ ਸੀ ਕਿ ਕੁਛ? ਨਹੀਂ ਵੀਰੇ ਕੁਛ ਵੀ ਨਹੀਂ, ਜਦੋਂ ਪਹਿਲਾ ਗਾਣਾ ਬਣਾਇਆ ਨਾ ਮੈਂ ਅੱਖਾਂ, ਮੈਨੂੰ ਐਂ ਨਹੀਂ ਪਤਾ ਸੀ ਵੀ ਇਹਨੂੰ ਹੁਣ ਮੈਂ ਕੀ ਕਰਾਂ ਜਦੋਂ ਬਣ ਗਿਆ, ਕਿੱਧਰ ਕਿੱਥੇ ਰਿਲੀਜ਼ ਹੋਣਾ, ਕੰਪਨੀ ਕੀ ਹੁੰਦੀ, ਕਿਵੇਂ ਉਹਨਾਂ ਨੂੰ ਮਿਲਿਆ ਜਾਂਦਾ, ਕੁਛ ਵੀ ਨਹੀਂ ਸੀ ਇੱਦਾਂ ਦਾ ਪਤਾ ਹੈਗਾ। ਫਿਰ ਇੱਕ ਨਾ ਜਦੋਂ ਅੱਖਾਂ ਵਾਲਾ ਗਾਣਾ ਬਣਿਆ, ਆਪਣਾ ਇੱਕ ਮੁੰਡਾ ਯਾਰ ਦੋਸਤ ਸੀਗਾ ਖੰਨੇ ਤੋਂ, ਜੋਤ ਕਾਲੀ ਰਾਓ, ਅੱਜ ਕੱਲ੍ਹ ਵੀਡੀਓ ਵੀ ਕਰਦਾ ਕਾਫ਼ੀ ਕੰਮ ਵਧੀਆ ਕਰਦਾ,
ਮੈਂ ਉਹਨਾਂ ਨਾਲ ਗੱਲ ਕਰੀ ਮੈਂ ਕਿਹਾ ਯਾਰ ਵੀ ਆਹ ਗਾਣਾ ਹੈਗਾ ਮੈਂ ਇੱਕ ਬਣਾਇਆ ਉਹ ਕਹਿੰਦਾ ਯਾਰ ਡੀ ਜੇ ਪੰਜਾਬ ਤੇ ਜਾਂ ਇੱਧਰ ਸਾਈਟਾਂ ਨੇ ਇਹ ਕਹਿੰਦਾ ਇਹਦੇ 'ਤੇ ਪਾ ਦਿੰਦੇ ਆਪਾਂ ਰਿਲੀਜ਼ ਕਰਦਾ ਮੈਂ ਕਹਿੰਦਾ ਇਹਦੇ 'ਤੇ ਮੈਂ ਕਰਦੇ ਯਾਰ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਡੀ ਜੇ ਪੰਜਾਬ 'ਤੇ ਗਾਣਾ ਕਿਵੇਂ ਪਊਗਾ ਜਾਂ ਹੋਰ ਇਹਨਾਂ ਸਾਈਟਾਂ 'ਤੇ ਉਦੋਂ ਜ਼ਿਆਦਾ ਚੱਲਦੀਆਂ ਸੀ ਉਹ ਅਤੇ ਉਹਨੇ ਮੈਨੂੰ ਕਿਹਾ ਵੀ ਆਹ ਇਹਨਾਂ 'ਤੇ ਪਾ ਦਿੰਦਾ ਅਤੇ ਮੈਨੂੰ ਕਹਿੰਦਾ ਯਾਰ 2000 ਰੁਪਇਆ ਲੱਗੂਗਾ ਹਾਲਾਂਕਿ ਸਾਡਾ ਗਾਣਾ ਉਹਨੇ ਪਾ ਤਾ ਮੇਰੇ ਤੋਂ 2000 ਰੁਪਇਆ ਵੀ ਨਹੀਂ ਦਿੱਤਾ ਗਿਆ ਉਹਨੂੰ ਅੱਛਾ ਅਤੇ ਮੇਰੇ ਕੋਲ ਹੈ ਹੀ ਨਹੀਂ ਸੀ ਪੈਸੇ ਮੈਂ ਤਾਂ ਦਿੱਤੇ ਵੀ ਨਹੀਂ ਗਏ ਉਦੋਂ ਬਾਅਦ ਜਦੋਂ ਗਾਣੇ ਸਾਡੇ 'ਚ ਉਹ ਗਾਣਾ ਜਦੋਂ ਪਾਇਆ ਉਹਨੇ ਜਦ ਮੈਂ ਬੱਸ 'ਚ ਬੈਠਾ ਕਿਤੇ ਉਹਦੇ 'ਚ ਵੀ ਸੁਣਨ ਨੂੰ ਮਿਲਿਆ ਕਰੇ ਅਤੇ ਯਾਰ ਮੈਨੂੰ ਇੱਕ ਯਾਰ ਦੋਸਤ ਕਹਿੰਦਾ ਇੱਕ ਗਾਣਾ ਆਇਆ ਯਾਰ ਬਹੁਤ ਚੱਲ ਰਿਹਾ ਮੈਂ ਸੋਚਿਆ ਵੀ ਆਪਣੇ ਗਾਣੇ ਦੀ ਤਾਂ ਕਿ ਨਹੀਂ ਗੱਲ ਹੋਣੀ ਜਦੋਂ ਸੁਣਾਇਆ ਕਹਿੰਦਾ ਆਹ ਗਾਣਾ ਆਇਆ ਇੱਕ ਬਹੁਤ ਚੱਲ ਰਿਹਾ ਯਾਰ ਅਤੇ ਬੜਾ ਜਿੱਥੇ ਵੀ ਮੈਂ ਜਾਂਦਾ ਮੈਨੂੰ ਸੁਣਨਾ ਆਮ ਜਿਹਾ ਲੱਗ ਗਿਆ ਮੈਨੂੰ ਮਿਲਣ ਲੱਗ ਗਿਆ ਵੀ ਇੱਥੇ ਵੀ ਸੁਣ ਰਹੇ ਨੇ ਲੋਕ ਇੱਧਰ ਵੀ ਸੁਣ ਰਹੇ ਨੇ ਗੁੱਧ ਜੀ ਕੀ ਲਾਈ ਬੈਠਾ ਯਾਰ ਬਾਬੇ ਨੀ ਕਹਿੰਦੇ ਹੁੰਦੇ ਪਿੰਡ ਗੁੱਧ ਜੀ ਕੀ ਲਾਈ ਬੈਠਾ ਯਾਰ ਅੰਦਰ ਤੇ ਚਲੋ ਫਿਰ ਵੀ ਕਰਦੇ ਕਰਦੇ ਵਧੀਆ ਰਿਸਪੋਂਸ ਸਾਰੇ ਕੰਮ ਚੱਲ ਪਰ ਉਦੋਂ ਗੁੱਧ ਜੀ ਦੀ ਗੱਲ ਹੁੰਦੀ ਸੀ ਕਈ ਵਾਰੀ ਇਹ ਹੁੰਦਾ ਨਾ ਵੀ ਕਿਉਂਕਿ ਜਿੱਥੇ ਅਸੀਂ ਖੜ੍ਹੇ ਹਾਂ ਇਸ ਪਿੰਡ ਦੇ ਵਿੱਚ ਪਹਿਲੀ ਗੱਲ ਤਾਂ ਕਿ ਬਈ ਅਜਿਹੇ ਪਿੰਡ ਦੇ ਵਿੱਚ ਉੱਠਣਾ ਅਤੇ ਇੱਕ ਸਟੂਡੀਓ ਆਪਦੇ ਰੂਪ ਤੌਰ 'ਤੇ ਹੀ ਤਿਆਰ ਕਰ ਲੈਣਾ ਇਹੀ ਬੜੀ ਵੱਡੀ ਗੱਲ ਆ ਉਦੋਂ ਬਾਅਦ ਸੋਚ ਬੜੀ ਵੱਡੀ ਹੋਣੀ ਕਿ ਨਹੀਂ ਯਾਰ ਕਰਾਂਗੇ ਫਿਰ ਅੱਗੇ ਤੱਕ ਪਹੁੰਚਣਾ ਉਹ ਤਾਂ ਬੜੀ ਵੱਡੀ ਗੱਲ ਆ ਹੈ ਨਾ ਤਾਂ ਆਲਾ ਦੁਆਲਾ ਉਸ ਵੇਲੇ ਆਲੇ ਦੁਆਲੇ ਨੂੰ ਪਤਾ ਨਹੀਂ ਹੁੰਦਾ ਕਿ ਕਰਦਾ ਕੀ ਹੈ ਅਤੇ ਆਲੇ ਦੁਆਲੇ ਨੂੰ ਕੋਈ ਤਾਨੇ ਮਿਹਣੇ ਜਿਵੇਂ ਵੀ ਤੁਹਾਡਾ ਮੁੰਡਾ ਕਿਹੜੇ ਕੰਮਾਂ 'ਚ ਪੈ ਗਿਆ ਹੋਰ ਹੀ ਪਾਸੇ ਤੁਰ ਪਿਆ ਨਾ ਜਦੋਂ ਇੱਥੋਂ ਜਾ ਕੇ ਮੈਂ ਆਪਣਾ ਪਿੰਡਾਂ 'ਚ ਚਲੋ ਮਾਹੌਲ ਉਸ ਤਰੀਕੇ ਦਾ ਸੀ ਜਦੋਂ ਸਟੂਡੀਓ ਮੇਰਾ ਇੱਥੋਂ ਮੈਂ ਕਰਿਆ ਮਤਲਬ ਕਈ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਆ ਕੇ ਹੈ ਨਾ ਮੇਰੇ ਫਾਦਰ ਸਾਹਿਬ ਨੂੰ ਇਹ ਗੱਲ ਕਹੀ ਵੀ ਯਾਰ ਆਹ ਤੂੰ ਸਟੂਡੀਓ ਤਾਂ ਬਣਾਈ ਲੈਤਾ ਪਰ ਹੈ ਨਾ ਵੀ ਬਣਾਈ ਜਾਂਦੇ ਹੋ ਵੀ ਇਹ ਕੰਮ ਕੁੰਮ ਜੇ ਬਾਹਲਾ ਟਾਈਮ ਨਹੀਂ ਹੁੰਦੇ ਵੀ ਯਾਰ ਰੋਸ਼ਨਦਾਨ ਜੇ ਕੱਢ ਲਓ ਜੇ ਨਾ ਚੱਲਿਆ ਕੰਮ ਤਾਂ ਇਹਨੂੰ ਆਪਦਾ ਘੱਟੋ ਘੱਟ ਰਹਿਣ ਤਾਂ ਲੱਗ ਜਾਓਗੇ ਇੱਥੇ ਅੱਛਾ ਅਤੇ ਵੀ ਇਹ ਕੰਮ ਕੁੰਮ ਜੇ ਬਾਹਲਾ ਟਾਈਮ ਨਹੀਂ ਚੱਲਦੇ ਰਹਿਣ ਦੇ ਤੂੰ ਇਹਨਾਂ ਪਿੱਛੇ ਲੱਗ ਕੇ ਮੇਰੇ ਬਾਪੂ ਨੂੰ ਵੀ ਕਿਹਾ ਸਟੂਡੀਓ ਨਾ ਬਣਾ ਕੇ ਦੇ ਇਹਨਾਂ ਨੂੰ ਸੋ ਮੇਰੇ ਫਾਦਰ ਸਾਹਿਬ ਨੇ ਬੜਾ ਮੇਰੀ ਸਪੋਰਟ ਕੀਤੀ ਉਹਨਾਂ ਚੀਜ਼ਾਂ 'ਚ ਅੱਛਾ ਜਦੋਂ ਤੁਸੀਂ ਉੱਥੇ ਬਰਨਾਲੇ ਸਟੂਡੀਓ ਬਣਾ ਰਹੇ ਸੀ ਅੱਛਾ ਕਹਿੰਦੇ ਸੀ ਬਹੁਤਾ ਟਾਈਮ ਨਹੀਂ ਚੱਲਦਾ ਹਾਂ ਇਹ ਚੱਲਦਾ ਨਹੀਂ ਹੁੰਦਾ ਬਾਹਲਾ ਟਾਈਮ ਹਾਂ ਮੈਨੂੰ ਮਨ 'ਚ ਸੀਗਾ ਵੀ ਚਲਾਵਾਂਗੇ ਹਾਂ ਅਤੇ ਫਿਰ ਹੁਣ ਉਹ ਰਿਸ਼ਤੇਦਾਰ ਕੀ ਕਹਿੰਦੇ ਹੁਣ ਇਹ ਨਹੀਂ ਕਹਿੰਦੇ ਵੀ ਕੇਵੀ ਤਾਂ ਸਾਡੇ ਜਦੋਂ ਆਉਂਦਾ ਵੱਡਾ ਕੇਵੀ ਸਿੰਘ ਬਹੁਤ ਬਈ ਹੁਣ ਤਾਂ ਸਾਰੇ ਹੀ ਕਹਿੰਦੇ ਹੁੰਦੇ ਆ ਨਾ ਉਦੋਂ ਬਾਅਦ ਤਾਂ ਉਹ ਚੱਲਦਾ ਹਾਂ ਅੱਛਾ ਆਪਦੇ ਪ੍ਰੋਫੈਸ਼ਨ ਤੋਂ ਜਾਂ ਆਪਦੇ ਕੰਮ ਤੋਂ ਸੈਟੀਸਫੈਕਸ਼ਨ ਬਹੁਤ ਬਈ ਮੈਂ ਸੈਟੀਸਫਾਈ ਹਾਂ ਜਿੰਨਾ ਮੈਂ ਸੋਚਿਆ ਸੀ ਮਾਲਕ ਨੇ ਉਦੋਂ ਵੀ ਵੱਧ ਦਿੱਤਾ ਹਾਂਜੀ ਕੋਈ ਇੱਕ ਤਾਂ ਸੋਚ ਤਾਂ ਹਾਲਾਂਕਿ ਕੇਵੀ ਬਈ ਹੁੰਦੀ ਆ ਕਿਸੇ ਮੰਜ਼ਿਲ ਤੱਕ ਆਜੋ ਆਪਾਂ ਪਿੰਡ ਦੀ ਨਾਲ ਉੱਪਰ ਉਹ ਦੇਖਦੇ ਆ ਅੱਛਾ ਸੋਚ ਕੇਵੀ ਬਈ ਇੱਕ ਹੁੰਦੀ ਆ ਬੰਦੇ ਦੀ ਮੰਜ਼ਿਲ ਤੱਕ ਪਹੁੰਚਣ ਦੀ ਕਿ ਯਾਰ ਮੈਂ ਇੱਥੇ ਜਾਣਾ ਆ ਇੱਥੇ ਪਹੁੰਚਣਾ ਹੈ ਕੇਵੀ ਦੇ ਦਿਮਾਗ ਦੇ ਵਿੱਚ ਕੀ ਆ ਹਜੇ ਵੀਰੇ ਮੈਂ ਮੇਰਾ ਹੈਗਾ ਮਨ ਦੇ ਵਿੱਚ ਹੋਰ ਬਹੁਤ ਕੁਝ ਕਰਨਾ ਹੈ ਜਿੰਨਾ ਮੇਰਾ ਦਿਲ ਕਰਦਾ ਹਜੇ ਹੋਰ ਬਹੁਤ ਕੁਝ ਕਰਨ ਦਾ ਮੇਰਾ ਅੰਦਰ ਹੈਗੀ ਆ ਕਿੱਥੋਂ ਤੱਕ ਕੋਈ ਇਹ ਹੈ ਵੀ ਕਿੱਥੋਂ ਤੱਕ ਪਹੁੰਚਣ ਦੀ ਆ ਵੀ ਯਾਰ ਆ ਕੋਈ ਕੋਈ ਕਈ ਵਾਰੀ ਕੋਈ ਕਲਾਕਾਰ ਹੁੰਦੇ ਆ ਵੀ ਮੈਂ ਉਹਨਾਂ ਦੇ ਨਾਲ ਯਾਰ ਚਾਹੁੰਦਾ ਕਿ ਮੇਰਾ ਗੀਤ ਹੋਵੇ ਸੋਰੀ ਮੇਰਾ ਮਿਊਜ਼ਿਕ ਹੋਵੇ ਇਸ ਆਵਾਜ਼ ਦੇ ਨਾਲ ਮੇਰਾ ਮਿਊਜ਼ਿਕ ਹੋਵੇ ਹਾਂਜੀ ਮੇਰਾ ਰਾਹਤ ਸਾਹਿਬ ਨਾਲ ਵੀ ਕੰਮ ਕਰਨ ਦਾ ਹੈਗਾ ਸੁਪਨਾ ਅਤੇ ਸਿੱਧੂ ਬਾਈ ਨਾਲ ਵੀ ਸੀਗਾ ਸਿੱਧੂ ਮੂਸੇਵਾਲਾ ਸਾਹਿਬ ਅੱਛਾ ਅਤੇ ਉਹਨਾਂ ਨਾਲ ਆਲਰੇਡੀ ਮੈਂ ਕੰਮ ਕਰ ਵੀ ਰਹਿ ਗਿਆ ਸੀ ਸਾਡਾ ਇੱਕ ਗਾਣਾ ਥੋੜ੍ਹਾ ਅਨਕੰਪਲੀਟ ਰਹਿ ਗਿਆ ਤਾਂ ਮੇਰਾ ਬੜਾ ਬਹੁਤ ਜ਼ਿਆਦਾ ਪਿਆਰ ਸੀ ਮੇਰਾ ਬਾਈ ਨਾਲ ਅਸੀਂ ਇੱਕ ਬਣਾ ਰਹੇ ਸੀ ਐਲਬਮ ਅਤੇ ਚੱਲ ਵੀ ਰਿਹਾ ਸੀ ਸਾਡਾ ਅਤੇ ਕਾਫੀ ਵਾਰੀ ਆ ਕੇ ਅਸੀਂ ਮਿਲੇ ਵੀ ਹਾਂ ਉਸ ਚੀਜ਼ ਨੂੰ ਪ੍ਰੋਜੈਕਟ ਨੂੰ ਲੈ ਕੇ ਇੱਕ ਸਟਾਰਟ ਕਰਿਆ ਸੀ ਪ੍ਰੋਜੈਕਟ ਅੱਛਾ ਅਤੇ ਉਹ ਵੀ ਅਧੂਰਾ ਰਹਿ ਗਿਆ ਥੋੜ੍ਹਾ ਜਿਹਾ ਕਰਕੇ ਜਿਹੜੀ ਉਹ ਚੀਜ਼ ਹਾਂਜੀ ਹਾਂਜੀ ਮਤਲਬ ਉਹ ਇੱਕ ਚੀਜ਼ ਜਿਹੜੀ ਦਿਲ ਦੇ ਵਿੱਚ ਹਮੇਸ਼ਾ ਸੁਲਗਦੀ ਰਹੂਗੀ ਜੇ ਉਹ ਉਸ ਵੇਲੇ ਕੰਮ ਹੋ ਜਾਂਦਾ ਹਾਂਜੀ ਬਹੁਤ ਜ਼ਿਆਦਾ ਪਿਆਰ ਸੀ ਮੇਰਾ ਉਹਨਾਂ ਨਾਲ ਬਾਈ ਸਿੱਧੂ ਜੀ ਨਾਲ ਗੱਲਾਂ ਮਤਾਂ ਹਾਂਜੀ ਅੱਛਾ ਇੱਕ ਗੱਲ ਹੋਰ ਹੈ ਇਹ ਚੀਜ਼ ਕਿੰਨੀ ਕੁ ਸਹੀ ਲੱਗਦੀ ਚੰਗੀ ਲੱਗਦੀ ਸੀ ਕਿਉਂਕਿ ਸ਼ਾਇਦ ਇਹ ਵੀ ਹੋ ਸਕਦਾ ਕਿ ਕਹਿੰਦੇ ਸੀ ਕਿ ਬਾਈ ਜਿਨ੍ਹਾਂ ਨਾਲ ਮਤ ਮੇਲ ਖਾਂਦੇ ਉਹਨਾਂ ਨਾਲ ਹੀ ਕਰਦੇ ਹੋ ਕਿ ਪਿੰਡੋਂ ਉੱਠ ਕੇ ਉੱਥੇ ਤੱਕ ਪਹੁੰਚਣਾ ਬਾਈ ਦਾ ਵੀ ਇਹੀ ਕਹਾਣੀ ਰਹੀ ਹੈ ਕਿ ਪਿੰਡੋਂ ਉੱਠ ਕੇ ਮੁਕਾਮ ਜਿਹੜੇ ਹਾਸਲ ਕਰਨੇ ਬਾਈ ਬਹੁਤ ਹੀ ਡਾਊਨ ਟੂ ਅਰਥ ਇਨਸਾਨ ਸੀ ਸਿੱਧੂ ਬਾਈ ਅਤੇ ਜਦੋਂ ਮੈਨੂੰ ਪਹਿਲੀ ਵਾਰੀ ਮਿਲਿਆ ਨਾ ਬਾਈ ਜਦੋਂ ਮੈਂ ਬੁਲਾਇਆ ਮੈਂ ਕਿਹਾ ਯਾਰ ਕਾਫੀ ਆਪਾਂ ਫਸਟ ਟਾਈਮ ਮਿਲੇ ਮੈਂ ਕਿਹਾ ਬਾਈ ਕੀ ਹਾਲ ਚਾਲ ਨੇ ਉਹ ਕਹਿੰਦਾ ਬਾਈ ਬਾਈ ਨਾ ਗਏ ਯਾਰ ਮੈਨੂੰ ਕਹਿੰਦਾ ਤੂੰ ਸਾਡਾ ਸੀਨੀਅਰ ਆ ਯਾਰ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀ ਨਾ ਤੇਰੇ ਇੱਥੇ ਬੋਰਡ ਦੇਖਦਾ ਹੁੰਦਾ ਸੀ ਮੈਂ ਤੇਰੀ ਉਹਦੇ 'ਤੇ ਫੋਟੋ ਲੱਗੀ ਹੁੰਦੀ ਫਲੈਕਸਾਂ 'ਤੇ ਅਤੇ ਕਹਿੰਦਾ ਮੈਨੂੰ ਯਾਰ ਮੈਂ ਬੱਸ 'ਚ ਲੰਘਦਾ ਸੀ ਮੈਂ ਲੁਧਿਆਣੇ ਜਦੋਂ ਉੱਥੇ ਆਪਣਾ ਪੜ੍ਹਦੇ ਸੀ ਕਹਿੰਦੇ ਅਤੇ ਯਾਰ ਲੰਘਦਾ ਮੈਂ ਦੇਖਦਾ ਹੁੰਦਾ ਸੀ ਯਾਰ ਕਿ ਵੀ ਬਾਈ ਤੂੰ ਸੀਨੀਅਰ ਆ ਸਾਡਾ ਉਹਨੇ ਬੜਾ ਮੈਨੂੰ ਪਿਆਰ ਨਾਲ ਮਤਲਬ ਇਹ ਗੱਲ ਮੇਰੇ ਅੱਜ ਵੀ ਯਾਦ ਨੇ ਸਾਰੀਆਂ ਗੱਲਾਂ
ਪਿੰਡ ਕਿੰਨਾ ਕੁ ਬਦਲ ਗਿਆ ਬਾਈ ਉਦੋਂ ਬਾਅਦ ਪਿੰਡ ਕਾਫੀ ਚੇਂਜ ਆ ਬਾਈ ਹੁਣ ਤਾਂ ਥੋੜਾ ਜਿਹਾ ਉਹ ਤਾਂ ਮੈਨੂੰ ਲੱਗਦਾ ਜਿਵੇਂ ਹੁਣ ਆਪਾਂ ਦੇਖਦੇ ਸੀ ਦੂਰੋਂ ਦਿਸਦੀ ਹੋਣੀ ਆਹ ਜਿਹੜੀ ਹੈਗੀ ਟੈਂਕੀ ਹਾਂਜੀ ਹੈ ਰੋਮਾਂਟਿਕ ਹੋਵੇ ਚਾਹੇ ਉਹ ਧੜਕ ਵੜਕ ਵਾਲਾ ਹੋਵੇ ਕਿਸ ਤਰ੍ਹਾਂ ਚਾਹੇ ਸੈਡ ਹੋਵੇ ਮੈਂ ਥੋੜਾ ਰੋਮਾਂਟਿਕ ਗਾਣੇ ਸੈਡ ਗਾਣੇ ਇਹ ਮੇਰਾ ਫਲੇਵਰ ਜਿਹਾ ਹੈਗਾ ਬਾਕੀ ਕੰਮ ਤਾਂ ਮੈਂ ਸਾਰੇ ਤਰੀਕੇ ਦਾ ਹੀ ਕਰਦਾ ਪਰ ਆਪਦੀ ਜਿਹੜੀ ਚੋਇਸ ਹੁੰਦੀ ਹੈ ਕਮਰ ਬਾਈ ਨਾਲ ਮੈਂ ਜਦੋਂ ਹੁੰਦਾ ਸੀ ਇੱਥੇ ਤੇ ਬਾਈ ਨੇ ਮੈਨੂੰ ਕਹਿਣਾ ਵੀ ਇਦੂ ਆਪਾਂ ਯਾਰ ਤੇਰਾ ਸ਼ਹਿਰ ਚ ਬਣਾਵਾਂਗੇ ਸਟੂਡੀਓ ਅੱਛਾ ਵੀ ਉੱਥੇ ਗੱਡੀਆਂ ਜਿਹੀਆਂ ਆ ਕੇ ਰੁਕਣ ਸਵਾਦ ਤੇਰਾ ਆਵੇ ਤੂੰ ਬੈਠਾ ਹੋਵੇ ਉੱਥੇ ਤੇ ਉਹ ਬਾਈ ਅੱਜ ਸਾਰੀਆਂ ਦੇਖੋ ਬਾਈ ਦਾ ਵੀ ਅੱਛਾ ਮਾਹੌਲ ਤੇ ਆਪਾਂ ਨੂੰ ਵੀ ਮਹਾਰਾਜ ਨੇ ਕਿਰਪਾ ਕਰੀ ਹੈ ਨਾ ਦੋਨੇ ਹੀ ਅਸੀਂ ਸਟਰਗਲ ਲਾਈਫ ਵਧੀਆ ਸਟਰਗਲ ਉਦੋਂ ਇਕੱਠਿਆਂ ਦੀ ਸ਼ੁਰੂ ਇਕੱਠਿਆਂ ਦੀ ਬਿਲਕੁਲ ਅੱਛਾ ਉਦੋਂ ਇਹ ਚੀਜ਼ਾਂ ਤੇ ਕਦੇ ਕਈ ਵਾਰੀ ਨਾ ਇਹ ਹੁੰਦਾ ਵੀ ਜਦੋਂ ਆਪਾਂ ਜਿਵੇਂ ਹੁਣ ਆਪਾਂ ਯਾਰ ਦੋਸਤ ਆ ਕੇ ਬਈ ਆਪਾਂ ਗੱਲਾਂ ਕਰੀ ਜਾਂਦੇ ਹਾਂ ਤਾਂ ਹੁੰਦਾ ਵੀ ਯਾਰ ਵੀ ਚੱਲ ਕੋਈ ਨਹੀਂ ਸਿੱਟੀ ਜਾਂਦਾ ਸਿੱਟੀ ਜਾਣ ਦੀ ਕੋਈ ਗੱਲ ਮੈਂ ਉਹ ਨਹੀਂ ਹੁੰਦਾ ਵੀ ਲਵੇਟੀ ਯਾਰ ਹਨਾ ਉਦੋਂ ਯਾਰ ਦੇ ਵੀ ਯਾਰ ਹੋਊਗਾ ਮੈਨੂੰ ਤੂੰ ਕੰਮ ਕੁੰਮ ਕਰ ਲੈ ਕੋਈ ਹੋਰ ਤੇਰਾ ਕੁਛ ਨੀ ਬਣਦਾ ਹਾਂ ਬਹੁਤ ਕਹਿੰਦੇ ਸੀ ਪਹਿਲੀ ਕਮਾਈ ਕੀ ਮੇਰਾ ਮੇਰਾ ਕਮੇਡੀ ਨਾ ਹਾਸੇ ਚ ਮੇਰੇ ਯਾਰਾਂ ਦੋਸਤਾਂ ਨੇ ਪਹਿਲਾਂ ਹੀ ਮੈਨੂੰ ਡਾਇਰੈਕਟਰ ਕਹਿੰਦੇ ਸੀ ਪਹਿਲਾਂ ਤੂੰ ਕਿਉਂ ਵੀ ਆਹੀ ਵੀ ਇਹ ਮਿਊਜ਼ਿਕ ਨਾਲ ਸੰਬੰਧ ਹੈ ਡਾਇਰੈਕਟਰ ਕੀ ਹਾਲ ਆ ਉਹ ਮਤਲਬ ਉਹੀ ਨਾਰਮਲ ਨਾਮ ਪਹਿਲੇ ਡਾਇਰੈਕਟਰ ਹੀ ਨਾਂ ਸੀ ਮੇਰਾ ਪਹਿਲਾਂ ਪਿੰਡ ਦੇ ਵਿੱਚ ਪਹਿਲੀ ਨਾਂ ਧਰ ਲਿਆ ਯਾਰ ਦੋਸਤ ਮੇਰੇ ਕਾਲਜ ਵਾਲੇ ਅੱਛਾ ਉਹ ਉਹੀ ਕਹਿੰਦੇ ਹੁੰਦੇ ਸੀ ਪੂਰਾ ਗਾਣਾ ਚੱਲ ਗਿਆ ਸੀ ਅੱਖਾਂ ਉਹ ਤੁਸੀਂ ਸੈਕੰਡ ਈਅਰ ਚ ਪੜ੍ਹਦੇ ਕੀ ਕਰ ਬੀਏ ਕਰਦੇ ਬੀਬੀਏ ਕਰ ਰਿਹਾ ਸੀ ਕਿੱਥੇ ਕਰਦੇ ਸੀ ਇੱਥੇ ਆਰੀਆਭੱਟ ਕਾਲਜ ਆਰੀਆਭੱਟ ਕਾਲਜ ਅੱਛਾ ਉਦੋਂ ਨਾਮ ਜਿਹੜਾ ਹੈ ਪੂਰਾ ਉੱਥੇ ਮੈਂ ਚੱਲ ਗਿਆ ਸੀ ਅੱਖਾਂ ਵਾਲਾ ਗਾਣਾ ਤਾਂ ਉਹਦੀ ਚੱਲ ਗਿਆ ਸੀ ਮੇਰਾ ਉੱਥੇ ਪੜ੍ਹਦੇ ਤੇ ਫਿਰ ਇੱਕ ਚੀਜ਼ ਹੋਰ ਆ ਵੀ ਬੀਬੀ ਵਾਲਾ ਪਾਸੇ ਕਿੱਧਰ ਤੁਰ ਪਏ ਬਾਈ ਫਿਰ ਘਰਦਿਆਂ ਨਾਲ ਮੈਂ ਕਿਹਾ ਚੱਲ ਇੱਧਰ ਨੂੰ ਕਰ ਲਈਏ ਜਿਵੇਂ ਘਰਦੇ ਕਹਿੰਦੇ ਸੀ ਵੀ ਪੜ੍ਹ ਲੈ ਬਹੁਤ ਮੁੰਡੇ ਪੜ੍ਹੇ ਹੋਏ ਆਪਾਂ ਮੈਂ ਕਿਹਾ ਆਪਾਂ ਵੀ ਚੱਲ ਘਰਦਿਆਂ ਦਾ ਇਹ ਸੁਪਨਾ ਵੀ ਪੂਰਾ ਕਰ ਲਈਏ ਘਰਦੇ ਕਹਿੰਦੇ ਵੀ ਮਿਊਜ਼ਿਕ ਕਰਨਾ ਕਰ ਲਾ ਪਰ ਤੈਨੂੰ ਪੜ੍ਹਨਾ ਭਾਈ ਲਾਜ਼ਮੀ ਪੈਣਾ ਹਾਂਜੀ ਇਹ ਕਹਿੰਦੇ ਸੀ ਹਾਂਜੀ ਅੱਛਾ ਪਹਿਲੀ ਕਮਾਈ ਕਿੰਨੀ ਸੀ ਪਹਿਲੀ ਕਮਾਈ ਵੀਰੇ ਹੁਣ ਚੇਤਿਆ ਕੋਈ ਪਹਿਲਾ ਗਾਣਾ ਨਾ ਮੈਨੂੰ ਯਾਦ ਆ ਜਿਹੜਾ ਅੱਖਾਂ ਗਾਣਾ ਸੀਗਾ ਉਹਦੀ ਅਸੀਂ ਮੈਨੂੰ ਲੱਗਦਾ ਵੀ ਅੱਧੇ ਕੁ ਘੰਟੇ 'ਚ ਅਸੀਂ ਮਿਕਸ ਕਰਾਉਣ ਚੱਲੇ ਗਏ ਲੁਧਿਆਣੇ ਮਤਲਬ ਅੱਧਾ ਘੰਟਾ ਲੱਗਿਆ ਸਾਡਾ ਗਾਣਾ ਮਿਕਸ ਹੋਣ ਨੂੰ ਜਿਵੇਂ ਸੱਚੀ ਗੱਲ ਦੱਸਾਂ ਜਿਹੜਾ ਪਹਿਲਾ ਗਾਣਾ ਸੀਗਾ ਮੇਰਾ ਅੱਖਾਂ ਵਾਲਾ ਉਹ ਸਾਡਾ 3500 ਰੁਪਇਆ ਖਰਚਾ ਆਇਆ ਸੀ ਉਹਦੇ ਤੇ ਅੱਖਾਂ ਗੀਤ ਤੇ ਹਾਂ ਮਿਕਸ ਜਿਹਾ ਜਿੰਨਾ ਕੁ ਸਾਡਾ ਖਰਚਾ ਆਇਆ ਤੇ ਉਹ ਮੈਨੂੰ ਯਾਦ ਆ ਬਾਈ ਉਹ ਨਹੀਂ ਇੱਥੇ ਤੱਕ ਪਹੁੰਚਾਇਆ 3500 ਰੁਪਏ ਮੇਰੀ ਮੇਰੀ ਲਾਈਫ ਦੇ ਵਿੱਚ ਨਾ ਜੇ ਮੈਂ ਆਪਦਾ ਹਮੇਸ਼ਾ ਮੰਨਦਾ ਵੀ ਰਹੂੰਗਾ ਔਰ ਮੈਂ ਮੰਨਦਾ ਜੇ ਮੇਰੀ ਲਾਈਫ 'ਚ ਕੰਵਰ ਗਰੇਵਾਲ ਬਾਈ ਨਾ ਹੁੰਦਾ ਤਾਂ ਸ਼ਾਇਦ ਮੈਂ ਕੇਬੀ ਸਿੰਘ ਨਾ ਹੁੰਦਾ ਅੱਜ ਕਿਆ ਬਾਤ ਹੈ ਇਹ ਵੀ ਵੱਡੀ ਗੱਲ ਆ ਮੰਨਣਾ ਬਗੈਰ ਹੀ ਮੰਨ ਕੇ ਬੰਦਾ ਬਾਅਦ ਵਿੱਚ ਭੁੱਲ ਜਾਂਦਾ ਅੱਛਾ 35 ਉਦੋਂ ਫਿਰ 3500 ਵੀ ਕਿ ਇਕੱਠਾ ਬਹੁਤ ਔਖਾ ਇਕੱਠਾ ਗੁੱਠਾ ਕਰਕੇ ਕਰਿਆ ਹੈ ਕਿਵੇਂ ਮੰਗੇ ਸੀ ਕਿਤਾ ਤੇ ਜਿਵੇਂ ਬਾਈ ਮੈਂ ਤਾਂ ਨਾ ਕਾਲਜ ਦੇ ਵਿੱਚ ਵੀ ਕਈ ਵਾਰੀ ਫੀਸ ਫੂਸ ਲੈ ਲੈਂਦਾ ਸੀ ਬਹਾਨੇ ਨਾਲ ਵੀ ਉਸ ਅਗਲੇ ਸਮੈਸਟਰ ਦੀ ਆ ਗਈ ਤੇ ਉਹ ਮਿਊਜ਼ਿਕ 'ਚ ਆਇਆ ਕਰ ਦਿੰਦਾ ਸੀ ਅੱਛਾ ਅੱਛਾ ਜਦੋਂ ਫਿਰ ਪਹਿਲੀ ਵਾਰੀ ਪੈਸੇ ਆਉਣ ਲੱਗੇ ਫਿਰ ਉਦੋਂ ਥੋੜ੍ਹਾ ਜਿਹਾ ਹੌਸਲਾ ਪੈ ਗਿਆ ਸੀ ਵੀ ਹਾਂ ਜਿਹੜੇ ਫਿਰ ਬਾਈ ਜਦੋਂ ਆਏ ਪੈਸੇ ਆਉਣ ਲੱਗੇ ਜਦੋਂ ਗਾਣੇ ਚੱਲੇ ਫਿਰ ਮੈਂ ਸੋਚਿਆ ਮੈਂ ਯਾਰ ਇਹਨੂੰ ਹੀ ਪ੍ਰੋਫੈਸ਼ਨਲ ਬਣਾਉਣਿਆ ਪਹਿਲਾਂ ਤਾਂ ਮੈਨੂੰ ਐਂ ਲੱਗਦਾ ਸੀ ਪਹਿਲਾਂ ਤਾਂ ਵੀ ਨਹੀਂ ਯਾਰ ਇੱਧਰ ਕੁਛ ਮੇਰਾ ਬਣਨਾ ਨਹੀਂ ਡਾਮਾਡੋਲ ਜਿਹਾ ਹੋ ਜਾਂਦਾ ਬੰਦਾ ਕਿਸੇ ਟਾਈਮ 'ਤੇ ਆ ਕੇ ਪਰ ਫਿਰ ਵੀ ਮੈਂ ਲੱਗੇ ਹੀ ਰਿਹਾ ਅੱਛਾ ਕਿਸੇ ਵੇਲੇ ਵੀ ਹੋਜੀ ਕਿ ਵੀ ਡਾਮਾਡੋਲ ਹੋ ਗਿਆ ਸੀ ਹਾਂ ਹੋ ਗਿਆ ਸੀ ਥੋੜ੍ਹਾ ਬਹੁਤ ਉਤਰਾਵ ਚੜਾਇਆ ਜਦੋਂ ਮੇਰੇ ਨਾਲ ਦੇ ਸਾਰੇ ਤੇ ਉਹ ਡਿਗਰੀ ਮੇਰੀ ਕਰਕੇ ਨਿਕਲ ਗਏ ਸਾਰੇ ਅੱਗੇ ਟ੍ਰੇਨਿੰਗ ਤੇ ਪਹੁੰਚੇ ਜਦ ਮੈਂ ਉੱਥੇ ਫਸ ਗਿਆ ਸਪਲੀਆਂ ਵੀ ਰਹਿ ਗਈਆਂ ਮੇਰੀਆਂ ਕਿਉਂਕਿ ਮੇਰਾ ਧਿਆਨ ਇੱਧਰ ਸੀ ਮੈਨੂੰ ਲੱਗਦਾ ਮੈਂ ਕਾਲਜ 'ਚ ਮੈਂ ਇਕੱਲਾ ਸੀ ਜਿਹਦੀ ਡਿਗਰੀ ਪੂਰੀ ਨਹੀਂ ਹੋਈ ਮੇਰੀ ਕਲਾਸ 'ਚ ਬਾਕੀ ਸਾਰੇ ਕਲੀਅਰ ਕਰ ਗਏ ਸੀ
ਅੱਛਾ ਮੈਂ ਇਕੱਲਾ ਹੀ ਆ ਜਿਹੜਾ ਜਿਹਦੀ ਕਲੀਅਰ ਨਹੀਂ ਹੋਈ ਸੀ ਡਿਗਰੀ ਕਲੀਅਰ ਨਹੀਂ ਹੋਈ ਤੇ ਤੁਸੀਂ ਇਧਰਲੇ ਪਾਸੇ ਜਾ ਹਾਂ ਮੈਂ ਇਧਰ ਆ ਇਧਰਲੇ ਅੱਛਾ ਉਹ ਵੇਲਿਆਂ ਦੇ ਵਿੱਚ ਕਦੇ ਕਦੇ ਸੋਚਿਆ ਵੀ ਯਾਰ ਸ਼ਾਇਦ ਗਲਤ ਪਾਸੇ ਉਦੋਂ ਥੋੜਾ ਥੋੜਾ ਲੱਗਦਾ ਵੀ ਯਾਰ ਨਾ ਇਧਰ ਦੇ ਰਹੇ ਤੇ ਨਾ ਇਧਰ ਦੇ ਰਹੇ ਵੀ ਸਟੱਡੀ ਕਰਨੀ ਵੀ ਨਹੀਂ ਗਿਆ ਫਿਰ ਪਰ ਮੈਂ ਫਿਰ ਵੀ ਹਿੰਮਤ ਜੀ ਕਰਕੇ ਲੱਗੇ ਹੀ ਰਿਹਾ ਵੀ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਇਹ ਕਨਸੈਪਟ ਇੱਧਰ ਦੇ ਅੱਛਾ ਹੋਰ ਕੀ ਉਤਰਾ ਚੜ੍ਹਾਏ ਕਿ ਕਦੇ ਆਪਦੀ ਇਹ ਵੀ ਹੁੰਦਾ ਨਾ ਕਈ ਵਾਰੀ ਕਦੇ ਬੰਦਾ ਨਾਮ ਪੀ ਕਿਤੇ ਹੁੰਦਾ ਉਹ ਤਾਂ ਫਿਰ ਹੇਠਾਂ ਇੱਕਦਮ ਆ ਜਾਣਾ ਕੋਈ ਆਪਦੀਆਂ ਗਲਤੀਆਂ ਕਰਕੇ ਕੋਈ ਇਹੋ ਜਿਹਾ ਕੁਛ ਰਿਹਾ ਕਈ ਵਾਰੀ ਇਦਾਂ ਦਾ ਹੋਇਆ ਮਤਲਬ ਕਈ ਵਾਰੀ ਇਹੋ ਜਿਹਾ ਟਾਈਮ ਵੀ ਆਇਆ ਮੇਰੇ ਕੋਲ ਗਾਣੇ ਨਹੀਂ ਹੁੰਦੇ ਸੀ ਤੇ ਵੀ ਯਾਰ ਕੀ ਕਰੀਏ ਹਨਾ ਬੰਦਾ ਥੋੜਾ ਹੋ ਜਾਂਦਾ ਅਪਸੈਟ ਹੋ ਜਾਂਦਾ ਅਪਸੈਟ ਹੁੰਦਾ ਵੀ ਹੈ ਹੀ ਨਹੀਂ ਯਾਰ ਕੁਛ ਨਾ ਕੰਮ ਨਹੀਂ ਕਰਨ ਦਾ ਪਰ ਫਿਰ ਵੀ ਮੈਂ ਉਹਨਾਂ ਹਾਲਾਤਾਂ ਨਾਲ ਵੀ ਲੜਦਾ ਲੜਦਾ ਫਿਰ ਵੀ ਇੱਕ ਵਾਰੀ ਆਇਆ ਅਸ਼ਾਲ ਤੇ ਆਇਆ ਬਹੁਤ ਗਲਤ ਗਾਣੇ ਤੇ ਤਕਰੀਬਨ ਐਸਾ ਟਾਈਮ ਵੀ ਆਇਆ ਤੇ ਮੈਂ ਇੱਕ ਮਹੀਨੇ ਦੇ 100-100 ਗਾਣਾ ਵੀ ਕੀਤਾ ਇੱਕ ਮਹੀਨੇ ਦਾ ਹਾਂ 100-100 ਗਾਣਾ ਹਾਂਜੀ ਅੱਛਾ ਉਦੋਂ ਜਦੋਂ ਮਤਲਬ ਤੁਹਾਡੀ ਸ਼ੁਰੂਆਤ ਸੀ ਉਹ ਤਾਂ ਸ਼ਾਇਦ ਹੁਣ ਤਾਂ ਹਾਲਾਂਕਿ ਤਾਦਾਦ ਬੜੀ ਵੱਧ ਗਈ ਮਿਊਜ਼ਿਕ ਡਾਇਰੈਕਟਰ ਤਾਂ ਮਤਲਬ ਸ਼ਾਇਦ ਲਿਮਿਟਡ ਹੁੰਦੇ ਹੋਣਗੇ ਹਾਂ ਉਦੋਂ ਥੋੜ੍ਹਾ ਮਾਹੌਲ ਇਸ ਤਰੀਕੇ ਦਾ ਸੀ ਲੁਧਿਆਣੇ ਹੁੰਦੇ ਸੀ ਜ਼ਿਆਦਾ ਸਟੂਡੀਓ ਜਾਂ ਮੰਨ ਲਓ ਚੰਡੀਗੜ੍ਹ ਤੇ ਇੱਧਰ ਹੀ ਜ਼ਿਆਦਾ ਹੁੰਦੇ ਸੀ ਉਦੋਂ 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 ਕਨਸੈਪਟ ਜਿਹੜਾ ਥੋੜ੍ਹਾ ਘੱਟ ਸੀ ਅੱਛਾ ਹੁਣ ਇੱਕ ਚੀਜ਼ ਮੈਨੂੰ ਹੋਰ ਦੱਸਿਆ ਵੀ ਪੈਸਾ ਪੂਹਾ ਚੰਗਾ ਮਿਊਜ਼ਿਕ ਦੇ ਵਿੱਚ ਜੇਕਰ ਕੇਵੀ ਇਸ ਜਗ੍ਹਾ ਤੋਂ ਉੱਠ ਕੇ ਕਿਤੇ ਪਹੁੰਚ ਸਕਦਾ ਹੈ ਜੇ ਕੇਵੀ ਦਾ ਨਾਮ ਜਿਹੜਾ ਹੈਗਾ ਵਿਦੇਸ਼ਾਂ ਦੇ ਵਿੱਚ ਵੱਜਦਾ ਆ ਵਿਦੇਸ਼ੀ ਕਲਾਕਾਰ ਉਹਨੇ ਕਿ ਕੇਵੀ ਸਿੰਘ ਤੋਂ ਮਿਊਜ਼ਿਕ ਕਰਵਾਉਣਾ ਤਾਂ ਹੋਰ ਵੀ ਸਾਡੇ ਪਿੰਡੋਂ ਸਾਡੇ ਪਿੰਡਾਂ ਦੇ ਵਿੱਚੋਂ ਕੋਈ ਮੁੰਡੇ ਚਾਹੁੰਦੇ ਉੱਠ ਕੇ ਤਾਂ ਇਸ ਪਾਸੇ ਵੱਲ ਜਾਣਾ ਤਾਂ ਉਹ ਵੀ ਜ਼ਰੂਰ ਜਾਣ ਅੱਛਾ ਜਿਹੜਾ ਕੋਈ ਚਾਹੁੰਦਾ ਕਿਸੇ ਵੀ ਕਿੱਤੇ ਵੱਲ ਆ ਜਿਵੇਂ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ ਕਿ ਬਸ ਲਗਨ ਦੇ ਨਾਲ ਲੱਗੇ ਰਹੋ ਇਹੀ ਹੈ ਹਾਂ ਲੱਗੇ ਰਹੋ ਵੀਰੇ ਬਸ ਫਲ ਜ਼ਰੂਰ ਮਿਲਦਾ ਇੱਕ ਦਿਨ ਕਾਮਯਾਬੀ ਹਾਂਜੀ ਕਾਮਯਾਬੀ ਮਿਲੇ ਅੱਛਾ ਤੁਸੀਂ ਦੇਖ ਤੁਸੀਂ ਇਹ ਗੱਲ ਕਰਦੇ ਹੋ ਕਿ ਹਰ ਸਾਲ ਮੈਂ ਚਾਹੁੰਦਾ ਹਾਂ ਕਿ ਮੈਂ ਫਰੈਸ਼ ਹੁੰਦਾ ਹਰ ਸਾਲ ਮੈਂ ਇਹ ਨਹੀਂ ਹੁੰਦਾ ਕਿ ਮੈਂ ਵੀ ਪਿੱਛੇ ਜੋ ਵੀ ਕਰ ਲਿਆ ਹੁਣ ਤੱਕ ਦੇ ਕੋਈ ਇੱਦਾਂ ਦੇ ਗੀਤ ਜਾਂ ਇੱਦਾਂ ਦਾ ਕੋਈ ਮਿਊਜ਼ਿਕ ਹੋਵੇ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਯਾਰ ਮੈਂ ਇਦੋਂ ਬੈਟਰ ਕਰ ਸਕਦਾ ਸੀ ਇਹ ਤਾਂ ਬਈ ਚੱਲਦਾ ਹੀ ਰਹਿੰਦਾ ਹੈ ਨਾ ਮਤਲਬ ਕਦੇ ਵੀ ਬੰਦਾ ਆਪਦੇ ਕੰਮ ਤੋਂ ਸੈਟੀਸਫਾਈ ਤਾਂ ਹੁੰਦਾ ਨਹੀਂ ਵੀ ਆਹ ਗਾਣਾ ਬਣਾ ਇਹ ਹੋਰ ਵਧੀਆ ਹੋ ਸਕਦਾ ਸੀ ਚੱਲਦਾ ਹੀ ਰਹਿੰਦਾ ਇਹ ਤਾਂ ਇਹ ਕਦੇ ਇਹ ਸੈਟੀਸਫੈਕਸ਼ਨ ਹੋ ਨਹੀਂ ਸਕਦੀ ਇਸ ਦੇ ਸ਼ਾਇਦ ਜੇ ਸੈਟੀਸਫੈਕਸ਼ਨ ਹੋ ਜੇ ਤਾਂ ਉਦੋਂ ਬਾਅਦ ਤੁਸੀਂ ਖੜ ਜਾਓਗੇ ਹਾਂਜੀ ਠਹਿਰਾਵ ਆ ਜੀ ਤੁਹਾਡੇ ਬਿਲਕੁਲ ਬਿਲਕੁਲ ਇਹ ਚੀਜ਼ ਨਹੀਂ ਹੁੰਦੀ ਆਪਾਂ ਮਤਲਬ ਕਈ ਮੈਨੂੰ ਮੇਰੇ ਉਸ ਟਾਈਮ ਦੇ ਵੀ ਮਿਊਜ਼ਿਕ ਡਾਇਰੈਕਟਰ ਸੀਗੇ ਜਿਹੜੇ ਭਰਾ ਹਨਾ ਮਿਲੇ ਜਾਂ ਹੋਰ ਮਤਲਬ ਕਈ ਮਤਲਬ ਆਰਟਿਸਟ ਵੀ ਮੇਰੇ ਕੋਲ ਇਹੋ ਜਿਹੇ ਸੀਗੇ ਮੈਨੂੰ ਨਾਲ ਸੀਨੀਅਰ ਆਰਟਿਸਟ ਸੀਗੇ ਮੈਨੂੰ ਕਾਲ ਕਰਦੇ ਰਹੇ ਵੀ ਯਾਰ ਬਾਈ ਹੁਣ ਕੇ ਵੀ ਐਂ ਕਹਿੰਦੇ ਨੇ ਯਾਰ ਦੌਰ ਸਾਡਾ ਚੱਲਿਆ ਗਿਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ 2013 'ਚ ਕਿੱਦਾਂ ਦੇ ਕੱਪੜੇ ਪਾਉਂਦੇ ਹੁੰਦੇ ਸੀ ਉਹ ਕਹਿੰਦੇ ਯਾਰ ਮੈਂ ਕਿਹਾ 14 'ਚ ਅੱਜ 23 'ਚ ਉਹ ਜਿਹੇ ਪਾਉਂਦੇ ਹੋ ਮੈਂ ਕਿਹਾ ਇਹ ਸਿਰਫ ਤੁਸੀਂ ਆਪਦੇ ਆਪ ਨੂੰ ਚੇਂਜ ਕਰਦੇ ਰਹਿਣਾ ਗਾ ਆਪਦੇ ਆਪ ਨੂੰ ਅਪਡੇਟ ਕਰਦੇ ਰਹਿਣਾ ਤੁਸੀਂ ਅੱਛਾ ਇਹ ਵੀ ਚੀਜ਼ ਵੈਸੇ ਕਿਉਂਕਿ ਅਸੀਂ ਕਈ ਉਹ ਦੌਰ ਦੇ ਪੁਰਾਣੇ ਦੌਰ ਦੇ ਕਲਾਕਾਰਾਂ ਨੂੰ ਮਿਲਦੇ ਹਾਂ 90-ਦਹਾਕੇ ਦੇ ਹੁੰਦੇ ਆ 95 ਦੇ ਤਾਂ ਉਹ ਅੱਜ ਕੱਲ੍ਹ ਵਿਹਲੇ ਬੈਠੇ ਹੁੰਦੇ ਆ ਬਹੁਤੇ ਕਲਾਕਾਰ ਇੱਦਾਂ ਦੀ ਵੀ ਜਿਨ੍ਹਾਂ ਤੇ ਪ੍ਰੋਗਰਾਮ ਚੜ੍ਹੇ ਪਏ ਆ ਤਾਂ ਇਹ ਵੀ ਹੈ ਕਿ ਜੇਕਰ ਕਲਾਕਾਰ ਆਪਦੇ ਆਪ ਨੂੰ ਅਪਡੇਟ ਨਾ ਕਰੂਗਾ ਆਪਦੇ ਆਪ ਨੂੰ ਅੱਗੇ ਇੱਕ ਪੌੜੀ ਪੈਰ ਗਾਹ ਨਾ ਕਰੂ ਤਾਂ ਫਿਰ ਸ਼ਾਇਦ ਉਹ ਉੱਥੇ ਤੋਂ ਉੱਥੇ ਰਹੇ ਹਾਂਜੀ ਬਿਲਕੁਲ ਬਾਈ ਜਿਵੇਂ ਉਸਤਾਦ ਬੰਦੇ ਟੇਪ ਮੈਂ ਕੀਤੀ ਸੀ ਸਾਡੇ ਸਾਰੇ ਹੀ ਸੀਨੀਅਰ ਆਰਟਿਸਟ ਸੀਗੇ ਪਰ ਜਦੋਂ ਬਾਈ ਉਹਨਾਂ ਦੇ ਮੈਂ ਗਾਣੇ ਨਵੇਂ ਦੌਰ 'ਚ ਕੀਤੇ ਉਹਨਾਂ ਨੇ ਉਹਨਾਂ ਦੀਆਂ ਵੋਕਲਾਂ ਪਰ ਅੱਜ ਵੀ ਉਹ ਮਾਤ ਪਾਉਂਦੇ ਆ ਬਾਈ ਸਾਰਿਆਂ ਨੂੰ ਤੇ ਕਮਾਲ ਦੀਆਂ ਵੋਕਲਾਂ ਉਹਨਾਂ ਦੀਆਂ ਅੱਜ ਮੈਂ ਰਿਕਾਰਡ ਕਰਿਆ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਉਹਨਾਂ ਨਾਲ ਦਵਿੰਦਰ ਕੋਹਿਨੂਰ ਬਾਈ ਤੇ ਬਿਲਕੁਲ ਅੱਜ ਵੀ ਉਵੇਂ ਹੀ ਤੁਸੀਂ ਸੁਣੋਗੇ ਤਾਂ ਅੱਜ ਵੀ ਵੋਕਲ ਰਣਜੀਤ ਮਣੀ ਬਾਈ ਜੀ ਐਸ ਪੀਟਰ ਵੀਰਾ ਸਾਰੇ ਆਰਟਿਸਟ ਜਿੰਨੇ ਵੀ ਸਾਡੇ ਸੀਨੀਅਰ ਅੱਜ ਵੀ ਉਵੇਂ ਹੀ ਵੋਕਲਾਂ ਪਈਆਂ ਨੇ ਉਹਨਾਂ ਦੀਆਂ ਕਿਉਂਕਿ ਉਹਨਾਂ ਦੀ ਮਿਹਨਤ ਕੀਤੀ ਹੋਈ ਸੀ ਇਹ ਤਾਂ ਅੰਤਰ ਮੰਨਦੇ ਹੁਣ ਦੇ ਪੁਰਾਣੇ ਕਲਾਕਾਰਾਂ 'ਚ ਮਿਹਨਤ ਵਾਲਾ ਅੰਤਰ ਤਾਂ ਹੈਗਾ ਨਹੀਂ ਬਹੁਤ ਆਰਟਿਸਟ ਹੁਣ ਵੀ ਨੇ ਜਿਹੜੇ ਬਹੁਤ ਮਿਹਨਤ ਕਰਦੇ ਨੇ ਟੇਬਲ ਬਣਿਆ ਹੋਇਆ ਆਹ ਸੀ ਮੈਂ ਦੇਖਦਾ ਸੀ ਹਾਲਾਂਕਿ ਥੱਲੋਂ ਵੀ ਦੇਖ ਇਹਦੀ ਕੀ ਕਹਾਣੀ ਆ ਇਹ ਮੈਂ ਸਪੈਸ਼ਲ ਬਣਾਇਆ ਸੀ ਬਾਈ ਹਾਂ ਇੱਥੇ ਮਹਿਫਲਾਂ ਵੀ ਲੱਗਦੀਆਂ ਰਹੀਆਂ ਅੱਛਾ ਬਾਜਾ ਵੀ ਰੱਖਿਆ ਜਾਂਦਾ ਸੀ ਇੱਥੇ ਦੇ
ਤੇ ਮਹਿਫਲਾਂ ਵੀ ਚੱਲਦੀਆਂ ਰਹੀਆਂ ਇੱਥੇ ਚੱਲਦੀਆਂ ਰਹੀਆਂ ਫਿਰ ਜਦੋਂ ਚਲੋ ਠੀਕ ਆ ਖੁਸ਼ੀ ਖਸ਼ੀ ਦਾ ਮਾਹੌਲ ਹੁੰਦਾ ਜਾਂ ਸ਼ਾਮ ਸ਼ੂਮ ਬੰਦੇ ਜਦੋਂ ਕਈ ਵਾਰੀ ਉਹ ਨਹੀਂ ਹੁੰਦਾ ਵੀ ਕਿਤੇ ਯਾਰ ਵੀ ਬੰਦਾ ਮਾਯੂਸ ਆ ਜਾਂ ਬੰਦਾ ਖੁਸ਼ ਆ ਉਦੋਂ ਫਿਰ ਇੱਥੇ ਮਹਿਫਲਾਂ ਵੀ ਲੱਗਦੀਆਂ ਨੇ ਇਸੇ ਉੱਤੇ ਲੱਗਦੀਆਂ ਹਾਂ ਜੀ ਅੱਛਾ ਇੱਥੇ ਪੜ੍ਹਿਆ ਕੇ ਵੀ ਫਿਰ ਹਾਂ ਜੀ ਮੈਂ ਤੁਹਾਨੂੰ ਦਿਖਾਊਂਗਾ ਮੇਰੇ ਪਿੰਡ ਦਾ ਸਕੂਲ ਵੀ ਹੈ ਸਰਕਾਰੀ ਸਕੂਲ ਸਰਕਾਰੀ ਦੇ ਵਿੱਚ ਹਾਂ ਜੀ ਅੱਛਾ ਕਈ ਬਾਈ ਸਾਡੇ ਸਰੋਤਿਆਂ ਦੇ ਨਾਲ ਸੁਨੇਹਾ ਜਿਹੜਾ ਕੀ ਰੋਗ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਹੋਰ ਦੱਸ ਦਿਓ ਚਲੋ ਠੀਕ ਆ ਮੁਲਾਕਾਤ ਤੁਸੀਂ ਘੱਟ ਕਰਦੇ ਹੋ ਆਪਾਂ ਤਾਂ ਅਕਸਰ ਮਿਲਦੇ ਰਹਿੰਦੇ ਕਿਵੇਂ ਲੱਗਿਆ ਗੱਲਾਂ ਬਾਤਾਂ ਬਹੁਤ ਵਧੀਆ ਬਾਈ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਕੰਫਰਟੇਬਲ ਜੇ ਹੋ ਕੇ ਕਰਨਾ ਚਾਹੁੰਦਾ ਵੀ ਜ਼ਿਆਦਾ ਮੈਂ ਨਕਲੀ ਜੀ ਉਹ ਨਹੀਂ ਕਰਨਾ ਚਾਹੁੰਦਾ ਸੋ ਜਿਵੇਂ ਬਹੁਤ ਵਧੀਆ ਰਿਹਾ ਔਰ ਪੂਰਾ ਰਿਲੈਕਸ ਹੋ ਕੇ ਮੈਂ ਕੀਤੀ ਇੰਟਰਵਿਊ ਕੋਈ 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 ਕੁਛ ਰਹਿ ਤਾਂ ਨਹੀਂ ਪਰਦੇ ਦੇ ਪਿੱਛੇ ਕੋਈ ਬੋਝ ਨਹੀਂ ਰਿਹਾ ਸਾਰਾ ਕੁਝ ਹੋ ਗਿਆ ਅੱਛਾ ਸਾਡੇ ਸਰੋਤਿਆਂ ਤੱਕ ਸੁਨੇਹਾ ਕੇ ਵੀ ਸਿੰਘ ਦਾ ਕੀ ਰਹੂਗਾ ਮੈਂ ਵੀਰੇ ਇਹੀ ਕਹਿਣਾ ਚਾਹੁੰਦਾ ਜਿੰਨੇ ਵੀ ਨਵੇਂ ਮੁੰਡੇ ਜਿਹੜੇ ਭਰਾ ਸਟਰਗਲ ਕਰ ਰਹੇ ਨੇ ਅਤੇ ਤੁਸੀਂ ਮਿਹਨਤ ਕਰਦੇ ਰਹੋ ਲੱਗੇ ਰਹੋ ਅਤੇ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋਗੇ ਜੀ ਸੋ ਕਈ ਬਾਈ ਕੀਮਤੀ ਸਮੇਂ ਦੇ ਵਿੱਚ ਸਮਾਂ ਤਾਂ ਪੂਰਾ ਦਿਨ ਸਾਡੇ ਲਈ ਕੱਢਿਆ ਸ਼ਾਇਦ ਬੜੇ ਮਿਊਜ਼ੀਕਲ ਹੈ ਜੇ ਮੋੜੇ ਹੋਣਗੇ ਤੁਸੀਂ ਹਾਲਾਂਕਿ ਸਾਡੇ ਵੇਲੇ ਵੀ ਆਏ ਬੈਠੇ ਸੀ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਕੀਮਤੀ ਸਮੇਂ ਦੇ ਵਿੱਚ ਸਮਾਂ ਬਹੁਤ ਬਹੁਤ ਧੰਨਵਾਦ ਵੀਰੇ ਜਸ ਵੀਰੇ ਤੁਹਾਡਾ ਵੀ ਤੁਸੀਂ ਆਏ ਬਹੁਤ ਬਹੁਤ ਸੋ ਮੇਰੇ ਨਾਲ ਬਾਈ ਕੇ ਵੀ ਸਿੰਘ ਸੀ ਉਸ ਚੁਬਾਰੇ 'ਤੇ ਖੜ੍ਹੇ ਹਾਂ ਜਿੱਥੋਂ ਕੇ ਵੀ ਬਾਈ ਦੇ ਮਿਊਜ਼ਿਕ ਸਟੂਡੀਓ ਦਾ ਆਗਾਜ਼ ਹੋਇਆ ਸੀ ਜਿੱਥੋਂ ਸ਼ਾਇਦ ਕਦੇ ਇਸ ਪਿੰਡ ਦੇ ਮੁੰਡੇ ਨੇ ਸੁਪਨੇ ਜਿਹੜੇ ਹੈਗੇ ਆ ਉਹ ਬੁਣਨੇ ਸ਼ੁਰੂ ਕੀਤੇ ਸੀ ਕਿ ਮੇਰੇ ਦਿਲ ਦੇ ਸੁਪਨੇ ਇਹ ਨੇ ਮੇਰੇ ਦਿਲ ਦੇ ਵਿੱਚ ਆਹ ਰੀਝਾਂ ਨੇ ਰੀਝਾਂ ਮੈਂ ਪੂਰੀਆਂ ਕਰਨੀਆਂ ਨੇ ਭਾਅ ਜੀ ਹੋਰ ਵੀ ਗੱਲ ਕਹਿੰਦਾ ਕਿ ਕਹਿੰਦਾ ਬੜੇ ਵਾਰੀ ਉਤਰਾਅ ਚੜ੍ਹਾਏ ਕਿ ਡਿੱਗ ਗਿਆ ਮੈਂ ਬੜੇ ਵਾਰੀ ਪਰ ਉਸ ਤੋਂ ਬਾਅਦ ਹਲੂਣਾ ਦੇ ਕੇ ਆਪਦੇ ਆਪ ਨੂੰ ਖੜ੍ਹਾ ਕਰ ਲੈਂਦਾ ਸੀ ਕਿ ਕੋਈ ਗੱਲ ਨਹੀਂ ਕੇ ਵੀ ਸਿਆਂ ਅੱਜ ਆ ਹੋ ਗਿਆ ਤਾਂ ਕੱਲ੍ਹ ਤੇਰੇ ਲਈ ਚੰਗਾ ਵੀ ਆਊ ਜੇ ਅੱਜ ਦਾ ਦਿਨ ਕਾਲਾ ਆਇਆ ਤਾਂ ਕੱਲ੍ਹ ਦਾ ਦਿਨ ਜਿਹੜਾ ਤੇਰੇ ਲਈ ਸਫੇਦ ਵੀ ਸਫੈਦ ਵੀ ਜਿਹੜਾ ਹੈਗਾ ਚੜੂਗਾ ਤਾਂ ਇਸ ਪਿੰਡ ਤੋਂ ਉੱਠ ਕੇ ਜਿਸ ਪਿੰਡ ਦੇ ਵਿੱਚ ਸਿੱਧੀ ਬੱਸ ਵੀ ਨਹੀਂ ਆਉਂਦੀ ਬਾਈ ਦੱਸਦਾ ਕਿ ਪਿਛਲੇ ਪਿੰਡ ਭੱਦਲਵੜ ਤੱਕ ਬੱਸਾਂ ਆਉਂਦੀਆਂ ਸੀ ਬੜੇ ਕਲਾਕਾਰ ਜਿਹੜੇ ਆ 2-2.5 ਸਾਲ ਬਾਈ ਨੇ ਮੋਟਰਸਾਈਕਲਾਂ ਦੇ ਪਿੱਛੇ ਢੋਇਆ ਲਿਆ ਕੇ ਇੱਥੇ ਮਿਊਜ਼ਿਕ ਜਿਹੜਾ ਹੈਗਾ ਕਰਦੇ ਹੁੰਦੇ ਉਸ ਤੋਂ ਬਾਅਦ ਫਿਰ ਛੱਡ ਕੇ ਆਉਣਾ ਮਤਲਬ ਬੜੀ ਸਟਰਗਲ ਭਰੀ ਲਾਈਫ ਬਣੀ ਆ ਰਹੀ ਆ ਸੋ ਬਾਈ ਦੀ ਸਟੋਰੀ ਦਿਖਾਉਣ ਦਾ ਮਕਸਦ ਇੱਕ ਇਹ ਸੀ ਕਿ ਜੇਕਰ ਸ਼ਾਇਦ ਇੱਕ ਉਸ ਪਿੰਡ ਦੇ ਵਿੱਚੋਂ ਉੱਠ ਕੇ ਮੁੰਡਾ ਕੁਛ ਨਾ ਕੁਛ ਕਰ ਸਕਦਾ ਆ ਤਾਂ ਜੇਕਰ ਸਾਡੇ ਕੋਲ ਥੋੜ੍ਹੀਆਂ ਬਹੁਤੀਆਂ ਓਪਰਚੁਨਿਟੀਆਂ ਹੁੰਦੀਆਂ ਨੇ ਤਾਂ ਇਹ ਕਿਸੇ ਦੇ ਲਈ ਕੋਈ ਵੱਡੀ ਗੱਲ ਨਹੀਂ ਕਿ ਇੱਕ ਵਾਰੀ ਡਿੱਗਣਾ ਉਸ ਤੋਂ ਬਾਅਦ ਡਿੱਗ ਕੇ ਖੜ੍ਹੇ ਹੋਣਾ ਇਹ ਵੱਡੀ ਗੱਲ ਹੁੰਦੀ ਆ ਜਿੱਤਾਂ ਹਾਰਾਂ ਹਰ ਇੱਕ ਦੇ ਹਿੱਸੇ ਆਉਂਦੀਆਂ ਹੁੰਦੀਆਂ ਨੇ ਪਰ ਜਿਹੜਾ ਬੰਦਾ ਹਾਰਨ ਤੋਂ ਬਾਅਦ ਜਿੱਤਦਾ ਆ ਉਸ ਜਿੱਤ ਦਾ ਸਵਾਦ ਜਿਹੜਾ ਆ ਉਹ ਵੱਖਰਾ ਹੀ ਹੁੰਦਾ ਆ ਇਸ ਤਰ੍ਹਾਂ ਦੀਆਂ ਮੁਲਾਕਾਤਾਂ ਲੈ ਕੇ ਸਮੇਂ ਸਮੇਂ 'ਤੇ ਹਾਜ਼ਰ ਹੁੰਦੇ ਰਹਾਂਗੇ ਹੁਣ ਆਪਣੇ ਦੋਸਤ ਜਸ ਕਰੇਵਾਲ ਦੇ ਜਾਸ਼ ਦੇਖਦੇ ਰਹੋ ਆਰ ਐੱਮ ਬੀ ਟੈਲੀਵਿਜ਼ਨ ਧੰਨਵਾਦ ਜੀ